ਨਾਨਕ ਸਿੰਘ ਦਾ ਨੋਵਲ ਪਾਪ ਦੀ ਖੱਟੀ ਦਾ 10ਵਾਂ ਅੰਗ। ਹਨੇਰਾ ਹੋਣ 'ਚ ਅਜੇ ਕੁਝ ਦੇਰ ਹੈ। ਸੂਰਜ ਭਗਵਾਨ ਆਪਣੇ ਨਿਵਾਸ ਸਥਾਨ 'ਚ ਪਹੁੰਚ ਚੁੱਕੇ ਹਨ। ਭਾਵੇਂ ਰੁੱਤ ਖਰਾਬ ਨਹੀਂ ਤਾਂ ਵੀ ਆਕਾਸ਼ ਉੱਤੇ ਬੱਦਲਾਂ ਦੇ ਨਿੱਕੇ ਨਿੱਕੇ ਟੋਟੇ ਤੁਰਦੇ ਫਿਰਦੇ ਦਿਖਾਈ ਦਿੰਦੇ ਹਨ। ਇੱਕ ਸੰਧਿਆ ਦਾ ਵੇਲਾ, ਦੂਜੀ ਆਕਾਸ਼ ਦੇ ਛੋਟੇ ਛੋਟੇ ਪੰਛੀਆਂ 'ਤੇ ਬੱਦਲਾਂ ਦੀ ਰੌਣਕ ਇਸ ਸਮੇਂ ਡਾਢਾ ਮਨੋਹਰ ਸਮਾਂ ਬਣਾ ਰਹੀ ਹੈ। ਹਵਾ ਵੀ ਠੰਡੀ ਪਰ ਜ਼ਰਾ ਤੇਜ਼ ਹੈ। ਇਸ ਨਾਲ ਆਸ ਪਾਸ ਦੇ ਬਾਗਾਂ 'ਚ ਬੜੇ ਫੁੱਲਾਂ ਦੀ ਸੁਗੰਧੀ ਪੱਕੀ ਸੜਕ 'ਤੇ ਤੁਰਨ ਵਾਲਿਆਂ ਦੇ ਦਿਲਾਂ ਨੂੰ ਪੂਰਾ ਆਨੰਦ ਦੇ ਰਹੀ ਹੈ। ਅਜਿਹੇ ਸਮੇਂ ਇਸ ਪੱਕੀ ਸੜਕ 'ਤੇ 4 ਵਧੀਆ ਮੋਟਰਾਂ ਫਟਫਟ ਕਰਦੀਆਂ ਧੂੜ ਉਡਾਉਂਦੀਆਂ ਅੰਮ੍ਰਿਤਸਰ ਵੱਲੋਂ ਜਾ ਰਹੀਆਂ ਹਨ। ਪਾਠਕਾਂ ਨੂੰ ਪਛਾਣ ਕਰਾਉਣ ਲਈ ਅਸੀਂ ਤੌਖਲੇ 'ਚ ਨਹੀਂ ਪਾਉਣਾ ਚਾਹੁੰਦੇ, ਦੱਸ ਦਿੰਦੇ ਹਾਂ। ਇਹਨਾਂ ਮੋਟਰਾਂ 'ਚ ਹੋਰ ਕੋਈ ਨਹੀਂ, ਸਰਦਾਰ ਭਾਨ ਸਿੰਘ ਉਹਦੇ ਸੱਜਣ ਮਿੱਤਰ ਹਨ, ਜੋ ਸਰਦਾਰ ਰਛਪਾਲ ਸਿੰਘ ਨੂੰ ਉਹਦਾ ਕੀਤਾ ਪ੍ਰਣ ਯਾਦ ਕਰਾਉਣ ਅਤੇ ਕੁੰਦਨ ਕੌਰ ਦੇ ਸਾਕ ਲਈ ਗੱਲ ਕਰਨ ਜਾ ਰਹੇ ਹਨ। ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਕਿ ਭਾਨ ਸਿੰਘ ਦੀ ਠਾਠ ਬਾਠ ਇਸ ਸਮੇਂ ਕਹੀ ਜੀ ਹੈ। ਕਾਰਨ, ਇਹਨੂੰ ਇਸ ਵੇਲੇ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਹੈ, ਲੱਛਮੀ ਕੀ ਨਹੀਂ ਕਰਾ ਸਕਦੀ। ਅੰਤ ਜਦ ਮੋਟਰਾਂ ਸਰਦਾਰ ਰਛਪਾਲ ਸਿੰਘ ਦੇ ਦਰਵਾਜ਼ੇ ਅੱਗੇ ਪਹੁੰਚੀਆਂ ਤਾਂ ਭਾਨ ਸਿੰਘ ਦੇ ਮਿੱਤਰ ਉਹਨਾਂ ਵਿੱਚੋਂ ਉਤਰ ਪਏ ਅਤੇ ਦਰਵਾਜ਼ੇ 'ਤੇ ਜਾ ਕੇ ਨੌਕਰ ਨੂੰ ਆਪਣੇ ਆਉਣ ਦੀ ਸੂਚਨਾ ਦਿੱਤੀ। ਨੌਕਰ ਪਾਸੋਂ ਸੁਣ ਕੇ ਰਛਪਾਲ ਸਿੰਘ ਬਾਹਰ ਆਇਆ। ਇਹਨਾਂ ਅਣਸੱਦੇ ਪ੍ਰਾਹੁਣਿਆਂ ਨੂੰ ਵੇਖ ਸਰਦਾਰ ਰਛਪਾਲ ਸਿੰਘ ਬੜਾ ਅਸਚਰਜ ਹੋਇਆ। ਉਹਨੇ ਪੁੱਛਿਆ, ਕੀ ਕੰਮ ਹੈ? ਉਹਨਾਂ 'ਚੋਂ ਇੱਕ ਨੇ ਕਿਹਾ, ਸਾਡੇ ਮਿੱਤਰ ਸ੍ਰੀਮਾਨ ਸਰਦਾਰ ਭਾਨ ਸਿੰਘ ਜੀ ਆਪ ਨੂੰ ਮਿਲਣ ਆਏ ਹੈ। ਰਛਪਾਲ ਸਿੰਘ ਕਿਹੜੇ ਸਰਦਾਰ ਭਾਨ ਸਿੰਘ ਹੋ ਰਹੇ? ਉਹ ਤੁਸੀਂ ਇਸ ਤਰ੍ਹਾਂ ਨਹੀਂ ਪਛਾਣ ਸਕੋਗੇ, ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ। ਇਹ ਕਹਿ ਕੇ ਉਹਨੇ ਪਾਸ ਖੜ੍ਹੇ ਨੌਕਰ ਨੂੰ ਇਸ਼ਾਰਾ ਕੀਤਾ। ਉਹ ਦੌੜ ਕੇ ਮੰਤਰ ਕੋਲ ਗਿਆ ਅਤੇ ਸਰਦਾਰ ਭਾਨ ਸਿੰਘ ਨੂੰ ਨਾਲ ਲੈ ਆਇਆ। ਫਿਰ ਵੀ ਸਰਦਾਰ ਹੋਰੀ ਉਹਨੂੰ ਪਛਾਣ ਨਾ ਸਕੇ, ਕਿਉਂਕਿ ਉਹਨਾਂ ਨੂੰ ਇਹ ਆਸ ਕਦੇ ਵੀ ਨਹੀਂ ਸੀ ਕਿ ਉਹ ਭਾਨ ਜਿਹੜਾ ਮੇਰੇ ਜੂਠੇ ਟੁਕੜਿਆਂ 'ਤੇ ਪਲਦਾ ਰਿਹਾ, ਉਹ ਇਹੋ ਜਿਹੀ ਅਮੀਰੀ ਠਾਠ ਬਾਠ 'ਚ ਮੇਰੇ ਸਾਹਮਣੇ ਆਏਗਾ। ਸਰਦਾਰ ਰਛਪਾਲ ਸਿੰਘ ਦਾ ਕੋਈ ਉੱਤਰ ਨਾ ਸੁਣ ਕੇ ਭਾਨ ਸਿੰਘ ਦੇ ਇੱਕ ਹੋਰ ਮਿੱਤਰ ਨੇ ਕਿਹਾ, ਕਿ ਅਜੇ ਤੀਕ ਆਪਣੇ ਸਰਦਾਰ ਹੋਰਾਂ ਨੂੰ ਨਹੀਂ ਪਛਾਣਿਆ? ਰਛਪਾਲ ਸਿੰਘ ਬੜੀ ਗੌਹ ਨਾਲ ਭਾਨ ਸਿੰਘ ਦੇ ਮੂੰਹ ਵੱਲ ਵੇਖ ਕੇ ਬੋਲਿਆ, ਸਰਦਾਰ ਜੀ, ਮੈਂ ਤਾਂ ਅਜੇ ਤੱਕ ਵੀ ਇਹਨਾਂ ਨੂੰ ਨਹੀਂ ਪਛਾਣ ਸਕਿਆ। ਭਾਨ ਸਿੰਘ ਕਹਿੰਦਾ, ਸੁੱਖ, ਜੇ ਤੁਸੀਂ ਮੈਨੂੰ ਨਹੀਂ ਪਛਾਣ ਸਕੇ ਤਾਂ ਮੈਂ ਆਪ ਨੂੰ ਦੱਸਦਾ, ਮੇਰਾ ਨਾਮ ਭਾਨ ਹੈ। ਮੈਂ ਉਹੀ ਹਾਂ ਜਿਹੜਾ ਤੁਹਾਡੇ ਪਾਸ ਵਰ੍ਹਿਆਂ ਬੱਧੀ ਮੱਝਾਂ ਚਾਰਦਾ ਰਿਹਾ, ਖੇਤੀਬਾੜੀ 'ਚ ਸੰਭਾਲ ਕਰਦਾ, ਹੋਰ ਕੰਮ ਕਰਦਾ ਰਿਹਾ। ਤੁਸੀਂ ਮੈਨੂੰ ਆਪਣੇ ਘਰੋਂ ਕੱਢਣ ਸਮੇਂ ਕਿਹਾ ਸੀ ਕਿ ਕੁੰਦਨ ਕੌਰ ਨੂੰ ਇਹ ਆਸ ਦਿਵਾਈ ਸੀ ਕਿ ਜਦ ਮੈਂ ਆਪਣੇ ਪ੍ਰਤਿਸ਼ਠ ਮਿੱਤਰਾਂ ਸਣੇ ਆਪ ਦੇ ਪਾਸ ਆਵਾਂਗਾ ਅਤੇ ਆਪਣੀ ਮਰਿਆਦਾ ਨੂੰ ਤੁਹਾਡੀ ਮਰਿਆਦਾ ਵਰਗੀ ਬਣਾਵਾਂਗਾ ਤਾਂ ਤੁਸੀਂ ਆਪਣੀ ਪੁੱਤਰੀ ਦਾ ਵਿਆਹ ਮੇਰੇ ਨਾਲ ਕਰ ਦਿਓਗੇ। ਇਸ ਲਈ ਅੱਜ ਮੈਂ ਆਪਣੇ ਮਿੱਤਰਾਂ ਸਮੇਤ ਤੁਹਾਡੇ ਪਾਸ ਆ ਕੇ ਤੁਹਾਡਾ ਇਕਰਾਰ ਚੇਤੇ ਕਰਾਉਣਾ ਆ। ਸੋ ਮੈਨੂੰ ਪੂਰੀ ਆਸ਼ਾ ਹੈ ਕਿ ਤੁਸੀਂ ਵੀ ਆਪਣੇ ਕੀਤੇ ਪ੍ਰਣ ਨੂੰ ਯਾਦ ਕਰਦੇ ਹੋਏ ਆਪਣੇ ਬਚਨਾਂ 'ਤੇ ਫੁੱਲ ਚਾੜੋਗੇ। ਭਾਨ ਸਿੰਘ ਦੀ ਗੱਲ ਸੁਣ ਕੇ ਰਛਪਾਲ ਸਿੰਘ ਗੁੱਸੇ ਨਾਲ ਅਧੀਰ ਹੋ ਉੱਠਿਆ, ਪਰ ਉਹਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਜਦ ਉਹਦਾ ਗੁੱਸਾ ਕੁਝ ਘੱਟ ਹੋਇਆ, ਮਖੌਲ ਦੇ ਭਾਵ ਨਾਲ ਬੋਲਿਆ, ਪਰ ਇਹ ਤਾਂ ਦੱਸ ਕਿ ਤੂੰ ਇੰਨੀ ਦੌਲਤ ਕਿੱਥੋਂ ਲੱਭ ਲਈ? ਕਿਤੇ ਚੋਰੀ ਤਾਂ ਨਹੀਂ ਕੀਤੀ ਜਾਂ ਕਿਸੇ ਸ਼ਾਹੂਕਾਰ ਉੱਤੇ ਰਾਤੀ ਡਾਕਾ ਮਾਰਿਆ? ਰਛਪਾਲ ਸਿੰਘ ਦੀ ਗੱਲ ਮੁੱਕਦਿਆਂ ਮੁੱਕਦਿਆਂ ਭਾਨ ਸਿੰਘ ਦੇ ਚਿਹਰੇ 'ਤੇ ਕਈ ਰੰਗ ਵਟਾਏ। ਉਹਦਾ ਫੁੱਲ ਵਰਗਾ ਚਿਹਰਾ ਜੋ ਹੁਣ ਤੋਂ ਪਹਿਲਾਂ ਖਿੜਿਆ ਸੀ, ਇੱਕ ਵਾਰਗੀ ਚਿਹਰਾ ਜੋ ਹੁਣ ਉਹਨੂੰ ਰਹਿ ਰਹਿ ਕੇ ਖਿਆਲ ਆਉਂਦਾ ਕਿ ਇਹ ਮੇਰੀ ਕਰਤੂਤ ਜਾਣ ਗਿਆ, ਕਿਤੇ ਕੁੰਦਨ ਨੇ ਮੇਰਾ ਸਾਰਾ ਹਾਲ ਇਹਨੂੰ ਦੱਸ ਤਾਂ ਨਹੀਂ ਦਿੱਤਾ। ਉਹਨੂੰ ਕੀ ਉੱਤਰ ਦੇਵੇ? ਉਹਦੀ ਸਮਝ 'ਚ ਨਾ ਆਈ। ਉਹਨੂੰ ਚੁੱਪ ਵੇਖ ਕੇ ਉਹਦੇ ਸਾਥੀਆਂ 'ਚੋਂ ਇੱਕ ਨੇ ਕਿਹਾ, ਸਰਦਾਰ ਜੀ, ਇਹੋ ਜਿਹੀਆਂ ਗੱਲਾਂ ਤੁਹਾਡੇ ਵਰਗੇ ਭਲੇ ਪੁਰਸ਼ ਦੇ ਮੂੰਹੋਂ ਸੋਭਾ ਨਹੀਂ ਦਿੰਦੀਆਂ। ਕਿਸੇ ਉੱਤੇ ਬਿਰਥਾ ਦੋਸ਼ ਲਾਉਣਾ ਸਗੋਂ ਆਪ ਦੋਸ਼ ਦਾ ਭਾਗੀ ਬਣਨਾ ਹੈ। ਕਿਸੇ ਦਾ ਅਪਮਾਨ ਕਰਨਾ ਆਪ ਅਪਮਾਨਿਤ ਹੋਣਾ ਹੈ। ਵਾਹਿਗੁਰੂ ਦੀ ਇਹਨਾਂ 'ਤੇ ਕਿਰਪਾ ਹੋਈ ਹੈ ਅਤੇ ਇੱਕ ਧਨਵਾਨ ਪੁਰਸ਼ ਨੇ ਇਹਨਾਂ ਦੀ ਧਨ ਨਾਲ ਸਹਾਇਤਾ ਕੀਤੀ ਹੈ। ਰਛਪਾਲ ਸਿੰਘ ਕੜਕ ਕੇ ਬੋਲੇ, ਆਹੋ ਜੀ, ਸਹਾਇਤਾ ਕੀਤੀ ਹੈ? ਉਹ ਜਿਹਾ ਕਿਹੜਾ ਮੂਰਖ ਹੈ ਜਿਹਨੇ ਇਸ ਵਿਸ਼ਵਾਸ ਘਾਤੀ ਦੀ ਸਹਾਇਤਾ ਕੀਤੀ ਹੈ? ਰਛਪਾਲ ਸਿੰਘ ਦੀਆਂ ਗੱਲਾਂ ਭਾਨ ਸਿੰਘ ਦੇ ਮਿੱਤਰਾਂ ਨੂੰ ਤੀਰ ਵਾਂਗ ਲੱਗੀਆਂ। ਫਿਰ ਵੀ ਉਹਦੇ ਇੱਕ ਸਾਥੀ ਨੇ ਸਹਿਨਸ਼ੀਲਤਾ ਨਾਲ ਉੱਤਰ ਦਿੱਤਾ, ਸਰਦਾਰ ਜੀ, ਇਸ ਸੰਸਾਰ 'ਚ ਇੱਕ ਤੋਂ ਵੱਧ ਮਾਈ ਦੇ ਲਾਲ ਪਏ ਹੈ। ਇਹ ਧਰਤੀ ਆਕਾਸ਼ ਦਾਤਿਆਂ ਦੇ ਸਹਾਰੇ ਖੜ੍ਹੀ ਹੈ। ਸੰਸਾਰ 'ਚ ਅਜਿਹੇ ਬਥੇਰੇ ਧਰਮੀ ਹੈ ਜੋ ਕਿਸੇ ਦੀ ਸਹਾਇਤਾ ਕਰਨਾ ਆਪਣਾ ਧਰਮ ਸਮਝਦੇ ਹੈ। ਰਛਪਾਲ ਸਿੰਘ ਨੇ ਕਿਹਾ ਕਿ ਜਿਹਨੇ ਇਹਨੂੰ ਇੰਨੇ ਰੁਪਏ ਦਿੱਤੇ ਹੈ ਕਿ ਉਹ ਇਹਨੂੰ ਆਪਣੀ ਧੀ ਨਹੀਂ ਦੇ ਸਕਦਾ। ਇੱਕ ਮਿੱਤਰ ਸਰਦਾਰ ਬੋਲਿਆ ਕਿ ਸਰਦਾਰ ਜੀ, ਹੁਣ ਬੇਬਸ ਹੋ ਕੇ ਮੈਨੂੰ ਵੀ ਕਹਿਣਾ ਪੈਂਦਾ ਕਿ ਜੇ ਸੰਸਾਰ 'ਚ ਸਾਰੇ ਲੋਕ ਤੁਹਾਡੇ ਵਰਗੇ ਹੋ ਜਾਣ ਤਾਂ ਇਹ ਸੰਸਾਰ ਇੱਕੋ ਦਿਨ 'ਚ ਖਤਮ ਹੋ ਜਾਏ। ਬਾਕੀ ਰਿਹਾ ਤੁਹਾਡਾ ਇਹ ਕਹਿਣਾ ਕਿ ਇਹਨਾਂ ਨੂੰ ਧੀ ਕੋਈ ਨਹੀਂ ਦਿੰਦਾ, ਅਸੀਂ ਜੇ 4 ਆਦਮੀ ਤੁਹਾਡੇ ਪਾਸ ਚੱਲ ਕੇ ਆਏ ਹਾਂ, ਇਹਦਾ ਮਤਲਬ ਇਹ
ਇਹ ਨਾ ਸਮਝਣਾ ਕਿ ਸਰਦਾਰ ਹੋਰਾਂ ਲਈ ਸਾਕ ਨਹੀਂ ਮਿਲਦਾ, ਸਗੋਂ ਸਾਕ ਦੀ ਕੀ ਗੱਲ ਹੈ। ਸੈਂਕੜੇ ਅਮੀਰ ਆਪਣੀਆਂ ਧੀਆਂ ਦੇ ਸਾਕ ਦੇਣ ਲਈ ਸਰਦਾਰ ਹੋਰਾਂ ਪਾਸ ਸਿਫਾਰਿਸ਼ਾਂ ਕਰਦੇ ਭੱਜਦੇ ਫਿਰਦੇ ਆ। ਤੁਸੀਂ ਖਿਆਲ ਕਰ ਸਕਦੇ ਹੋ ਕਿ ਜਿੱਥੇ ਗੁੜ ਹੋਵੇ ਉੱਥੇ ਮੱਖੀਆਂ ਨਹੀਂ ਆਉਣਗੀਆਂ। ਜਦ ਵਾਹਿਗੁਰੂ ਦੀ ਕਿਰਪਾ ਨਾਲ ਸਰਦਾਰ ਹੋਰਾਂ ਪਾਸ ਬੇਅੰਤ ਧਨ ਹੈ ਤਾਂ ਕਿ ਇਹਨਾਂ ਨੂੰ ਸਾਕਾਂ ਦਾ ਘੱਟ ਹੈ। ਸਰਦਾਰ ਜੀ, ਅਸੀਂ ਤਾਂ ਕੇਵਲ ਇਸ ਕਰਕੇ ਤੁਹਾਡੇ ਪਾਸ ਆਏ ਹਾਂ ਕਿ ਆਪ ਦੀ ਧਰਮ ਪੁੰਜ ਅਤੇ ਪਤੀਵਰਤਾ ਧਰਮ ਦੀ ਦੇਵੀ ਪੁੱਤਰੀ ਸਰਦਾਰ ਹੋਰਾਂ ਨਾਲ ਜਿਹੜਾ ਪ੍ਰਣ ਕਰ ਚੁੱਕੀ ਹੈ ਉਸ ਲਈ ਉਹ ਟੋਟੇ ਟੋਟੇ ਹੋ ਜਾਏਗੀ, ਪਰ ਆਪਣੇ ਪ੍ਰਣ ਤੋਂ ਨਾ ਹਟੇਗੀ, ਨਾ ਹੀ ਸਰਦਾਰ ਹੋਰਾਂ ਤੋਂ ਬਿਨਾਂ ਇਸ ਜਨਮ 'ਚੋਂ ਕਿਸੇ ਹੋਰ ਨੂੰ ਪਤੀ ਦ੍ਰਿਸ਼ਟੀ ਨਾਲ ਵੇਖੇਗੀ। ਕੇਵਲ ਉਸ ਦੇਵੀ ਦਾ ਸਤ ਸਥਿਰ ਰੱਖਣ ਦੇ ਵਿੱਚ, ਇਸ ਬਿਰਹੋਂ ਦੁੱਖ ਤੋਂ ਉਹਦਾ ਛੁਟਕਾਰਾ ਕਰਾਉਣ ਲਈ ਅਤੇ ਨਾਲ ਤੁਹਾਡਾ ਪ੍ਰਣ ਤੁਹਾਨੂੰ ਯਾਦ ਕਰਾਉਣ ਲਈ ਅਥਵਾ ਇਹ ਵੇਖਣ ਲਈ ਕਿ ਤੁਸੀਂ ਕਿੰਨੇ ਕੁ ਪਾਣੀ 'ਚੋਂ ਸਰਦਾਰ ਹੋਰੀ ਸਾਨੂੰ ਨਾਲ ਲੈ ਕੇ ਤੁਹਾਡੇ ਪਾਸ ਆਏ ਹਨ। ਨਹੀਂ ਤਾਂ ਸਾਕਾਂ ਦੀ ਕੀ ਗੱਲ ਹੈ। ਜੇ ਸੱਚਮੁੱਚ ਤੁਸੀਂ ਆਪਣੇ ਬਚਨਾਂ ਨੂੰ ਨਾ ਪਾਲਿਆ ਅਤੇ ਸਾਨੂੰ ਨਿਰਾਸ਼ ਮੁੜਨਾ ਪਿਆ, ਤੁਸੀਂ ਵੇਖੋਗੇ ਕੱਲ੍ਹ ਸੰਧਿਆ ਤੋਂ ਪਹਿਲਾਂ ਹੀ ਸਰਦਾਰ ਹੋਰਾਂ ਨੂੰ ਸ਼ਗਨ ਲੱਗ ਜਾਏਗਾ। ਇਹ ਸੱਚੀਆਂ ਗੱਲਾਂ ਸੁਣ ਕੇ ਸਰਦਾਰ ਰਛਪਾਲ ਸਿੰਘ ਦੇ ਕੰਨਾਂ ਦੀਆਂ ਖਿੜਕੀਆਂ ਖੁੱਲ੍ਹ ਗਈਆਂ, ਪਰ ਆਪਣੀ ਹੈਂਕੜ ਦੇ ਜ਼ੋਰ ਨੇ ਜ਼ਰਾ ਵੀ ਆਪਣੇ ਨਿਸ਼ਾਨੇ ਤੋਂ ਉਹਨੂੰ ਹਿੱਲਣ ਜੁੱਲਣ ਨਾ ਦਿੱਤਾ। ਛਿੱਤਾ ਹੋ ਕੇ ਕਹਿਣ ਲੱਗਾ, ਬਸ ਬਸ ਆਪਣੀ ਜ਼ਬਾਨ ਸੰਭਾਲ ਕੇ ਬੋਲੋ, ਮੈਂ ਤੁਹਾਡੀ ਚਾਲ ਸਮਝ ਗਿਆ। ਜਿਸ ਦਾਤੇ ਨੇ ਇਹਨੂੰ ਰੁਪਏ ਦਿੱਤੇ ਨੇ ਉਹ ਵੀ ਪਰਲੇ ਦਰਜੇ ਦਾ ਚਲਾਕ ਅਤੇ ਮੇਰਾ ਦੁਸ਼ਮਣ ਹੋਏਗਾ। ਉਹਨੇ ਇਹ ਕੰਮ ਮੇਰੇ ਪਾਸੋਂ ਵੈਰ ਲੈਣ ਲਈ ਕੀਤਾ ਹੋਏਗਾ। ਨਾਲੇ ਉਹਨੇ ਇਹ ਸੋਚਿਆ ਹੋਣਾ ਕਿ ਜਦ ਇਸ ਤਰ੍ਹਾਂ ਇਹਦਾ ਵਿਆਹ ਹੋ ਜਾਏਗਾ ਤਾਂ ਸਾਰੇ ਰੁਪਏ ਮੋੜ ਲਵਾਂਗਾ, ਜਿਸ ਕਰਕੇ ਇਹ ਫਿਰ ਉਸੇ ਤਰ੍ਹਾਂ ਕੰਗਾਲ ਦਾ ਕੰਗਾਲ ਰਹਿ ਜਾਏਗਾ। ਮੇਰੀ ਧੀ ਲੋਕਾਂ ਦੀ ਮਿਹਨਤ ਮਜ਼ਦੂਰੀ ਕਰੇਗੀ, ਜਰਾ ਦੱਸੋ ਤਾਂ ਸਹੀ ਉਹ ਕਿਹੜਾ ਦਾਤਾ ਹੈ। ਉਹ ਡਰੋ ਨਾ ਸਰਦਾਰ ਜੀ, ਤੁਹਾਡੇ ਰੁਪਿਆਂ ਦਾ ਕੋਈ ਭੁੱਖਾ ਨਹੀਂ ਹੈ। ਸੰਸਾਰ ਦੇ ਸਾਰੇ ਕੰਮ ਵਾਹਿਗੁਰੂ ਦੀ ਮਰਜ਼ੀ ਨਾਲ ਹੁੰਦੇ ਆ। ਉਸ ਦਿਨ ਜਦ ਤੁਸੀਂ ਇਹਨਾਂ ਨੂੰ ਆਪਣੇ ਘਰੋਂ ਕੱਢਿਆ ਸੀ ਤਾਂ ਤੁਹਾਨੂੰ ਇਹ ਆਸ਼ਾ ਸੀ ਕਿ ਤੁਹਾਡੇ ਨਾਲ ਵੀ ਵਧੀਕ ਧਨੀ ਹੋ ਜਾਣਗੇ। ਇਹਨਾਂ ਲਈ ਉਸ ਵੇਲੇ ਭਾਵੇਂ ਕੋਈ ਵੀ ਥਾਂ ਨਹੀਂ ਸੀ, ਪਰ ਉਸ ਅਕਾਲ ਪੁਰਖ ਪਿਤਾ ਦੀਆਂ ਬੜੀਆਂ ਸ਼ਕਤੀਆਂ, ਉਹ ਜੋ ਚਾਹੇ ਪਲ 'ਚ ਕਰ ਸਕਦਾ। ਜਦੋਂ ਤੁਸੀਂ ਇਹਨਾਂ ਨੂੰ ਬਿਨਾਂ ਸੋਚੇ ਸਮਝੇ ਧੱਕਾ ਦੇ ਦਿੱਤਾ, ਉਸ ਵੇਲੇ ਇਹਨਾਂ ਦੀ ਧਰਮ ਮਾਂ ਨੇ ਵੀ ਤੁਹਾਡੇ ਡਰ ਕਰਕੇ ਇਹਨਾਂ ਨੂੰ ਆਪਣੀ ਕੁੱਲੀ 'ਚ ਆਸਰਾ ਨਹੀਂ ਸੀ ਦਿੱਤਾ। ਉਸ ਵੇਲੇ ਇਹ ਚੌਹੀ ਪਾਸੀ ਦੇਖ ਕੇ ਆਤਮਘਾਤ ਕਰਨ ਲੱਗੇ ਸੀ, ਪਰ ਇੱਕ ਸ਼ਾਹੂਕਾਰ ਨੇ ਐਨ ਵੇਲੇ ਸਿਰ ਪਹੁੰਚ ਕੇ ਇਹਨਾਂ ਦੀ ਰੱਖਿਆ ਕੀਤੀ ਅਤੇ ਮਨੋਰਥ ਸਫਲ ਕੀਤਾ। ਜੋ ਵਾਹਿਗੁਰੂ ਨੇ ਇਹਨਾਂ ਨੂੰ ਸ਼ਕਤੀ ਦਿੱਤੀ ਤਾਂ ਇਹ ਉਹਨਾਂ ਦਾ ਸਾਰਾ ਰੁਪਇਆ ਮੋੜ ਦੇਣਗੇ, ਨਹੀਂ ਤਾਂ ਦੇਣ ਵਾਲੇ ਨੂੰ ਇਸ ਰੁਪਏ ਦੀ ਕੋਈ ਚਿੰਤਾ ਨਹੀਂ, ਕਿਉਂਕਿ ਉਹ ਜਾਣਦਾ ਹੈ ਕਿ ਉਪਕਾਰ ਨਾਲੋਂ ਉੱਤਮ ਹੋਰ ਕੋਈ ਸ਼ੈ ਸੰਸਾਰ 'ਚ ਨਹੀਂ ਹੈ। ਰਛਪਾਲ ਸਿੰਘ ਨੇ ਕਿਹਾ ਕਿ ਠੀਕ ਹੈ, ਇਸ ਤਰ੍ਹਾਂ ਤੁਸੀਂ ਖੂਬ ਜਾਲਸਾਜ਼ੀ ਬਣਾਈ ਹੋਈ ਹੈ, ਤੁਹਾਡਾ ਪਖੰਡ ਮੈਂ ਸਮਝ ਗਿਆ। ਭਾਨ ਸਿੰਘ ਕਹਿੰਦਾ, ਸਰਦਾਰ ਜੀ, ਇਹ ਪਖੰਡ ਜਾਂ ਜਾਲਸਾਜ਼ੀ ਕੁਝ ਵੀ ਨਹੀਂ, ਮੇਰੇ 'ਤੇ ਸਤਿਗੁਰੂ ਦੀ ਕਿਰਪਾ ਹੋਈ ਹੈ ਤਾਂ ਮੈਂ ਉਸ ਯੋਗ ਹੋ ਗਿਆ। ਤੁਹਾਨੂੰ ਗੱਲ ਚੇਤੇ ਕਰਾਈ ਹੈ, ਤੁਸੀਂ ਤਾਂ ਕਹਿੰਦੇ ਸੀ ਮੈਂ ਆਪਣੇ ਬਚਨਾਂ ਦਾ ਪੱਕਾ, ਅੱਜ ਉਸੇ ਦੀ ਪ੍ਰੀਖਿਆ ਦਾ ਦਿਨ ਵੇਖਿਆ ਜਾਏਗਾ ਤੁਸੀਂ ਇੰਨੇ ਮਨੁੱਖਾਂ 'ਚ ਸੱਚੇ ਹੁੰਦੇ ਹੋ ਕਿ ਝੂਠੇ। ਇਹ ਗੱਲ ਸਰਦਾਰ ਰਛਪਾਲ ਸਿੰਘ ਨੂੰ ਤੀਰ ਵਾਂਗ ਲੱਗੀ, ਪਰ ਸਮਾਂ ਬੜਾ ਨਾਜ਼ੁਕ ਸੀ। ਇਹ ਗੱਲ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਦੇ ਇੱਕ ਪਾਸੇ ਖੂਹ ਦੂਜੇ ਪਾਸੇ ਖਾਤਾ ਹੈ, ਕਿਉਂਕਿ ਜੇ ਉਹ ਆਪਣੀ ਜ਼ਬਾਨ ਨੂੰ ਪਾਲਦਾ ਤਾਂ ਆਪਣੀ ਮਰਜ਼ੀ ਵਿਰੁੱਧ ਉਹਨੂੰ ਇੱਕ ਅਜਿਹੇ ਆਦਮੀ ਨੂੰ ਜਵਾਈ ਬਣਾਉਣਾ ਪੈਂਦਾ ਜਿਹੜਾ ਕਿ ਇੱਕ ਸਮੇਂ ਉਹਦੇ ਟੁਕੜਿਆਂ ਨਾਲ ਪਲ ਚੁੱਕਾ ਹੈ। ਜੇ ਨਾ ਕਰਦਾ ਤਾਂ ਇੰਨੇ ਆਦਮੀਆਂ ਦੇ ਸਾਹਮਣੇ ਝੂਠਾ ਹੋਣਾ ਪੈਂਦਾ। ਇਸੇ ਦੁਬਧਾ 'ਚ ਪੈ ਕੇ ਉਹਦੀ ਸਮਝ 'ਚ ਕੁਛ ਨਾ ਆਇਆ ਕੀ ਕਰੇ। ਉਹ ਚਰਚਾ ਆਪੇ ਵਿੱਚ ਕਿੰਨਾ ਚਿਰ ਹੁੰਦੀ ਰਹੀ, ਪਰ ਹਰ ਗੱਲ 'ਚ ਰਛਪਾਲ ਸਿੰਘ ਨੂੰ ਝੂਠਾ ਹੋਣਾ ਪਿਆ। ਅੰਤ ਉਹਨੇ ਸੋਚਿਆ, ਜੇ ਮੈਂ ਨਾ ਮੰਨਾਂਗਾ ਤਾਂ ਇਹ ਕੀ ਕਰ ਲੈਣਗੇ, ਬਹੁਤਾ ਕਰਨਗੇ, ਦੋ ਘੜੀਆਂ ਹੱਸਣਗੇ, ਜ਼ਰਾ ਸ਼ਰਮਿੰਦਾ ਕਰ ਛੱਡਣਗੇ, ਇਹ ਤੋਂ ਵੱਧ ਹੋ ਇਹ ਨਾ ਮੇਰਾ ਕਰ ਕੀ ਲੈਣਾ। ਪਰ ਜੇ ਕਦੇ ਮੈਂ ਸ਼ੇਖੀ 'ਚ ਆ ਕੇ ਆਪਣੀ ਜ਼ਬਾਨ ਦਾ ਪਾਲਣ ਕਰ ਦਿੱਤਾ ਤਾਂ ਮੇਰਾ ਸੱਤਿਆਨਾਸ਼ ਹੋ ਜਾਏਗਾ। ਇੱਕ ਤਾਂ ਕੁੜੀ ਜਾਏਗੀ, ਦੂਜਾ ਕਸ਼ਟਾਂ ਨਾਲ ਕੀਤਾ ਉਹ ਇਕੱਠਾ ਕੀਤਾ ਧਨ ਵੀ ਇਹ ਲੁੱਟ ਲੈਣਗੇ, ਤਾਂ ਤੇ ਇਸ ਗੱਲ ਦੀ ਰੱਤੀ ਵੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਇਹ ਸੋਚ ਕੇ ਉਹ ਜਿਉਂ ਹੀ ਆਪਣਾ ਮੂੰਹ ਖੋਲ੍ਹਣ ਲੱਗਾ, ਉੱਧਰ ਕੁੰਦਨ ਕੌਰ ਜੋ ਤਾਕ ਦੇ ਪਿੱਛੇ ਸਾਰੀਆਂ ਗੱਲਾਂ ਸੁਣ ਰਹੀ ਸੀ ਤੇਜ਼ੀ ਨਾਲ ਬੋਲ ਉੱਠੀ, ਮੇਰੇ ਪਿਤਾ ਹੋਰੀ ਆਪਣੀ ਜ਼ਬਾਨ ਦੇ ਬੜੇ ਪੱਕੇ ਹੈ, ਉਹ ਕਦੇ ਵੀ ਇੱਕ ਵੇਰਾਂ ਕਿਤੇ ਬਚਨ ਨੂੰ ਨਹੀਂ ਹਾਰਨਗੇ। ਤੈਨੂੰ ਕਿਹਨੇ ਬੋਲਣ ਲਈ ਕਿਹਾ, ਨਹੀਂ ਬਸ਼ਰਮ ਕੁੜੀਏ। ਇਹ ਕਹਿ ਕੇ ਰਛਪਾਲ ਸਿੰਘ ਛੇਤੀ ਨਾਲ ਅੰਦਰ ਵੱਲ ਝਪਟਿਆ ਅਤੇ ਕੁੰਦਨ ਘਰ ਦੇ ਅੰਦਰਲੇ ਕਮਰੇ 'ਚ ਨੱਸ ਗਈ। ਕੁੰਦਨ ਦੇ ਇਹ ਕਹਿਣ ਨੇ ਰਛਪਾਲ ਸਿੰਘ ਦੇ ਸਾਰੇ ਮਨਸੂਬਿਆਂ ਦੇ ਪਾਣੀ ਫੇਰ ਦਿੱਤਾ, ਉਹਦੇ ਸਾਰੇ ਖਿਆਲ ਮਿੱਟੀ 'ਚ ਰਲ ਗਏ। ਉਹ ਕ੍ਰੋਧ ਨਾਲ ਅੰਨਾ ਹੋ ਕੇ ਭੱਜਦਾ ਅੰਦਰ ਚਲਾ ਗਿਆ। ਜਿੱਥੇ ਖੜੀ ਕੁੰਦਨ ਪਿਤਾ ਦੇ ਕ੍ਰੋਧ ਤੋਂ ਭੈ ਭੀਤ ਹੋਈ ਕੰਬ ਰਹੀ ਸੀ, ਉੱਥੇ ਪਹੁੰਚ ਕੇ ਉਹਨੇ ਕੁੰਦਨ ਦੀ ਗੁੱਤ ਨੂੰ ਜੋ
ਲੱਕ ਤੋੜੀ ਲਮਕ ਰਹੀ ਸੀ, ਫੜ ਲਿਆ ਅਤੇ ਜ਼ੋਰ ਨਾਲ ਆਪਣੇ ਵੱਲ ਖਿੱਚ ਕੇ ਅੱਖਾਂ ਲਾਲ ਕਰਕੇ ਕੰਬਦੀ ਹੋਈ ਆਵਾਜ਼ ਨਾਲ ਕਹਿਣ ਲੱਗਾ, ਚੁੜੇਲੇ ਮਰ ਜਾਏ ਰੱਬ ਕਰਕੇ, ਤੈਨੂੰ ਕਿਹਨੇ ਸੱਦਿਆ ਸੀ ਕਿ ਆਪ ਮੁਹਾਰੀ ਬਕਣ ਲੱਗ ਪਈ ਹੈ। ਕੁੰਦਨ ਦਾ ਡਰ ਕ੍ਰੋਧ 'ਚ ਬਦਲ ਗਿਆ। ਉਹਨੇ ਵੀ ਕੁਛ ਰੁਖਾਈ ਨਾਲ ਕਿਹਾ, ਤੁਸੀਂ ਪਿਤਾ ਜੀ ਹੋ, ਮੈਂ ਤੁਹਾਡੀ ਧੀ ਹਾਂ। ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਤੁਸੀਂ ਮੇਰੀ ਗੁੱਤ ਛੱਡ ਦਿਓ, ਫਿਰ ਮੈਂ ਤੁਹਾਡੀਆਂ ਗੱਲਾਂ ਦਾ ਉੱਤਰ ਦਿੰਦੀ ਹਾਂ। ਕੁਛ ਸੋਚ ਕੇ ਰਿਛਪਾਲ ਨੇ ਕੁੰਦਨ ਨੂੰ ਛੱਡ ਦਿੱਤਾ, ਫਿਰ ਸ਼ੇਰ ਵਾਂਗ ਗੱਜ ਕੇ ਆਖਣ ਲੱਗਾ, ਦੱਸ ਕੀ ਕਹਿੰਦੀ ਹੈ। ਕੁੰਦਨ ਕੌਰ ਕਹਿੰਦੀ, ਮੈਂ ਪੁੱਛਦੀ ਹਾਂ ਜੇ ਮੈਂ ਬੋਲ ਬੈਠੀ ਤਾਂ ਕੀ ਬੁਰਾ ਕੀਤਾ। ਰਿਛਪਾਲ ਸਿੰਘ ਕਹਿੰਦਾ, ਬੁਰਾ ਨਹੀਂ ਤਾਂ ਹੋਰ ਕੀ ਹੈ, ਤੈਨੂੰ ਕਿਸੇ ਨੇ ਕਿਹਾ ਸੀ ਬੋਲ? ਕੁੰਦਨ ਕੌਰ ਕਹਿੰਦੀ, ਸਮੇਂ ਨੇ ਅਤੇ ਤੁਸੀਂ ਮੈਨੂੰ ਬੋਲਣ ਲਈ ਲਾਚਾਰ ਕੀਤਾ ਸੀ। ਰਿਛਪਾਲ ਕਹਿੰਦਾ, ਉਹ ਕਿਸ ਤਰ੍ਹਾਂ? ਅੱਛਾ ਦੱਸੋ, ਤੁਸੀਂ ਘੜੀ ਮੁੜੀ ਮੈਨੂੰ ਇਹੋ ਕਿਹਾ ਸੀ ਨਾ, ਜਦ ਉਹ ਭਾਨ ਸਿੰਘ ਵਿਆਹ ਕਰਨ ਤੋਂ ਪਹਿਲਾਂ ਅਮੀਰਾਂ ਵਾਂਗ ਠਾਠ ਬਣਾ ਕੇ ਮੇਰੇ ਪਾਸ ਆ ਕੇ ਸਾਕ ਮੰਗੇ ਤਾਂ ਮੈਨੂੰ ਵਿਆਹ ਕਰ ਦੇਣ 'ਚ ਕੋਈ ਨਾਂਹ ਨੁੱਕਰ ਨਹੀਂ ਹੋਏਗੀ। ਅਤੇ ਦੱਸੋ ਹੁਣ ਚੁੱਪ ਕਿਉਂ ਕਰ ਗਏ ਹੋ? ਰਿਛਪਾਲ ਸਿੰਘ ਨੇ ਕਿਹਾ, ਅੱਛਾ ਕਿਹਾ ਸੀ, ਫਿਰ ਇਹੋ ਕਿ ਹੁਣ ਆਪਣੀ ਜ਼ਬਾਨ ਪੂਰੀ ਕਰੋ। ਰਿਛਪਾਲ ਸਿੰਘ ਗੁੱਸੇ ਨਾਲ ਬੋਲਦਾ, ਇਸ ਕੰਮ 'ਚ ਤੈਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ। ਕਿਉਂ ਅਧਿਕਾਰ ਨਹੀਂ? ਜਦੋਂ ਤੀਕ ਮੈਂ ਆਣੀ ਸੀ ਝਾਤੀ ਕਦਾ ਘਰ ਨਹੀਂ ਸੀ, ਪਰ ਹੁਣ ਜਦ ਤੁਸਾਂ ਮੈਨੂੰ ਪਾਲ ਪੋਸ ਕੇ ਪੜ੍ਹਾ ਲਿਖਾ ਕੇ ਇਸ ਯੋਗ ਬਣਾ ਦਿੱਤਾ ਹੈ ਕਿ ਮੈਂ ਆਪਣੇ ਲਈ ਭਲੀ ਬੁਰੀ ਗੱਲ ਦਾ ਵਿਚਾਰ ਕਰ ਸਕਾਂ, ਤਾਂ ਮੈਨੂੰ ਅਧਿਕਾਰ ਹੈ ਕਿ ਮੈਂ ਆਪਣੇ ਬੁੱਧ ਅਨੁਸਾਰ ਤੁਹਾਨੂੰ ਹਰ ਗੱਲ 'ਚ ਸਹਾਇਤਾ ਦਿਆਂ। ਰਿਛਪਾਲ ਸਿੰਘ ਨੇ ਕਿਹਾ ਕਿ ਜੇ ਮੈਂ ਸਹਾਇਤਾ ਮੰਗਾਂ ਤਾਂ ਦੇਵੇਂ ਕਿ ਐਵੇਂ ਮੱਲੋ ਮੱਲੀ ਮੇਰੇ ਰਾਹ 'ਚ ਲੱਤ ਅੜਾਵੇਂ? ਕੁੰਦਨ ਕੌਰ ਨੇ ਕਿਹਾ, ਹਾਂ ਜਦ ਕੋਈ ਅਜਿਹੀ ਗੱਲ ਹੋਵੇ ਤਾਂ ਜਿਹਦਾ ਸੰਬੰਧ ਸਿੱਧਾ ਮੇਰੇ ਨਾਲ ਹੈ ਤਾਂ ਮੈਨੂੰ ਆਪਣੀ ਸਲਾਹ ਦੇਣੀ ਜ਼ਰੂਰੀ ਹੈ, ਭਾਵੇਂ ਤੁਸੀਂ ਪੁੱਛੋ ਭਾਵੇਂ ਨਾ। ਮੇਰਾ ਇੰਨਾ ਭਾਰਾ ਕੰਮ ਜਿਸ ਉੱਤੇ ਮੇਰਾ ਸਾਰਾ ਜੀਵਨ ਨਿਰਭਰ ਕਰਦਾ ਹੈ, ਅਜਿਹੀ ਹਾਲਤ 'ਚ ਭਲਾ ਮੈਂ ਕਿੱਕਣ ਚੁੱਪ ਰਹਿ ਸਕਦੀ ਹਾਂ? ਰਿਛਪਾਲ ਸਿੰਘ ਉਹਨੂੰ ਭੱਜ ਕੇ ਪਿਆ, ਬਸ ਬਸ ਤੈਨੂੰ ਚੁੱਪ ਰਹਿਣਾ ਹੀ ਪਏਗਾ। ਇਹ ਤਾਂ ਬੜਾ ਹਨੇਰ ਅਤੇ ਜ਼ੋਰਾਵਰੀ ਹੈ। ਵਿਆਹ ਦਾ ਬੰਧਨ ਕੋਈ ਮਿੱਟੀ ਦਾ ਕਢਾਉਣਾ ਥੋੜ੍ਹਾ, ਜੋ ਜੀਤੇ ਜੀ ਕੀਤਾ ਹੱਥ ਫੜਾ ਤਾ। ਮੈਂ ਤਾਂ ਇਹ ਜ਼ੋਰਾਵਰੀ ਕਦੇ ਵੀ ਨਹੀਂ ਸਹਾਰ ਸਕਦੀ। ਜੇ ਤੁਸੀਂ ਮੇਰੇ ਨਾਲ ਅੱਤਿਆਚਾਰ ਕਰਨਾ ਸੀ ਤਾਂ ਫਿਰ ਮੇਰਾ ਮੂੰਹ ਕਿਉਂ ਨਾ ਸੀ ਦਿੱਤਾ? ਮੈਨੂੰ ਕਿਉਂ ਲਿਖਾ ਪੜ੍ਹਾ ਕੇ ਸੁਤੰਤਰ ਵਿੱਦਿਆ ਦੇ ਕੇ ਮੇਰੀਆਂ ਅੱਖਾਂ ਖੋਲੀਆਂ? ਕੁੰਦਨ ਕੌਰ ਬੋਲੀ, ਠੀਕ ਹੈ, ਇਹ ਮੇਰਾ ਹੀ ਕਸੂਰ ਹੈ। ਮੇਰੀ ਧੀ ਮੈਨੂੰ ਹੀ ਸਿਖਾਉਣ ਤੁਰੀ ਹੈ। ਸਿਖਾਇਆ ਪੜ੍ਹਾਇਆ ਤੈਨੂੰ ਇਸ ਲਈ ਸੀ ਕਿ ਤੂੰ ਮੇਰੀ ਆਗਿਆ ਪਾਲਣ ਕਰੇਂਗੀ, ਨਾ ਕਿ ਇਸ ਲਈ ਕਿ ਉਲਟੀ ਮੈਨੂੰ ਹੀ ਚਰਾਏਂਗੀ ਅਤੇ ਮੇਰੇ ਉੱਤੇ ਦੁੱਖਾਂ ਦੇ ਪਹਾੜ ਲਿਆ ਸੁੱਟੇਂਗੀ। ਪਿਤਾ ਜੀ, ਪੜ੍ਹਨ ਜਾਂ ਪੜ੍ਹਾਉਣ ਦੀ ਇੱਥੇ ਕੋਈ ਬਹਿਸ ਨਹੀਂ ਹੈ। ਇੱਥੇ ਤਾਂ ਤੁਹਾਡਾ ਅਤੇ ਮੇਰਾ ਸਵਾਰਥ ਵੱਖੋ ਵੱਖ ਹੈ। ਤੁਸੀਂ ਆਪਣੀ ਭਲਾਈ ਵੇਖਦੇ ਹੋ ਅਤੇ ਮੈਂ ਆਪਣੀ, ਇਸ ਕਰਕੇ ਮੈਨੂੰ ਬੋਲਣ ਦੀ ਲੋੜ ਪਈ ਸੀ। ਰਿਛਪਾਲ ਸਿੰਘ ਕਹਿੰਦਾ, ਕੁੰਦਨ ਪੁੱਤਰ ਜਵਾਨ ਸੰਭਾਲ ਕੇ ਬੋਲ। ਹੁਣ ਤੋੜੀ ਤਾਂ ਮੈਂ ਤੇਰੀਆਂ ਬਥੇਰੀਆਂ ਗੱਲਾਂ ਸੁਣ ਚੁੱਕਾਂ, ਪਰ ਹੁਣ ਮੈਂ ਕੁਛ ਨਹੀਂ ਸੁਣਨਾ। ਤੈਨੂੰ ਮੇਰੀ ਆਗਿਆ ਅਨੁਸਾਰ ਚੱਲਣਾ ਹੀ ਪਏਗਾ। ਮੈਂ ਤੁਹਾਡੀ ਆਗਿਆ ਦੇ ਅਨੁਸਾਰ ਤੇ ਚੱਲ ਰਹੀ ਹਾਂ। ਉਸ ਦਿਨ ਜੋ ਤੁਸੀਂ ਕਿਹਾ ਸੀ ਉਹੀ ਕੁਝ ਕਰਨ ਲਈ ਮੈਂ ਤੁਹਾਨੂੰ ਘੜੀ ਮੁੜੀ ਆਖ ਰਹੀ ਹਾਂ। ਅੱਛਾ, ਹੁਣ ਇਹਨਾਂ ਗੱਲਾਂ ਨੂੰ ਜਾਣ ਦੇ। ਕੁੰਦਨ ਕੌਰ ਬੋਲੀ, ਇਹ ਤਾਂ ਇਸ ਜਨਮ 'ਚ ਹੋਣਾ ਔਖਾ ਹੈ। ਰਿਛਪਾਲ ਸਿੰਘ ਕਹਿੰਦਾ, ਮੰਨ ਜਾ ਨਹੀਂ ਤਾਂ ਪਛਤਾਏਂਗੇ। ਕੁੰਦਨ ਕੌਰ ਕਹਿੰਦੀ, ਤੁਸੀਂ ਮੈਨੂੰ ਧਮਕੀਆਂ ਕਿਉਂ ਦਿੰਦੇ ਹੋ? ਤੁਸੀਂ ਮੈਨੂੰ ਜਨਮ ਦੇਣ ਵਾਲੇ ਸਾਥੀ ਹੋ, ਪਰ ਕਰਮ ਦੇਣ ਵਾਲੇ ਨਹੀਂ। ਤੁਸੀਂ ਮੈਨੂੰ ਕਰਮਾਂ 'ਤੇ ਛੱਡ ਦਿਓ, ਜੋ ਕੁਛ ਹੋਏਗਾ ਉਹਨੂੰ ਮੈਂ ਆਪੇ ਸਹਿ ਲਵਾਂਗੀ। ਰਿਛਪਾਲ ਸਿੰਘ ਨੇ ਫਿਰ ਗਰਜ ਕੇ ਕਿਹਾ, ਜਿਹੋ ਜਿਹੀਆਂ ਗੱਲਾਂ ਨਾ ਕਰ, ਨਹੀਂ ਤਾਂ ਤੂੰ ਔਕੜ 'ਚ ਫਸ ਜਾਏਂਗੀ। ਯਾਦ ਰੱਖ, ਮੈਂ ਤੈਨੂੰ ਦਾਜ ਆਦਿ ਕੁਝ ਵੀ ਨਹੀਂ ਦਿਆਂਗਾ, ਅਤੇ ਜੇ ਕੁਝ ਤੂੰ ਇਸ ਵੇਲੇ ਉਹਦੇ ਕੋਲ ਵੇਖ ਰਹੀ ਹੈ, ਇਹ ਸਾਰਾ ਬਨਾਵਟੀ ਹੈ। ਉਸ ਕਪਟੀ, ਬੇਈਮਾਨ ਅਤੇ ਦਗੇਬਾਜ਼ ਪਾਸ ਤੈਨੂੰ ਕਦੇ ਸੁੱਖ ਨਹੀਂ ਪ੍ਰਾਪਤ ਹੋਏਗਾ। ਇਸ ਗੱਲ ਦੀ ਮੈਨੂੰ ਰੱਤਾ ਫਿਕਰ ਨਹੀਂ, ਪਰ ਮੈਨੂੰ ਹੈ। ਤਾਂ ਕੀ ਉਹਨਾਂ ਭਾਨ ਸਿੰਘ ਨਾਲ ਮੇਰਾ ਵਿਆਹ ਨਹੀਂ ਕਰੋਗੇ? ਨਹੀਂ, ਕਦੇ ਨਹੀਂ। ਤਾਂ ਫਿਰ ਤੁਸੀਂ ਵੀ ਪਛਤਾਓਗੇ। ਜੇ ਤੁਹਾਡੀ ਇੱਜ਼ਤ ਨੂੰ ਵੱਟਾ ਲੱਗ ਗਿਆ ਤਾਂ ਇਹਦੇ ਭਾਗੀ ਤੁਸੀਂ ਹੋਗੇ। ਹੁਣ ਰਿਛਪਾਲ ਸਿੰਘ ਸਹਾਰਨ ਦੀ ਤਾਕਤ ਨਾ ਰਹੀ। ਕ੍ਰੋਧ ਨੇ ਇੱਕ ਵਾਰੀ ਉਹਨੂੰ ਜੋਸ਼ 'ਚ ਲਿਆਂਦਾ ਅਤੇ ਉਹਨੇ ਕੁੰਦਨ ਨੂੰ ਉਹਦੀਆਂ ਗੱਲਾਂ ਦਾ ਉੱਤਰ ਗਾਲੀ ਗਲੋਚ ਨਾਲ ਦਿੱਤਾ। ਪਰ ਉਹਨੂੰ ਲੋਕ ਲੱਜਾ ਦੇ ਡਰ ਨੇ ਗਾਲੀ ਗਲੋਚ ਹੌਲੀ ਹੌਲੀ ਬੋਲਣ ਲਈ ਕਿਹਾ। ਪਰ ਇਹਦਾ ਸਿੱਟਾ ਇਹ ਹੋਇਆ ਕਿ ਉਹ ਆਪਣੇ ਆਪ ਨੂੰ ਉੱਥੇ ਖੜ੍ਹਾ ਨਾ ਰੱਖ ਸਕਿਆ। ਉਹਦਾ ਸਰੀਰ ਤੇਜ਼ੀ ਨਾਲ ਕੰਬਿਆ ਅਤੇ ਘੜਮ ਕਰਦਾ ਭੁੰਜੇ ਡਿੱਗ ਪਿਆ। ਉਸ ਪਾਸੋਂ ਵੀ ਹੁਣ ਸਥਿਰ ਨਾ ਰਿਹਾ ਗਿਆ। ਹੁਣ ਤੱਕ ਜਿਹੜੀ ਕੁੰਦਨ ਆਪਣੇ ਪਿਤਾ ਨਾਲ ਬਰਾਬਰ ਉੱਤਰ ਪ੍ਰਸ਼ਨ ਕਰ ਰਹੀ ਸੀ, ਜਿਹੜੀ ਆਪਣੀ ਸੁਤੰਤਰ ਸਿੱਖਿਆ ਦੇ ਕਾਰਨ ਪਿਤਾ ਨੂੰ ਬੇਵੱਸ ਕਰ ਰਹੀ ਸੀ, ਉਹਦੀ ਮਰਜ਼ੀ ਨਾਲ ਕੰਮ ਕਰੇ, ਉਸ ਪਾਸੋਂ ਹੁਣ ਵਧੇਰੇ ਨਾ ਰਿਹਾ ਗਿਆ।
ज्यों ही रछपाल सिंह धमाके नाल जमीन ते डिगा त्यों ही प्रेम ने उहदे ते दिल ते करड़ी चोट लाई। वह एक पल लई अपनी थां ते खड़ी ना रह सकी, भज के गई, एक पखा लिया के पिता दे मूँह ते चलण लगी। इधर भान सिंह ने उहदे साथी जो अजे तक बाहर खड़ोते सी धमाके की आवाज़ सुन के अंदर गए। रछपाल सिंह नूं घेर के खलो गए, फिकर करन लगे कि हुण की कीता जाए। पर अजे सोच ही रहे सी कि रछपाल सिंह ने अखां खोलतियां, उठ के बैठ गया, कहन लगा, निकल जाओ तुसीं मेरे घर चों, कुंदन तू भी जा, तेरे वर्गी बेशरम धी की मैनू कोई लोड़ नहीं, तो ना ही तू मेरी धी है, जा जिहदे नाल तेरा जी करे विआह कर दी, फिर बस इहो तेरा मेरा अंतिम मेल है। अज तो पिछों ना तू मैनू अपना मूँह दिखाई तो ना ही मैं तैनू विखाऊंगा। यह कहिंदा कहिंदा रछपाल सिंह उठ के खड़ा हो गया। भान सिंह के साथी तो उस वेले घर तो बाहर हो गए, पर भान सिंह अजे अंदर सी ते उतों कुछ कदमां दी विथ ते अपने पिता दे पास कुंदन भी खड़ोती सी। रछपाल सिंह ने फिर कड़क के भान सिंह नूं कहा, बस तू मेरी अखां तो दूर हो जा। यह सुन के भान सिंह भी बूहे बाहर हो गया। फिर उन्हें कुंदन की भी बांह फड़ के उन्होंने दरवाजे बाहर धकेल दिता, यह कह के कि दुश्मनी नूं भी नाल लै जाओ। बूहा बंद कर लिया, फिर कलेजे ते हाथ रख के चुप चुपीता जाके बिस्तरे ते लेट गया। अंग 11। भान सिंह हुण पक्के मायाधारियां च सदींदा है। दिन रात इहनूं माया दी धुन लगी रहिंदी है। जिस दिन तों रछपाल सिंह दे घरों कुंदन कौर नूं नाल लिया है, उस नाल विआह कीता, उसे दिन तों कुंदन दी प्रेरणा नाल थां थां वपार दीआं आड़तां खोल दित्तियां हन। थोड़े समय च ही बेअंत लाभ होया, थोड़े चिर च ही भान सिंह लखां पति हो गया। कुछ समा पा के कुंदन कौर की कुखों बालक जमया, हुण तिन्हां आदमियों का जीवन बड़े आनंद नाल बतीत होण लगा। दुख ते चिंता उन्हां तों कोहां दूर रहिंदे सन। कुंदन ने इन्हां सुखां च पै के एकमात्र अपने पिता नूं भी भुला दिता। कदी कदी रात नूं सौण लग्या भान सिंह कुंदन कौर सलाह करदे कि कल तो रोज़ अमृत वेले दरबार साहब चलिया करांगे, पर उन्हां दीआं विचारां नींदर दे नाल ही दिन चढ़न तों पहलां पता नहीं कित्थे नस जांदियां सी। ਸਵੇਰੇ ਉੱਠਦਿਆਂ ਸਾਰੀ ਮਾਇਆ ਆਪਣੇ ਸੰਗਲਾਂ ਨਾਲ ਅਜਿਹਾ ਜਕੜ ਲੈਂਦੀ ਸੀ ਕਿ ਉਹਨਾਂ ਨੂੰ ਰਾਤ ਦੀਆਂ ਗੱਲਾਂ ਨੂੰ ਸੋਚਣ ਦਾ ਸਮਾਂ ਹੀ ਨਹੀਂ ਸੀ ਮਿਲਦਾ। ਇਸ ਪਾਪ ਦੀ ਖੱਟੀ ਨੇ ਸੱਚਮੁੱਚ ਭਾਨ ਸਿੰਘ ਨੂੰ ਹੋਰ ਦਾ ਹੋਰ ਹੀ ਬਣਾ ਦਿੱਤਾ ਸੀ। ਉੱਧਰ ਸਰਦਾਰ ਰਛਪਾਲ ਸਿੰਘ ਵੀ ਕੁੰਦਨ ਕੌਰ ਨੂੰ ਇਸ ਤਰ੍ਹਾਂ ਕੱਢਣ ਤੋਂ ਪਿੱਛੋਂ 2 ਕੁ ਵਰ੍ਹੇ ਜੀਵਿਆ। ਅੰਤ ਇੱਕ ਦਿਨ ਅਚਾਨਕ ਉਹਨੂੰ ਨਮੂਨੀਆ ਨੇ ਆ ਘੇਰਿਆ। ਇੱਕ ਸਾਤੇ 'ਚ ਹੀ ਇਸ ਸੰਸਾਰ ਤੋਂ ਤੁਰਦਾ ਬਣਿਆ। ਉਹ ਆਪਣੀ ਪੁੱਤਰੀ ਤੋਂ ਬੜਾ ਦੁਖੀ ਸੀ, ਪਰ ਪਿਆਰੀ ਬੱਚੀ ਦਾ ਮੋਹ ਉਹਦੇ ਵਿੱਚੋਂ ਅੰਤ ਤੀਕ ਨਾ ਗਿਆ। ਉਹਦੇ ਮਰਨ ਪਿੱਛੋਂ ਉਹਦੀ ਕਮਾਈ ਦਾ ਉਹ ਸਾਰਾ ਮਾਲ ਜਿਹਦੇ ਜਾਣ ਦੇ ਡਰ ਦੇ ਕਾਰਨ ਉਹ ਇੱਕ ਮਾਤਰ ਆਪਣੀ ਕੰਨਿਆਂ ਨੂੰ ਤਿਆਗ ਬੈਠਾ ਸੀ, ਉਹ ਸਾਰਾ ਧਨ, ਨਗਦੀ, ਗਹਿਣਾ, ਮਕਾਨ, ਬਾਗ, ਬਗੀਚੇ, ਮੋਟਰਾਂ ਆਦਿ ਸਭ ਕੁਝ ਭਾਨ ਸਿੰਘ ਦੇ ਹੱਥ ਆਇਆ, ਕਿਉਂਕਿ ਕੁੰਦਨ ਤੋਂ ਛੁੱਟ ਹੋਰ ਉਹਦਾ ਵਾਲੀ ਵਾਰਸ ਕੋਈ ਹੈ ਹੀ ਨਹੀਂ ਸੀ। ਸੱਚ ਹੈ, ਮਾਇਆ ਕੋ ਮਾਇਆ ਮਿਲੀ, ਕਰ ਕਰ ਲੰਬੇ ਹੱਥ। ਇੱਕ ਤਾਂ ਭਾਨ ਸਿੰਘ ਪਾਸ ਅੱਗੇ ਹੀ ਧਨ ਦੇ ਅੰਬਾਰ ਲੱਗੇ ਸੀ, ਉੱਤੋਂ ਸਹੁਰੇ ਦੀ ਕਈ ਲੱਖਾਂ ਦੀ ਗੱਦੀ ਮਿਲ ਗਈ। ਹੁਣ ਤਾਂ ਭਾਨ ਸਿੰਘ ਰਾਜਾ ਇੰਦਰ ਦੇ ਨੇੜੇ ਤੇੜੇ ਜਾ ਪੁੱਜਾ। ਉਹਦੀ ਮਾਨ ਵਡਿਆਈ ਇੰਨੀ ਵੱਧ ਗਈ ਕਿ ਲੋਕ ਬਿਨਾਂ ਵਿਆਜ ਹੀ ਆਪਣੀ ਰਾਸ ਪੂੰਜੀ ਇਸ ਕੋਲ ਜਮ੍ਹਾਂ ਕਰਾ ਜਾਂਦੇ ਸੀ। ਦਿਨ ਰਾਤ ਉਹਦੇ ਕੋਲ ਰੁਪਿਆ, ਪੌਂਡਾਂ, ਨੋਟਾਂ ਦੀ ਛਣ ਛਣ ਖੜ ਖੜ ਹੁੰਦੀ ਰਹਿੰਦੀ। ਲੈਣ ਦੇਣ ਵਾਲਿਆਂ ਦੀ ਭੀੜ ਨਾਲ ਉਹਦੀ ਬੈਠਕ ਖਚਾ ਖੱਚ ਭਰੀ ਰਹਿੰਦੀ। ਹੌਲੀ ਹੌਲੀ ਭਾਨ ਸਿੰਘ ਨੇ ਸਰਕਾਰੀ ਦਰਬਾਰੇ ਇੰਨਾ ਸਿੱਕਾ ਜਮਾ ਲਿਆ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀਆਂ ਸਿਫਾਰਸ਼ਾਂ ਨਾਲ ਉਹਨੂੰ ਸਰਦਾਰ ਬਹਾਦਰ ਦਾ ਖਿਤਾਬ ਮਿਲ ਗਿਆ। ਲੋਕਾਂ 'ਚ ਉਹਦਾ ਇੰਨਾ ਵਿਸ਼ਵਾਸ ਵੱਧ ਗਿਆ ਕਿ ਜਿਸ ਕੰਮ 'ਚ ਉਹਦਾ ਹੱਥ ਨਾ ਪਵੇ ਉਹ ਸ਼ੰਕੇ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ। ਉਹਦੇ ਪਾਸੋਂ ਇੱਕ ਆਦਮੀ ਹਟਦਾ, ਤੁਰੰਤ ਉਹਦੀ ਥਾਂ ਦੂਜਾ ਜੋ ਕਿੰਨੇ ਚਿਰਾਂ ਤੋਂ ਉਡੀਕ 'ਚ ਖੜ੍ਹਾ ਹੁੰਦਾ ਹਾਜ਼ਰ ਹੁੰਦਾ। ਇਹਨਾਂ ਆਉਣ ਜਾਣ 'ਤੇ ਸਿਫਾਰਸ਼ਾਂ ਕਰਨ ਵਾਲਿਆਂ ਦੀ ਇੰਨੀ ਭੀੜ ਹੁੰਦੀ ਸੀ ਕਿ ਰੋਜ਼ ਹੀ ਕਈ ਆਦਮੀਆਂ ਨੂੰ ਦੁਖੀ ਅਤੇ ਨਿਰਾਸ਼ ਕਰਕੇ ਉਹ ਰੋਟੀ ਖਾਣ ਲਈ ਉੱਠ ਜਾਂਦਾ ਸੀ। ਭਾਨ ਸਿੰਘ ਉਸ ਸਮੇਂ ਦੇ ਸਾਰੇ ਅੰਮ੍ਰਿਤਸਰ ਦੇ ਸੇਠਾਂ ਸ਼ਾਹੂਕਾਰਾਂ ਦਾ ਸ਼੍ਰੋਮਣੀ ਗਿਣਿਆ ਜਾਣ ਲੱਗ ਪਿਆ ਸੀ, ਪਰ ਇੰਨਾ ਹੋਣ 'ਤੇ ਵੀ ਉਹ ਸਮੇਂ ਦੇ ਚੱਕਰ ਤੋਂ ਬਚ ਨਾ ਸਕਿਆ। ਬੜੀ ਛੇਤੀ ਉਹਨੂੰ ਇੱਕ ਭਿਆਨਕ ਦੁੱਖ 'ਚ ਪੈਣਾ ਪਿਆ। ਇੱਕ ਦਿਨ ਉਹ ਆਪਣੇ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਿਆ ਹੋਇਆ ਸੀ ਕਿ ਕੁੰਦਨ ਕੌਰ ਅਚਾਨਕ ਹੀ ਹੈਜੇ ਦੀ ਬਿਮਾਰੀ ਨਾਲ ਭਾਨ ਸਿੰਘ ਦੇ ਸੁੱਖਾਂ ਦੇ ਉਮੰਗਾਂ ਦੀ ਫੁਲਵਾੜੀ ਉੱਤੇ ਗੜੇ ਮਾਰ ਕਰਕੇ ਸੰਸਾਰ ਤੋਂ ਯਾਤਰਾ ਸਫਲ ਕਰਕੇ ਪਰਲੋਕ ਜਾ ਵਸੀ। ਸਮਾਚਾਰ ਸੁਣ ਕੇ ਭਾਨ ਸਿੰਘ ਭੱਜਾ ਭੱਜਾ ਘਰ ਆਇਆ, ਪਰ ਕੀ ਹੋ ਸਕਦਾ ਸੀ, ਜੋ ਹੋਣਾ ਸੀ ਉਹ ਤਾਂ ਉਹਦੇ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕਾ ਸੀ।
ਕੁੰਦਨ ਕੌਰ ਦਾ ਮ੍ਰਿਤਕ ਸੰਸਕਾਰ ਬੜੀ ਧੂਮਧਾਮ ਨਾਲ ਸਮਾਪਤ ਹੋਇਆ। ਇਸਤਰੀ ਵਿਯੋਗ ਇਸ ਸੰਸਾਰ 'ਚ ਇੱਕ ਭਿਆਨਕ ਦੁੱਖ ਹੈ। ਇਸਤਰੀ ਪਣੇ ਦਾ ਆਨੰਦ ਪ੍ਰਾਪਤ ਕਰ ਲੈਣ ਤੋਂ ਪਿੱਛੋਂ ਜਿਨ੍ਹਾਂ ਲੋਕਾਂ ਨੂੰ ਅਸਹਿ ਦੁੱਖ ਸਾਗਰ 'ਚ ਡੁੱਬਣਾ ਪਿਆ, ਉਹਨਾਂ ਪਾਸੋਂ ਹੀ ਇਹਦੀ ਕਹਾਣੀ ਪੁੱਛੋ। ਵਾਹਿਗੁਰੂ ਨਾ ਕਰੇ ਕਿਸੇ ਨੂੰ ਇਸ ਰੋਗ ਦਾ ਰੋਗੀ ਹੋਣਾ ਪਵੇ, ਪਰ ਜੇ ਕੋਈ ਸੱਜਣ ਭੈੜੇ ਭਾਗਾਂ ਕਰਕੇ ਇਸ ਪੀੜ ਨਾਲ ਪੀੜਤ ਹੋ ਚੁੱਕਾ ਹੈ ਤਾਂ ਨਿਰਸੰਦੇਹ ਉਹ ਭਾਨ ਸਿੰਘ ਦੇ ਦੁੱਖਾਂ ਦਾ ਅਨੁਮਾਨ ਲਾ ਸਕੇਗਾ। ਕਹਿਣ ਦਾ ਭਾਵ ਹੈ ਕਿ ਕੁੰਦਨ ਦੇ ਮਰਨ ਨਾਲ ਭਾਨ ਸਿੰਘ ਨੂੰ ਡਾਢਾ ਧੱਕਾ ਲੱਗਾ, ਉਹਦਾ ਦਿਲ ਟੋਟੇ ਟੋਟੇ ਹੋ ਗਿਆ। ਭਾਨ ਸਿੰਘ ਦੇ ਦਿਲ 'ਚ ਬੜੀ ਭਾਰੀ ਚੋਟ ਇਸ ਤੋਂ ਪਹਿਲਾਂ ਹੀ ਲੱਗ ਚੁੱਕੀ ਸੀ। ਉਹ ਹੋਰ ਕੋਈ ਨਹੀਂ, ਉਹੀ ਪਾਪ ਦੀ ਖੱਟੀ ਵਾਲੀ ਸੀ ਜਿਹੜੀ ਇਹਨੇ ਇੱਕ ਬੇਦੋਸ਼ੇ ਸ਼ਾਹੂਕਾਰ ਇੱਕੋ ਚਵਾਂ 'ਤੇ ਦੋਹਾਂ ਘੋੜਿਆਂ ਦਾ ਖੂਨ ਕਰਕੇ ਖੱਟੀ ਸੀ। ਜਦ ਕਦੇ ਉਹਨੂੰ ਉਹ ਘੜੀ ਚੇਤੇ ਆ ਜਾਂਦੀ ਸੀ ਤਾਂ ਸਿਰ ਤੋਂ ਲੈ ਕੇ ਪੈਰਾਂ ਤੀਕ ਕੰਬ ਜਾਂਦਾ, ਪਰ ਅਜਿਹੇ ਸਮੇਂ ਕੁੰਦਨ ਬੜਾ ਕੰਮ ਦਿੰਦੀ ਸੀ। ਪਰ ਹੁਣ ਕੌਣ ਸੀ ਜਿਹੜਾ ਉਹਨੂੰ ਇਸ ਪੀੜ ਤੋਂ ਬਚਾਉਂਦਾ? ਕੁੰਦਨ ਵਰਗਾ ਸੱਚਾ ਸਾਥੀ ਨਾ ਹੋਣ ਕਾਰਨ ਭਾਨ ਸਿੰਘ ਨੂੰ ਇਹ ਦੁੱਖ ਬੜਾ ਸਤਾਉਣ ਲੱਗਾ। ਉਹਦਾ ਇਹ ਦੁੱਖ ਦਿਨੋਂ ਦਿਨ ਵੱਧਦਾ ਗਿਆ। ਇੱਕ ਦਿਨ ਜਦੋਂ ਡਾਢਾ ਵਿਆਕੁਲ ਹੋਇਆ ਤਾਂ ਉਹਨੂੰ ਇਹ ਸੁਝਿਆ ਕਿ ਪ੍ਰਸਿੱਧ ਗਿਆਨੀ ਨੂੰ ਆਪਣਾ ਬਿਰਤਾਂਤ ਸੁਣਾ ਕੇ ਇਸ ਪਾਪ ਦੀ ਖੱਟੀ ਦੇ ਦੁੱਖ ਤੋਂ ਛੁਟਕਾਰਾ ਪਾਉਣ ਦਾ ਕੋਈ ਉਪਾਅ ਪੁੱਛਣਾ ਚਾਹੀਦਾ। ਭਾਵੇਂ ਉਹਦੇ ਪਾਸ ਵੱਡੇ ਵੱਡੇ ਗੁਣੀਆਂ ਗਿਆਨੀਆਂ ਦਾ ਘਾਟਾ ਨਹੀਂ ਸੀ, ਪਰ ਉਹਨਾਂ ਉੱਤੇ ਆਪਣਾ ਇਹ ਗੁੱਝਾ ਭੇਦ ਕਿਸ ਤਰ੍ਹਾਂ ਖੋਲ੍ਹਦਾ? ਇਸ ਲਈ ਇੱਕ ਦਿਨ ਉਹਨੇ ਅੰਮ੍ਰਿਤਸਰ ਦੇ ਇੱਕ ਪ੍ਰਸਿੱਧ ਵਿਦਵਾਨ ਗਿਆਨੀ ਨੂੰ ਆਪਣੇ ਘਰ ਸੱਦਿਆ ਅਤੇ ਇੱਕ ਵੱਖਰੇ ਕਮਰੇ 'ਚ ਲਿਜਾ ਕੇ ਕਿਹਾ, ਗਿਆਨੀ ਜੀ, ਮੈਂ ਆਪ ਨੂੰ ਇੱਕ ਬੜੇ ਜ਼ਰੂਰੀ ਅਤੇ ਗੁਪਤ ਕੰਮ ਲਈ ਸੱਦਣ ਦੀ ਖੇਚਲ ਦਿੱਤੀ ਹੈ। ਗਿਆਨੀ ਕਹਿਣ ਲੱਗੇ, ਨਹੀਂ ਸਰਦਾਰ ਜੀ, ਖੇਚਲ ਕਾਹਦੀ? ਇਹ ਸਰੀਰ ਤਾਂ ਤੁਹਾਡੇ ਵਰਗੇ ਗੁਰਮੁਖਾਂ ਦੀ ਸੇਵਾ ਲਈ ਸਦਾ ਹੀ ਹਾਜ਼ਰ ਹੈ। ਭਾਨ ਸਿੰਘ ਨੇ ਕਿਹਾ, ਠੀਕ ਹੈ, ਤੁਸੀਂ ਲੋਕਾਂ ਦੇ ਪ੍ਰਤਾਪ ਨਾਲ ਹੀ ਤਾਂ ਇਸ ਸੰਸਾਰ ਸਥਿਰ ਹੈ। ਇਸ 'ਤੇ ਗਿਆਨੀ ਜੀ ਨੇ ਕੋਈ ਉੱਤਰ ਨਾ ਦਿੱਤਾ। ਦੋ ਤਿੰਨ ਮਿੰਟ ਸੰਨਾਟਾ ਛਾਇਆ ਰਿਹਾ। ਉਹ ਤੋਂ ਬਾਅਦ ਭਾਨ ਸਿੰਘ ਨੇ ਕਿਹਾ ਕਿ ਗਿਆਨੀ ਜੀ, ਮੈਂ ਤੁਹਾਨੂੰ ਇੱਕ ਬੜੀ ਗੁਪਤ ਗੱਲ ਕਹਿਣੀ ਹੈ। ਗਿਆਨੀ ਜੀ ਕਹਿਣ ਲੱਗੇ, ਕਹੋ ਕਹੋ ਸਰਦਾਰ ਜੀ। ਗੱਲ ਬੜੀ ਗੁਪਤ ਅਤੇ ਛੋਟੀ ਹੈ, ਇਸ ਲਈ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਨਾਲ ਪ੍ਰਣ ਕਰੋ ਕਿ ਇਸ ਗੱਲ ਨੂੰ ਕਿਸੇ ਅੱਗੇ ਪ੍ਰਗਟ ਨਹੀਂ ਕਰੋਗੇ। ਗਿਆਨੀ ਕਹਿਣ ਲੱਗੇ, ਸਰਦਾਰ ਜੀ, ਉਹ ਆਦਮੀ ਬੜਾ ਨੀਚ ਹੈ ਜਿਹੜਾ ਕਿਸੇ ਦੇ ਗੁਪਤ ਭੇਦ ਨੂੰ ਜਾਣ ਕੇ ਕਿਸੇ ਦੂਜੇ ਅੱਗੇ ਪ੍ਰਗਟ ਕਰਦਾ ਹੈ, ਕਿਉਂਕਿ ਵਿਸ਼ਵਾਸਘਾਤ ਤੋਂ ਵੱਧ ਪਾਪ ਇਸ ਸੰਸਾਰ 'ਚ ਕੋਈ ਨਹੀਂ ਹੈ। ਇਸ ਲਈ ਨਿਸ਼ਚਾ ਰੱਖੋ ਕਿ ਮੈਂ ਅਜਿਹਾ ਵਿਸ਼ਵਾਸਘਾਤੀ ਕਦੇ ਨਹੀਂ ਬਣਾਂਗਾ। ਤੁਸੀਂ ਜੋ ਕੁਝ ਆਖਣਾ ਚਾਹੁੰਦੇ ਹੋ ਖੁਸ਼ੀ ਨਾਲ ਕਹੋ। ਗਿਆਨੀ ਜੀ ਦੀਆਂ ਇਹਨਾਂ ਗੱਲਾਂ ਦਾ ਅਸਰ ਭਾਨ ਸਿੰਘ ਉੱਤੇ ਅਜਿਹਾ ਪਿਆ ਕਿ ਸੰਕੋਚ ਨੂੰ ਛੱਡ ਕੇ ਉਹਨੇ ਆਦ ਤੋਂ ਅੰਤ ਤੀਕ ਆਪਣੀ ਰਾਮ ਕਹਾਣੀ ਵਪਾਰੀ ਅਤੇ ਕੋਚਵਾਨ ਦਾ ਖੂਨ ਕਰਨ ਦੀ ਕਹਿ ਸੁਣਾਈ। ਸੁਣ ਕੇ ਗਿਆਨੀ ਜੀ ਨੇ ਕਿਹਾ, ਬੱਸ ਕੇ ਕੁਛ ਹੋਰ? ਭਾਨ ਸਿੰਘ ਕਹਿਣ ਲੱਗਾ, ਨਹੀਂ ਜੀ, ਬਸ ਇੰਨੀ। ਗਿਆਨੀ ਜੀ ਕਹਿਣ ਲੱਗੇ, ਤਾਂ ਫਿਰ ਫਿਕਰ ਕਿਹੜੀ ਗੱਲ ਦਾ? ਮੈਂ ਤਾਂ ਸੈਂਕੜੇ ਅਜਿਹੇ ਮਨੁੱਖ ਵੇਖੇ ਹੈ ਜੋ ਇੱਕ ਪਾਪ ਨੂੰ ਛੁਪਾਉਣ ਲਈ ਹੋਰ ਸੈਂਕੜੇ ਪਾਪ ਕਰਦੇ ਹੈ। ਇਹ ਕੁਛ ਕਰਨ 'ਚ ਉਹ ਜ਼ਰਾ ਵੀ ਨਹੀਂ ਡਰਦੇ, ਅੰਤ ਤੀਕ ਉਹਨਾਂ ਦਾ ਚੱਕਰ ਇਸੇ ਤਰ੍ਹਾਂ ਚੱਲਦਾ ਰਹਿੰਦਾ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਤਾਂ ਇਸ ਪਿੱਛੋਂ ਕੋਈ ਪਾਪ ਹੀ ਨਹੀਂ ਕੀਤਾ। ਫਿਰ ਜੋ ਕੁਛ ਹੋਇਆ ਉਹ ਅਗਿਆਨਤਾ, ਨਿਰਦਨਤਾ, ਬੇਸਮਝੇ 'ਚ ਹੋਇਆ। ਭਾਵੇਂ ਤੁਹਾਡਾ ਪਾਪ ਭਿਆਨਕ ਸੀ, ਪਰ ਤੁਸੀਂ ਆਪਣੇ ਆਪ ਨੂੰ ਸੰਭਾਲਿਆ ਅਤੇ ਭਲੇ ਕੰਮਾਂ 'ਚ ਲੱਗ ਪਏ। ਹੁਣ ਤੁਸੀਂ ਇਸ ਤਰ੍ਹਾਂ ਕਰੋ, ਇੱਕ ਮੁਸਾਫਰਖਾਨਾ ਬਣਵਾਓ, ਤੀਰਥ ਯਾਤਰਾ ਕਰੋ, ਯਾਤਰਾ ਤੋਂ ਆ ਕੇ 100 ਸਿੰਘਾਂ ਨੂੰ ਪ੍ਰਸ਼ਾਦੇ ਚਕਾਓ, ਬਸ ਆਪਦੇ ਸਾਰੇ ਪਾਪ ਦੂਰ ਹੋ ਜਾਣਗੇ। ਭਾਨ ਸਿੰਘ ਨੇ ਕਿਹਾ, ਵੀ ਸੱਤ ਬਚਨ, ਮੈਂ ਇਹਦਾ ਛੇਤੀ ਪ੍ਰਬੰਧ ਕਰਦਾ। ਗਿਆਨੀ ਜੀ ਕਹਿਣ ਲੱਗੇ, ਜਿਹੜਾ ਸੇਠ ਜਾਂ ਕੋਚਵਾਨ ਤੁਹਾਡੇ ਹੱਥੋਂ ਮਾਰਿਆ ਗਿਆ, ਉਹਦੇ ਪਰਿਵਾਰ ਨੂੰ ਜਾਣਦੇ ਹੋ? ਭਾਨ ਸਿੰਘ ਨੇ ਕਿਹਾ, ਵੀ ਸੁਣਿਆ ਕਿ ਇੱਕ ਮੁਸਲਮਾਨ ਠੇਕੇਦਾਰ ਦਾ ਨੌਕਰ ਸੀ ਅਤੇ ਪਿੱਛੇ ਉਹਦਾ ਕੋਈ ਸੰਬੰਧੀ ਨਹੀਂ ਹੈ, ਉਹਦੀ ਇਸਤਰੀ ਅਤੇ ਧੀ ਦੋਵੇਂ ਮਰ ਚੁੱਕੀਆਂ, ਪਰ ਸੇਠ ਦੀ ਬਾਬਤ ਤਾਂ ਨਾ ਅੱਜ ਤੀਕ ਮੈਨੂੰ ਕੁਝ ਪਤਾ ਲੱਗਿਆ ਅਤੇ ਨਾ ਹੀ ਮੈਂ ਡਰਦੇ ਮਾਰੇ ਇਸ ਗੱਲ ਦੀ ਖੋਜ ਹੀ ਕੀਤੀ ਹੈ। ਗਿਆਨੀ ਜੀ ਕਹਿਣ ਲੱਗੇ, ਕੋਈ ਨਹੀਂ, ਜੇ ਪਤਾ ਨਹੀਂ ਤਾਂ ਕੋਈ ਡਰ ਨਹੀਂ, ਤਾਂ ਵੀ ਉਹਨਾਂ ਦੇ ਨਿਮਿੱਤ ਇੱਕ ਅਖੰਡ ਪਾਠ ਕਰਾ ਦਿਓ। ਇਸੇ ਨਾਲ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਏਗੀ ਅਤੇ ਉਹ ਤੁਹਾਡੇ ਪਾਸੋਂ ਬਦਲਾ ਲੈਣ ਲਈ ਵਾਹਿਗੁਰੂ ਪਾਸ ਫਰਿਆਦ ਨਹੀਂ ਕਰਨਗੇ। ਭਾਨ ਸਿੰਘ ਨੇ ਸੱਤ ਬਚਨ ਕਿਹਾ ਅਤੇ ਗਿਆਨੀ ਜੀ ਨੇ ਕਿਹਾ, ਵੇਖਣਾ ਭੁੱਲ ਨਾ ਜਾਣਾ, ਮੈਂ ਬੜੀ ਸੋਚ ਵਿਚਾਰ ਨਾਲ ਇਹ ਉਪਾਅ ਤੁਹਾਨੂੰ ਦੱਸਿਆ। ਭਾਨ ਸਿੰਘ ਨੇ ਕਿਹਾ, ਨਹੀਂ ਗਿਆਨੀ ਜੀ, ਭੁੱਲਾਂਗਾ ਕਿਸ ਤਰ੍ਹਾਂ? ਇਹ ਕਹਿ ਕੇ ਭਾਨ ਸਿੰਘ ਗਿਆਨੀ ਹੋਰਾਂ ਨੂੰ ਰਸੋਈ ਖਾਨੇ 'ਚ ਲੈ ਗਿਆ ਅਤੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛੱਕ ਕੇ ਗਿਆਨੀ ਜੀ ਘਰ ਵੱਲ ਰਵਾਨਾ ਹੋਏ ਅਤੇ ਭਾਨ ਸਿੰਘ ਨੇ ਗਿਆਨੀ ਜੀ ਦੇ ਦੱਸੇ ਅਨੁਸਾਰ ਸਭ ਕੁਝ ਕੀਤਾ, ਪਰ ਉਹਦੇ ਦਿਲ 'ਚੋਂ ਪਾਪ ਦੀ ਖੱਟੀ ਵਾਲੀ ਖੁਦਕੁਤੀ ਨਾ ਗਈ। ਧੰਨਵਾਦ। 12ਵਾਂ ਅੰਗ। ਭਾਨ ਸਿੰਘ ਕੁੰਦਨ ਕੌਰ ਦੇ ਵਿਯੋਗ 'ਚ ਦਿਨੋਂ ਦਿਨ ਦੁਖੀ ਹੁੰਦਾ ਗਿਆ, ਇੱਥੋਂ ਤੱਕ ਕਿ ਸੰਸਾਰ ਤਿਆਗੀ ਬਣਨ ਲਈ ਤਿਆਰ ਹੋਇਆ। ਪਰ ਉਹਦੇ ਸਵਾਰਥੀ ਮਿੱਤਰਾਂ ਨੇ ਸੋਚਿਆ ਕਿ ਜੇ ਸਭ ਕੁਝ ਪੁੰਨਦਾਨ ਕਰਕੇ ਸਾਧ ਬਣ ਗਿਆ
ਸਾਡਾ ਹਲਵਾ ਮੁੰਡਾ ਕਿੱਥੋਂ ਆਏਗਾ। ਇਹ ਸੋਚ ਕੇ ਉਹਨਾਂ ਭਾਨ ਸਿੰਘ ਨੂੰ ਫਿਰ ਘਰ ਬਾਰੀ ਬਣਾਉਣ ਦੀ ਵਿਉਂਤ ਸੋਚੀ ਅਤੇ ਉਹਨੂੰ ਹੋਰ ਵਿਆਹ ਕਰਨ ਲਈ ਜ਼ੋਰ ਦੇਣ ਲੱਗੇ। ਅੰਤ ਭਾਨ ਸਿੰਘ ਨੂੰ ਇਹ ਗੱਲ ਪ੍ਰਵਾਨ ਕਰਨੀ ਪਈ ਅਤੇ ਉਹਦਾ ਵਿਆਹ ਲਾਹੌਰ ਦੇ ਇੱਕ ਬੜੇ ਅਮੀਰ ਅਤੇ ਖਾਨਦਾਨੀ ਘਰਾਣੇ 'ਚ ਹੋਇਆ। ਇਸ ਨਵੇਂ ਵਿਆਹ ਦੀ ਉਮੰਗ 'ਚ ਉਹ ਆਪਣੇ ਕੰਮ ਕਾਰ ਨੂੰ ਹੋਰ ਵੀ ਉਤਸ਼ਾਹ ਨਾਲ ਕਰਨ ਲੱਗਾ ਅਤੇ ਥੋੜ੍ਹੇ ਸਮੇਂ 'ਚ ਉਹ ਕਈ ਕਰੋੜਾਂ ਦਾ ਆਦਮੀ ਹੋ ਗਿਆ। ਜਦ ਰੁਪਏ ਦਾ ਘਾਟਾ ਨਹੀਂ ਰਹਿੰਦਾ, ਦਿਨੋਂ ਦਿਨ ਮਾਇਆ ਮੀਂਹ ਵਾਂਗ ਪੈਣ ਲੱਗਦੀ ਹੈ ਤਾਂ ਪੁਰਾਣੇ ਘਰ 'ਚ ਰਹਿਣਾ ਚੰਗਾ ਨਹੀਂ ਲੱਗਦਾ। ਇਸ ਕਰਕੇ ਭਾਨ ਸਿੰਘ ਨੇ ਇੱਕ ਆਲੀਸ਼ਾਨ ਮਕਾਨ ਤਿਆਰ ਕਰਵਾਇਆ ਅਤੇ ਉਹਦੇ ਥੱਲਵੇਂ ਹਿੱਸੇ 'ਚ ਹਰ ਇੱਕ ਵਪਾਰ ਦੇ ਵੱਖੋ ਵੱਖਰੇ ਦਫ਼ਤਰ ਬਣਾ ਦਿੱਤੇ। ਕੰਮ ਵੀ ਖੂਬ ਜ਼ੋਰਾਂ ਸ਼ੋਰਾਂ ਨਾਲ ਚੱਲਣ ਲੱਗਾ। ਇੱਕ ਦਿਨ ਸੰਧਿਆ ਵੇਲੇ ਇੱਕ ਫਿਟਰ ਉੱਤੇ ਇਸਤਰੀ ਅਤੇ ਪੁੱਤਰ ਸਣੇ ਭਾਨ ਸਿੰਘ ਸੈਰ ਕਰਨ ਲਈ ਨਿਕਲਿਆ। ਫਿਰਦੀ ਫਿਰਦੀ ਜਦ ਉਹਦੀ ਫਿਟਰ ਉਸੇ ਪੁਲ ਦੇ ਪਾਸ ਜਿੱਥੇ ਵਿਚਾਰੇ ਬੇਦੋਸ਼ੇ ਇੱਕ ਸ਼ਾਹੂਕਾਰ ਅਤੇ ਕੋਚਵਾਨ ਦਾ ਖੂਨ ਕੀਤਾ ਸੀ ਜਾ ਨਿਕਲੀ ਤਾਂ ਉਸ ਥਾਂ ਨੂੰ ਵੇਖ ਕੇ ਉਹਦੀਆਂ ਅੱਖਾਂ ਸਹਿਮ ਗਈਆਂ। ਪੁਰਾਣੀਆਂ ਗੱਲਾਂ ਜਿਹੜੀਆਂ ਉਸ ਵੇਲੇ ਤੱਕ ਭੁੱਲ ਚੁੱਕੀਆਂ ਸੀ ਫਿਰ ਤਾਜ਼ੀਆਂ ਹੋ ਗਈਆਂ। ਭਾਵੇਂ ਇਸ ਘਟਨਾ ਨੂੰ ਬਹੁਤਾ ਚਿਰ ਹੋ ਗਿਆ ਸੀ, ਜਿੱਥੇ ਪੁਲ ਦੇ ਥੱਲੇ ਲੋਥਾਂ ਡਿੱਗੀਆਂ ਸੀ ਉੱਥੇ ਬਹੁਤ ਸਾਰਾ ਘਾਹ ਜੰਮਿਆ ਹੋਇਆ ਸੀ, ਫਿਰ ਵੀ ਭਾਨ ਸਿੰਘ ਦੀ ਅੱਖਾਂ ਨੇ ਉਹਨੂੰ ਲੱਭ ਲਿਆ। ਨਾਲ ਹੀ ਉਹਨੂੰ ਉਹ ਪਾਪ ਦੀ ਖੱਟੀ ਚੇਤੇ ਆ ਗਈ ਜਿਹੜੀ ਉਹਨੇ ਇੱਥੋਂ ਖੱਟੀ ਸੀ। ਜਦ ਫਿਟਨ ਪੁਲ ਤੋਂ ਲੰਘ ਰਹੀ ਸੀ ਤਾਂ ਭਾਨ ਸਿੰਘ ਦੇ ਪੁੱਤਰ ਨੇ ਹੇਠਾਂ ਵੱਲ ਝਾਤੀ ਮਾਰ ਕੇ ਕਿਹਾ, ਪਿਤਾ ਜੀ ਇਹ ਕਿਹੀ ਡਰਾਉਣੀ ਥਾਂ ਹੈ। ਭਾਨ ਸਿੰਘ ਨੇ ਇਸ ਗੱਲ ਦਾ ਕੋਈ ਉੱਤਰ ਨਹੀਂ ਦਿੱਤਾ, ਪਰ ਉਹਦੀ ਇਸਤਰੀ ਨੇ ਕਿਹਾ, ਹਾਂ ਕਾਕਾ ਇਹ ਬੜਾ ਡਰਾਉਣਾ ਥਾਂ ਹੈ, ਬੜਾ ਚੰਗਾ ਹੋਇਆ ਕਿ ਦੋਵੇਂ ਪਾਸੇ ਜੰਗਲਾ ਬਣ ਗਿਆ, ਨਹੀਂ ਤਾਂ ਰਾਤ ਵੇਲੇ ਜੇ ਕੋਈ ਹਨੇਰੇ 'ਚ ਇੱਥੋਂ ਲੰਘਦਾ ਘੜੰਮ ਕਰਕੇ ਹੇਠਾਂ ਡਿੱਗ ਪੈਂਦਾ। ਮੁੰਡਾ ਕਹਿਣ ਲੱਗਾ, ਮਾਂ ਜੀ ਉਹ ਵੇਖੋ ਨਾ ਥੱਲੇ ਕਿੱਡਾ ਚਿੱਟਾ ਚਿੱਟਾ ਘਾਹ ਉੱਗਿਆ ਹੋਇਆ। ਬਸ ਇਸ ਪ੍ਰਸ਼ਨ ਨੇ ਭਾਨ ਸਿੰਘ ਦੇ ਦਿਲ 'ਚ ਇੱਕ ਡਾਢੀ ਹਲਚਲ ਮਚਾ ਦਿੱਤੀ। ਉਹਨੇ ਚਾਹਿਆ ਕਿ ਮੁੰਡੇ ਨੂੰ ਅਜਿਹੀਆਂ ਗੱਲਾਂ ਕਰਨ ਤੋਂ ਮਨ੍ਹਾ ਕਰ ਦਿਆਂ, ਪਰ ਨਾਲ ਹੀ ਉਹਨੂੰ ਇਹ ਖਿਆਲ ਆ ਗਿਆ ਕਿਤੇ ਕੋਚਵਾਨ ਨੂੰ ਕੁਝ ਸ਼ੱਕ ਹੀ ਨਾ ਪੈ ਜਾਏ ਕਿ ਇਹ ਕਿਉਂ ਇਹੋ ਜਿਹੀਆਂ ਗੱਲਾਂ ਕਰਕੇ ਕਰਨ ਨੂੰ ਮਨ੍ਹਾ ਕਰਦਾ ਅਤੇ ਫਿਰ ਇਹਦਾ ਅਰਥ ਹੋਰ ਹੀ ਨਾ ਕੱਢ ਲਵੇ। ਇਸ ਕਰਕੇ ਉਹ ਚੁੱਪ ਕਰ ਗਿਆ। ਭਾਨ ਸਿੰਘ ਦੀ ਇਸਤਰੀ ਨੇ ਮੁੰਡੇ ਨੂੰ ਉੱਤਰ ਦਿੱਤਾ, ਕਾਕਾ ਲੋਕ ਇਸ ਤਰ੍ਹਾਂ ਕਹਿੰਦੇ ਹੈ ਕਿ ਚਿੱਟਾ ਘਾਹ ਉੱਥੇ ਉੱਗਦਾ ਜਿੱਥੇ ਕੋਈ ਖੂਨ ਹੋਇਆ ਹੋਵੇ ਜਾਂ ਜਿੱਥੇ ਮੁਰਦੇ ਦੱਬੇ ਗਏ ਹੋਣ। ਸ਼ਾਇਦ ਇਸ ਥਾਂ ਕੋਈ ਖੂਨ ਹੋਇਆ, ਕਿਸੇ ਡਾਕੂ ਚੋਰ ਨੇ ਕਿਸੇ ਰਾਹੀ ਨੂੰ ਪੁਲ ਤੋਂ ਧਕੇਲ ਕੇ ਥੱਲੇ ਸੁੱਟ ਕੇ ਮਾਰ ਕੇ ਲੁੱਟ ਪੁੱਟ ਲਿਆ ਹੋਵੇ, ਇਸ ਕਰਕੇ ਖਬਰੇ ਇੱਥੇ ਚਿੱਟਾ ਘਾਹ ਉੱਗਿਆ ਹੋਵੇ। ਇਹ ਸੁਣ ਕੇ ਪੂਰਬੀਆ ਕੋਚਵਾਨ ਜੋ ਸਾਰੀ ਗੱਲ ਸੁਣ ਰਿਹਾ ਸੀ ਬੋਲ ਉੱਠਿਆ, ਰਾਣੀ ਸਾਹਿਬਾ ਹਮ ਹੁਣ ਸੁਣ ਲੇ ਥਾ ਕਿ ਢੇਰ ਦੀਨ ਭਇਓ ਇਹ ਜਾਏਗੋ ਸ਼ੇਟ ਅਰੂ ਏਗੋ ਕੋਚਵਾਨ ਗੀਰ ਪਰੇ। ਅਰੇ ਦਾਦਾ ਕਾ ਕਹੀਂ ਤਾ ਦੀਨ ਬੜੇ ਬੜੋ ਫਜੀ ਤੇ ਭਇਓ ਝੂਠੇ ਗੋਰਵਾ ਫੀਟਨ ਹੂੰ ਨੀਚੇ ਗੀਰ ਪਰਲ ਔਰ ਸਭੂ ਮਰ ਗਇਲ। ਕਛੂ ਲੋਕ ਕਹਿਤੇ ਰਹੇ ਕਿ ਕੋਚਵਾਨ ਸੋ ਗੋਇਲ, ਕਛੂ ਕਹਿਤੇ ਰਹੇ ਕਿ ਕਾਹੂ ਚੋਰ ਵਿਚਾਰਨ ਕੋ ਨੀਚੇ ਢਕੇਲ ਦੇਣ, ਪਰ ਕਛੂ ਪਤੇ ਨਾਏ ਲਾਗਤ ਜੋ ਸਾਚੋ ਬਚੀਆ ਭਵਨ ਰਹਿਲ। ਹਮਰੋ ਭਾਈ ਤੋ ਇਹ ਕਹਿਤੇ ਰਹੇ ਕਿ ਉਹ ਕਾਮ ਕਾਹੂੰ ਚੋਰ ਹੂੰ ਕਰ ਲੇ ਥਾ। ਬਾਲਕ ਨੇ ਪੁੱਛਿਆ, ਤੇਰਾ ਭਰਾ ਕਿਉਂ ਇੱਥੇ ਆਇਆ ਸੀ? ਭਾਨ ਸਿੰਘ ਨੇ ਵਿੱਚੋਂ ਹੀ ਟੋਕ ਦਿੱਤਾ ਕਿਉਂਕਿ ਉਹਦਾ ਦਿਲ ਇਹ ਗੱਲਾਂ ਸੁਣ ਕੇ ਜ਼ੋਰ ਜ਼ੋਰ ਨਾਲ ਧੜਕ ਰਿਹਾ ਸੀ। ਉਹਨੇ ਕਿਹਾ, ਕਾਕਾ ਇਹਨਾਂ ਵਾਧੂ ਗੱਲਾਂ 'ਚ ਕੀ ਪਿਆ, ਛੱਡੋ ਪਰੇ ਇਹੋ ਜਿਹੀਆਂ ਨਕੰਮੀਆਂ ਗੱਲਾਂ। ਉਹਦੀ ਇਸਤਰੀ ਇਹਨਾਂ ਹੀ ਗੱਲਾਂ ਨਾਲ ਤਾਂ ਬਾਲਾਂ ਦੀ ਅਕਲ ਵੱਧਦੀ ਹੈ, ਭਲਾਂ ਡਰ ਕੀ ਹੈ? ਕਹਿਣ ਲੱਗੀ। ਭਾਨ ਸਿੰਘ ਦਬੀ ਆਵਾਜ਼ ਨਾਲ ਬੋਲਿਆ, ਨਹੀਂ ਡਰ ਤਾਂ ਕੋਈ ਨਹੀਂ। ਬਾਲਕ ਨੇ ਫਿਰ ਕੋਚਵਾਨ ਨੂੰ ਪੁੱਛਿਆ, ਤੇਰਾ ਭਰਾ ਇੱਥੋਂ ਕਿਉਂ ਆਇਆ ਸੀ? ਕੋਚਵਾਨ ਨੇ ਕਿਹਾ, ਬਾਊ ਸਾਹਿਬ ਹਮਰੇ ਭਾਈ ਟੇਸ਼ਨ ਪਰ ਨੌਕਰ ਰਹੋ। ਬਾਲਕ ਕਹਿੰਦਾ, ਫਿਰ ਕੀ ਹੋਇਆ? ਕੋਚਵਾਨ ਨੇ ਕਿਹਾ ਕਿ ਫਿਰ ਕੀ ਭਇਓ, ਹਮਰੋ ਭਾਈ ਕਹਿਤ ਰਹੋ ਕਿ ਹੇਰਜਾ ਕਛੂ ਸਿਪਾਹੀ ਲਗਾਇਲ, ਰਹੋ ਚੋਰਨ ਕੋ ਕਛੂ ਪਤੋ ਨਾਹੀਂ ਲਗੋ। ਭਾਨ ਸਿੰਘ ਦੀ ਇਸਤਰੀ ਨੇ ਕਿਹਾ, ਬੜਾ ਦੁਸ਼ਟ ਸੀ ਜਿਹਨੇ ਵਿਚਾਰੇ ਬੇਦੋਸ਼ਿਆਂ ਨੂੰ ਮਾਰ ਦਿੱਤਾ, ਭਾਵੇਂ ਕੋਈ ਉਹਨੂੰ ਫੜ ਨਹੀਂ ਸਕਿਆ, ਪਰ ਪਰਮੇਸ਼ਰ ਤਾਂ ਸਭ ਕੁਝ ਜਾਣਦਾ, ਉਹਦੀ ਦਰਗਾਹ 'ਚ ਉਹ ਦੁਸ਼ਟ ਨਹੀਂ ਵੱਜ ਸਕੇਗਾ। ਇਹੋ ਜਿਹੀਆਂ ਗੱਲਾਂ ਸੁਣ ਕੇ ਭਾਨ ਸਿੰਘ ਦੇ ਪ੍ਰਾਣ ਸੁੱਕਣ ਲੱਗੇ, ਪਰ ਉਹ ਆਪਣੇ ਆਪ ਨੂੰ ਸਾਂਭ ਨਾ ਸਕਿਆ ਅਤੇ ਘਾਬਰ ਕੇ ਗੱਡੀ 'ਚ ਹੀ ਲੰਮਾ ਪੈ ਗਿਆ। ਆਪਣੇ ਪਤੀ ਨੂੰ ਇਸ ਤਰ੍ਹਾਂ ਘਾਬਰਿਆ ਵੇਖ ਕੇ ਉਹਦੀ ਇਸਤਰੀ ਨੇ ਬੜੇ ਤੌਖਲੇ ਨਾਲ ਪੁੱਛਿਆ, ਲੰਮੇ ਕਿਉਂ ਪੈ ਗਏ ਹੋ? ਹੈਂ ਤੁਹਾਡੇ ਚਿਹਰੇ ਦਾ ਰੰਗ ਪੀਲਾ ਭੂਖ ਹੋ ਗਿਆ, ਛੇਤੀ ਦੱਸੋ ਕੀ ਹੋਇਆ। ਭਾਨ ਸਿੰਘ ਨੇ ਕਿਹਾ ਵੀ ਨਹੀਂ ਕੁਛ ਨਹੀਂ, ਗੱਡੀ ਛੇਤੀ ਤੋਰਨ ਲਈ ਕੋਚਵਾਨ ਨੂੰ ਕਹੋ, ਦਿਲ ਘਬਰਾ ਰਿਹਾ। ਗੱਡੀ ਤੇਜ਼ੀ ਨਾਲ ਚਲਾਈ ਗਈ ਅਤੇ ਥੋੜ੍ਹੇ ਚਿਰ ਪਿੱਛੇ
ਸਾਰੇ ਘਰ ਪਹੁੰਚ ਗਏ। ਘਰ ਆ ਕੇ ਦਿਲ ਕੁਛ ਟਿਕਾਣੇ ਹੋਇਆ, ਪਰ ਉਹਦੇ ਕਲੇਜੇ ਦੀ ਉਹ ਪੀੜ ਜਿਹੜੀ ਅੱਜ ਪੁਲ 'ਤੇ ਜਾ ਕੇ ਪਾਪ ਦੀ ਖੱਟੀ ਨੂੰ ਚੇਤੇ ਕਰਕੇ ਹੋਈ ਸੀ, ਮੱਠੀ ਨਾ ਹੋਈ। ਰਹਿ ਰਹਿ ਕੇ ਉਹਦੇ ਸੀਨੇ 'ਚ ਕੰਡੇ ਜੇ ਚੁੱਭਣ ਲੱਗ ਪਏ। ਪਰ ਇਸ ਦੁੱਖ ਦਾ ਹਾਲ ਉਹ ਕਿਹਨੂੰ ਕਹਿੰਦਾ? ਅੰਤ ਵਿਚਾਰਾ ਚੁੱਪ ਚਾਪ ਦਿਲ ਮਹਿਸੂਸ ਕੇ ਰਹਿ ਗਿਆ। ਰਾਤ ਨੂੰ ਇੱਕ ਸਰਬੰਧੀ ਦੇ ਘਰ ਭਾਨ ਸਿੰਘ ਦੀ ਰੋਟੀ ਸੀ, ਇਸ ਕਰਕੇ ਆਪਣੀ ਇਸਤਰੀ ਅਤੇ ਪੁੱਤਰ ਨੂੰ ਉਹਨੇ ਭੇਜ ਦਿੱਤਾ, ਪਰ ਆਪ ਸਿਰ ਪੀੜ ਦਾ ਬਹਾਨਾ ਕਰਕੇ ਘਰ ਹੀ ਰਿਹਾ। ਜਦ ਇਸਤਰੀ ਅਤੇ ਪੁੱਤਰ ਚਲੇ ਗਏ, ਘਰ 'ਚ ਸਨਾਟਾ ਛਾ ਗਿਆ। ਉਹਦੀ ਉਹ ਪੀੜ ਜਿਹਨੂੰ ਉਹ ਹੁਣ ਤੱਕ ਲੁਕਾਈ ਬੈਠਾ ਸੀ ਉੱਭਰ ਪਈ। ਉਹਦੀ ਬੇਚੈਨੀ ਕੁਆਰੀ ਇੰਨੀ ਵੱਧ ਗਈ ਕਿ ਉਹ ਮੰਜੇ ਤੋਂ ਉੱਠ ਕੇ ਕਮਰੇ ਦੇ ਅੰਦਰ ਚੌਹੀ ਪਾਸੀ ਟਹਿਲਣ ਲੱਗ ਪਿਆ। ਧੀਰਜ ਉਹਦੇ ਹੱਥੋਂ ਜਾਂਦੀ ਰਹੀ। ਕਦੇ ਤਾਂ ਪੱਖੇ ਦੇ ਹੇਠ ਵਿਛੇ ਗਦੈਲੇ 'ਤੇ ਜਾ ਲੇਟਦਾ, ਕਦੇ ਮਖਮਲੀ ਕੋਚਾਂ 'ਤੇ ਉੱਧਾ ਪੈਂਦਾ, ਫਿਰ ਉੱਠ ਕੇ ਕਮਰੇ 'ਚ ਵਿਛੇ ਗਲੀਚੇ 'ਤੇ ਫਿਰਨ ਲੱਗ ਪੈਂਦਾ। ਪਰ ਕਿਸੇ ਤਰ੍ਹਾਂ ਵੀ ਉਹਨੂੰ ਸ਼ਾਂਤੀ ਨਾ ਆਈ। ਜਿਸ ਤਰ੍ਹਾਂ ਤ੍ਰੇਹ ਦੇ ਨਾਲ ਬੇਬਲ ਹੋਇਆ ਮਨੁੱਖ ਸੁਪਨੇ 'ਚ ਪਾਣੀ ਪਾਣੀ ਪੁਕਾਰਦਾ ਹੋਇਆ ਭੱਜਿਆ ਫਿਰਦਾ, ਇਸੇ ਤਰ੍ਹਾਂ ਭਾਨ ਸਿੰਘ ਸ਼ਾਂਤੀ ਲਈ ਬੇਬਲ ਹੋ ਕੇ ਛਟਪਟਾ ਰਿਹਾ ਸੀ। ਟਹਿਲਦਾ ਟਹਿਲਦਾ ਉਸ ਕਮਰੇ 'ਚ ਪਹੁੰਚਿਆ ਜਿੱਥੇ ਉਹਦਾ ਪੁੱਤਰ ਬੈਠ ਕੇ ਸਕੂਲ ਦੀ ਪੜ੍ਹਾਈ ਕਰਦਾ ਸੀ। ਜਾਣ ਸਮੇਂ ਮੁੰਡਾ ਕਾਹਲੀ ਕਰਕੇ ਇੱਕ ਪੁਸਤਕ ਮੰਜੇ 'ਤੇ ਹੀ ਛੱਡ ਗਿਆ। ਭਾਨ ਸਿੰਘ ਨੇ ਇਹ ਸੋਚ ਕੇ ਕਿ ਸ਼ਾਇਦ ਇਹ ਪੁਸਤਕ ਪੜ੍ਹਨ ਕਰਕੇ ਦਿਲ ਕਿਸੇ ਹੋਰ ਪਾਸੇ ਲੱਗੇ, ਪੁਸਤਕ ਚੁੱਕ ਲਈ। ਉਹਨੂੰ ਫੋਲ ਕੇ ਇੱਕ ਥਾਂ ਤੋਂ ਪੜ੍ਹਨ ਲੱਗਾ। ਉਸ 'ਚ ਲਿਖਿਆ ਸੀ, ਹੇ ਮਨੁੱਖ ਸੁਚੇਤ ਹੋ, ਉਹ ਘੜੀ ਬੜੀ ਭਿਆਨਕ ਹੈ, ਉਹਦਾ ਧਿਆਨ ਕਰ ਅਤੇ ਆਪਣੀ ਲੀਲਾ ਸਮਾਪਤ ਕਰਨ ਲਈ ਤਿਆਰ ਹੋ ਜਾ। ਦਿਨ ਨੇੜੇ ਹੈ, ਪਤਾ ਨਹੀਂ ਕਿਸ ਵੇਲੇ ਕਿਸ ਘੜੀ ਕਿਸ ਪਲ ਤੈਨੂੰ ਇੱਥੋਂ ਕੂਚ ਕਰਨਾ ਪਵੇ। ਹੇ ਮੋਹ ਜਾਲ 'ਚ ਫਾਥੀ ਹੋਈ ਆਤਮਾ, ਸਾਵਧਾਨ ਹੋ, ਬਥੇਰਾ ਭੋਗ ਵਿਲਾਸ ਕਰ ਚੁੱਕੀ ਹੈ, ਆਹ ਵੇਖ। ਇਸ ਤੋਂ ਅੱਗੇ ਪੜ੍ਹਨ ਦਾ ਹੌਸਲਾ ਭਾਨ ਸਿੰਘ ਨੂੰ ਨਾ ਪਿਆ। ਉਹਨੇ ਪੁਸਤਕ ਨੂੰ ਉਸੇ ਤਰ੍ਹਾਂ ਠੱਪ ਕੇ ਮੇਜ਼ 'ਤੇ ਰੱਖ ਦਿੱਤਾ। ਅੱਗ 'ਚ ਤੇਲ ਪੈਣ ਕਰਕੇ ਜਿਸ ਤਰ੍ਹਾਂ ਅੱਗ ਭੜਕ ਉੱਠਦੀ ਹੈ, ਉਸੇ ਤਰ੍ਹਾਂ ਉਹਦੇ ਦਿਲ ਦੀ ਅੱਗ ਉਸ ਪੁਸਤਕ ਦੇ ਸ਼ਬਦਾਂ ਨੂੰ ਤੇਲ ਦਾ ਕੰਮ ਕੀਤਾ, ਹੋਰ ਵੀ ਤੜਫ ਉੱਠਿਆ। ਸ਼ਾਂਤੀ ਲਈ ਫਿਰ ਕਮਰੇ 'ਚ ਇੱਧਰ ਉੱਧਰ ਫਿਰਨ ਲੱਗਾ। ਉਹ ਯਤਨ ਕਰਨ ਲੱਗਾ ਕਿ ਹੁਣ ਤੱਕ ਜੋ ਉਹਨੇ ਡਿੱਠਾ ਸੁਣਿਆ ਉਹਨੂੰ ਭੁੱਲ ਸਕੇ, ਪਰ ਹਜ਼ਾਰ ਯਤਨ ਕਰਨ ਕਰਕੇ ਵੀ ਉਹ ਭੁਲਾ ਨਾ ਸਕਿਆ। ਰਹਿ ਰਹਿ ਕੇ ਉਹਨੂੰ ਪੁਸਤਕ ਦੇ ਵਾਕ ਚੇਤੇ ਆਉਂਦੇ। ਕਦੇ ਕਦੇ ਉਹਨੂੰ ਆਪਣੀ ਇਸਤਰੀ ਦਾ ਇਹ ਕਹਿਣਾ ਕਿ ਬੜਾ ਹੀ ਦੁਸ਼ਟ ਸੀ ਚੇਤੇ ਆ ਜਾਂਦਾ। ਦਿਲ 'ਚ ਕਹਿਣ ਲੱਗ ਪੈਂਦਾ ਕਿ ਹਾਏ, ਜਿਨ੍ਹਾਂ ਲਈ ਮੈਂ ਅਪਰਾਧੀ ਬਣਿਆ, ਜਿਨ੍ਹਾਂ ਲਈ ਮੈਂ ਖੂਨ ਕੀਤੇ, ਜਦ ਉਹੀ ਇਹੋ ਜਿਹੀਆਂ ਗੱਲਾਂ ਕਰਦੇ ਹੈ ਅਤੇ ਮੇਰੇ ਤੋਂ ਘਿਰਨਾ ਕਰਦੇ ਹੈ, ਤਾਂ ਮੈਂ ਇਹ ਸਭ ਕੁਝ ਕੀਤਾ ਹੀ ਕਿਉਂ? ਇਹ ਮਹਾਂਪਾਪ ਕੀਤੇ ਦੀ ਪੀੜ ਕਿਸ ਤਰ੍ਹਾਂ ਸਹਾਰਾ? ਇਹਦੇ ਨਾਲ ਹੀ ਉਹਦੇ ਪੁਰਾਣੇ ਫੱਟ ਫਿਰ ਤਾਜ਼ੀ ਹੋ ਗਏ। ਉਸ ਦਿਨ ਦੇ ਪੁਲ ਥੱਲੇ ਵਾਲੀ ਆਕਾਸ਼ਬਾਣੀ, ਅੱਜ ਤੋਂ 40 ਵਰ੍ਹੇ ਪਿੱਛੋਂ ਤੈਨੂੰ ਇਸ ਕੁਕਰਮ ਦਾ ਫਲ ਭੋਗਣਾ ਪਏਗਾ, ਅੱਜ ਫਿਰ ਨਵੇਂ ਸਿਰ ਉਹਦੇ ਕੰਨਾਂ 'ਚ ਗੂੰਜਣ ਲੱਗੇ। ਉਹਦੇ ਦਿਲ ਨੇ ਕਿਹਾ ਕਿ ਉਹ ਪਾਪ ਦੀ ਖੱਟੀ ਨੂੰ 34 ਵਰ੍ਹੇ ਤਾਂ ਹੋ ਗਏ ਹੈ, ਵੇਖਦਿਆਂ ਵੇਖਦਿਆਂ ਬਾਕੀ 6 ਵਰ੍ਹੇ ਵੀ ਲੰਘ ਜਾਣਗੇ। ਬਸ ਹੁਣ ਉਹ ਸਮਾਂ ਬੜਾ ਹੀ ਨੇੜੇ ਹੈ ਜਦੋਂ ਜਮਦੂਤ ਉਸ ਆਕਾਸ਼ਬਾਣੀ ਅਨੁਸਾਰ ਆਉਣਗੇ, ਮੇਰੀ ਆਤਮਾ ਨੂੰ ਘਸੀਟ ਕੇ ਧਰਮਰਾਜ ਦੇ ਪਾਸ ਲੈ ਜਾਣਗੇ। ਉੱਥੇ ਮੈਂ ਉਹਨਾਂ ਦੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂਗਾ? ਕੀਕਣ ਮੈਂ ਜਮਦੂਤਾਂ ਦੇ ਡੰਡੇ ਸਹਾਰਾਂਗਾ? ਇਹਦੇ ਨਾਲ ਹੀ ਉਹਨੂੰ ਚੇਤਾ ਆਇਆ ਕਿ ਗਿਆਨੀ ਜੀ ਦੇ ਹੁਕਮ ਅਨੁਸਾਰ ਮੈਂ ਤਾਂ ਹਜ਼ਾਰਾਂ ਰੁਪਏ ਖਰਚ ਕੇ ਮੁਸਾਫਰਖਾਨਾ, ਅਖੰਡ ਪਾਠ ਅਤੇ ਤੀਰਥ ਯਾਤਰਾ ਆਦਿ ਬਥੇਰਾ ਪੁੰਨਦਾਨ ਕਰ ਚੁੱਕਾ। ਕੀ ਇੰਨਾ ਕੁਝ ਕਰਨ ਨਾਲ ਕੀ ਮੈਂ ਬਖਸ਼ਿਆ ਨਾ ਜਾਵਾਂਗਾ? ਪਰ ਨਹੀਂ, ਮੇਰਾ ਪਾਪ ਅਜੇ ਤੱਕ ਨਹੀਂ ਬਖਸ਼ਿਆ ਗਿਆ। ਬਖਸ਼ਿਆ ਜਾਂਦਾ ਤਾਂ ਮੇਰੀ ਆਤਮਾ ਸ਼ਾਂਤੀ ਲਈ ਕਿਉਂ ਇਸ ਤਰ੍ਹਾਂ ਭਟਕਦੀ? ਇਹ ਇਸ ਤਰ੍ਹਾਂ ਸੋਚ ਸਮੁੰਦਰ 'ਚ ਗੋਤੀ ਖਾਣ ਲੱਗਾ, ਨਾਲ ਹੀ ਇੱਧਰ ਉੱਧਰ ਚੱਕਰ ਲਾ ਰਿਹਾ ਸੀ। ਉਹਦੀ ਇਸਤਰੀ ਪੁੱਤਰ ਰੋਟੀ ਖਾ ਕੇ ਮੁੜ ਆਏ। ਪੁੱਤਰ ਆ ਕੇ ਕਮਰੇ ਦੇ ਇੱਕ ਪਾਸੇ ਖੜੋ ਗਿਆ। ਭਾਨ ਸਿੰਘ ਨੇ ਪ੍ਰਸ਼ਾਦਾ ਛਕਣ ਦਾ ਵੇਲਾ ਲੰਘ ਚੁੱਕਾ ਸੀ, ਇਸ ਕਰਕੇ ਉਹਦੀ ਇਸ ਦੂਸਰੀ ਇਸਤਰੀ ਜਿਹੜੀ ਗੁਣਾ ਕਰਕੇ ਕੁੰਦਨ ਕੌਰ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ। ਪਹਿਲਾਂ ਰਸੋਈ ਘਰ 'ਚ ਗਈ, ਜਦ ਉਹਨੂੰ ਪਤਾ ਲੱਗਾ ਕਿ ਉਹਦੇ ਪਤੀ ਨੇ ਅਜੇ ਤੱਕ ਪ੍ਰਸ਼ਾਦਾ ਨਹੀਂ ਛਕਿਆ, ਤਾਂ ਤੁਰੰਤ ਹੀ ਨੌਕਰ ਨੂੰ ਰੋਟੀ ਪਰੋਸਣ ਲਈ ਕਹਿ ਕੇ ਆਪ ਪਤੀ ਦੇ ਪਾਸ ਆਈ। ਅੱਗੇ ਭਾਨ ਸਿੰਘ ਆਪਣੀ ਧੁੰਨ 'ਚ ਇੰਨਾ ਮਸਤ ਸੀ ਕਿ ਆਪਣੀ ਇਸਤਰੀ ਦੇ ਆਉਣ ਦਾ ਉਹਨੂੰ ਪਤਾ ਹੀ ਨਾ ਲੱਗਾ। ਉਹਦੀ ਇਸਤਰੀ ਨੇ ਕਿਹਾ, ਸਰਦਾਰ ਜੀ ਅਜੇ ਤੱਕ ਪ੍ਰਸ਼ਾਦਾ ਕਿਉਂ ਨਹੀਂ ਜੀ ਛਕਿਆ? ਉਹਦੀ ਆਵਾਜ਼ ਸੁਣ ਕੇ ਭਾਨ ਸਿੰਘ ਤ੍ਰਭਕ ਪਿਆ। ਅੱਖਾਂ ਚੁੱਕ ਕੇ ਉਹਨੇ ਇਸਤਰੀ ਅਤੇ ਪੁੱਤਰ ਦੋਹਾਂ ਵੱਲ ਤੱਕ ਕੇ ਪੁੱਛਿਆ, ਤੁਹਾਨੂੰ ਆਇਆ ਕਿੰਨਾ ਕੁ ਚਿਰ ਹੋ ਗਿਆ? ਇਸਤਰੀ ਕਹਿਣ ਲੱਗੀ, ਹੁਣੇ ਆਇਆ, ਤੁਹਾਡਾ ਜੀ ਕਿਹਾ? ਤੁਸੀਂ ਹੁਣ ਤੱਕ ਪ੍ਰਸ਼ਾਦਾ ਕਿਉਂ ਨਹੀਂ ਛਕਿਆ? ਅਸਲ ਭੇਤ ਉਹ ਦੱਸਣਾ ਨਹੀਂ ਸੀ ਚਾਹੁੰਦਾ, ਇਸ ਕਰਕੇ ਉਹਨੇ ਉੱਤਰ ਦਿੱਤਾ, ਜ਼ਰਾ ਸਿਰ ਪੀੜ ਹੁੰਦੀ ਹੈ, ਨਾਲੇ ਢਿੱਡ 'ਚ ਗੜਬੜ ਹੈ, ਇਸ ਕਰਕੇ ਟਹਿਲ ਰਿਹਾ ਸੀ ਕਿ ਹਾਜ਼ਮਾ ਰਤਾ ਠੀਕ ਹੋ ਜਾਏ। ਇਸਤਰੀ ਨੇ ਕਿਹਾ, ਅੱਛਾ ਪ੍ਰਸ਼ਾਦਾ ਛਕ ਲਓ। ਭਾਨ ਸਿੰਘ ਨੇ ਕਿਹਾ ਕਿ ਪ੍ਰਸ਼ਾਦਾ ਛਕਣ ਨੂੰ ਤਾਂ ਜੀ ਨਹੀਂ ਕਰਦਾ, ਚੰਗਾ ਫਿਰ ਕੁਝ ਫਲ ਹੀ ਛਕ ਲਓ, ਕਿਉਂਕਿ ਉੱਕਾ ਹੀ ਨਿਰਾਹਾਰ ਰਹਿਣਾ ਠੀਕ ਨਹੀਂ।
ਪੁੱਤਰ ਨੇ ਵੀ ਕਿਹਾ, ਹਾਂ ਹਾਂ ਪਿਤਾ ਜੀ, ਫਲ ਖਾਣ ਨਾਲ ਹਾਜ਼ਮਾ ਠੀਕ ਹੋ ਜਾਏਗਾ। ਆਪਣੀ ਪਿਆਰੀ ਇਸਤਰੀ ਅਤੇ ਦੁਲਾਰੇ ਪੁੱਤਰ ਦਾ ਕਹਿਣਾ ਨਾ ਮੋੜ ਸਕਿਆ। ਉੱਠ ਕੇ ਰਸੋਈ 'ਚ ਆ ਗਿਆ। ਇੱਕ ਚੌਂਕੀ 'ਤੇ ਗਲੀਚੇ ਦਾ ਆਸਣ ਵਿਛਿਆ ਸੀ, ਜਿਸ 'ਤੇ ਬੈਠ ਗਿਆ। ਨੌਕਰ ਨੇ ਬਥੇਰਾ ਕੁਝ ਲਿਆ ਕੇ ਅੱਗੇ ਰੱਖਿਆ, ਪਰ ਉਹਦੀ ਇਸਤਰੀ ਨੇ ਸਭ ਕੁਝ ਮੋੜ ਕੇ ਕੇਵਲ ਥੋੜ੍ਹੇ ਜਿਹੇ ਫਲ ਹੀ ਰਹਿਣ ਦਿੱਤੇ। ਭਾਨ ਸਿੰਘ ਦੀ ਇਸਤਰੀ ਕੋਲ ਬਹਿ ਕੇ ਪੱਖਾ ਝੱਲਣ ਲੱਗ ਪਈ, ਪਰ ਭਾਨ ਸਿੰਘ ਇਸ ਵੇਲੇ ਆਪਣੇ ਆਪ 'ਚ ਨਹੀਂ ਸੀ। ਰਹਿ ਰਹਿ ਕੇ ਉਹਨੂੰ ਇਹੋ ਖਿਆਲ ਆਉਂਦਾ ਸੀ, ਮੇਰਾ ਸਭ ਕੁਝ ਕੀਤਾ ਕਤਰਿਆ ਮਿੱਟੀ ਹੋ ਗਿਆ, ਮੇਰੀ ਪਾਪ ਦੀ ਖੱਟੀ ਸਾਰੀ ਇੱਥੇ ਦੀ ਇੱਥੇ ਰਹਿ ਜਾਏਗੀ। ਉਹਦੀ ਇਸਤਰੀ ਨੇ ਸੇਬ ਦਾ ਇੱਕ ਟੋਟਾ ਛਿਲ ਕੇ ਉਹਦੇ ਹੱਥ ਫੜਾਇਆ। ਭਾਨ ਸਿੰਘ ਨੇ ਮੂੰਹ 'ਚ ਪਾਇਆ, ਪਰ ਉਹ ਸੰਘੋਂ ਹੇਠਾਂ ਨਾ ਉਤਰਿਆ। ਆਪਣੇ ਆਪ ਨੂੰ ਇੰਨਾ ਨਿਰਬਲ ਵੇਖ ਕੇ ਅਤੇ ਦਿਲ ਨੂੰ ਪ੍ਰਸੰਨ ਕਰਨ ਲਈ ਉਹਨੇ ਆਪਣੇ ਪੁੱਤਰ ਨੂੰ ਹਾਰਮੋਨੀਅਮ ਵਾਜਾ ਵਜਾਉਣ ਲਈ ਕਿਹਾ। ਹੁਕਮ ਹੋਣ ਦੀ ਢਿੱਲ ਸੀ ਕਿ ਇੱਕ ਦਾਸੀ ਵਾਜਾ ਚੁੱਕ ਲਿਆਈ। ਮੁੰਡੇ ਨੇ ਖਰਜ ਦੀ ਸੁਰ ਛੇੜੀ ਅਤੇ ਇੱਕ ਮਨੋਹਰ ਗੀਤ ਗਾਉਣਾ ਸ਼ੁਰੂ ਕੀਤਾ। ਜਿਉਂ ਜਿਉਂ ਮੁੰਡਾ ਅੰਤਲੀ ਤੁਕ ਪੜ੍ਹਨ ਲੱਗਾ, ਤਿਉਂ ਹੀ ਭਾਨ ਸਿੰਘ ਦੇ ਕਲੇਜੇ 'ਚ ਤੀਰ ਜਿਹਾ ਵੱਜਾ। ਡਰ ਨਾਲ ਉਹਦਾ ਸਰੀਰ ਥਰਥਰਾ ਉੱਠਿਆ। ਪੁਸਤਕ ਦੇ ਵਾਕ ਉਹਨੂੰ ਚੇਤੇ ਆ ਗਏ, ਉਹਦਾ ਸਿਰ ਚਕਰਾਉਣ ਲੱਗਾ। ਘਾਬਰ ਕੇ ਉਹ ਆਪਣੀ ਇਸਤਰੀ ਦੀ ਝੋਲੀ 'ਚ ਡਿੱਗ ਪਿਆ ਅਤੇ ਬੇਸੁੱਧ ਹੋ ਗਿਆ। ਧੰਨਵਾਦ। ਅੰਗ 13। ਭਾਨ ਸਿੰਘ ਦੇ ਬੇਹੋਸ਼ ਹੋਣ ਸਾਰ ਹੀ ਘਰ 'ਚ ਕੁਰਲਾਟ ਮੱਚ ਗਈ। ਥੋੜ੍ਹੇ ਸਮੇਂ 'ਚ ਡਾਕਟਰਾਂ, ਹਕੀਮਾਂ ਅਤੇ ਹੋਰ ਸੱਜਣਾ ਮਿੱਤਰਾਂ ਦਾ ਤਾਣਾ ਤਣਿਆ ਗਿਆ। ਜਦ ਤੱਕ ਉਹਦੀ ਬੇਹੋਸ਼ੀ ਦੂਰ ਨਹੀਂ ਹੋਈ, ਤਦ ਤੱਕ ਉੱਥੇ ਡਾਕਟਰਾਂ, ਹਕੀਮਾਂ ਦੇ ਝੁੰਡ ਖੜ੍ਹੇ ਰਹੇ। ਸਾਰੀ ਰਾਤ ਭਾਨ ਸਿੰਘ ਬੇਹੋਸ਼ੀ 'ਚ ਰਿਹਾ, ਪਰ ਅੰਮ੍ਰਿਤ ਵੇਲੇ ਦੀ ਠੰਡੀ ਹਵਾ ਲੱਗਣ ਨਾਲ ਅੱਖਾਂ ਖੁੱਲੀਆਂ। ਡਾਕਟਰਾਂ ਨੇ ਕਿਹਾ ਕਿ ਹੁਣ ਕੋਈ ਡਰ ਨਹੀਂ, ਕੇਵਲ ਨਿਰਬਲਤਾ ਹੈ, ਉਹ ਵੀ 4 ਦਿਨਾਂ ਤੋੜੀ ਹਟ ਜਾਏਗੀ। ਹੌਲੀ ਹੌਲੀ 2-4 ਦਿਨ ਵੀ ਲੰਘ ਗਏ। ਡਾਕਟਰਾਂ ਦੇ ਕਥਨ ਅਨੁਸਾਰ ਨਿਰਬਲਤਾ ਤਾਂ ਹੌਲੀ ਹੌਲੀ ਜਾਂਦੀ ਰਹੀ, ਪਰ ਉਹਦੀ ਆਤਮਕ ਪੀੜ ਹਟਾਉਣ ਦੇ ਤੋਂ ਸਾਰੇ ਅਸਮਰਥ ਰਹੇ। ਅਰੋਗ ਹੋ ਕੇ ਭਾਨ ਸਿੰਘ ਆਪਣੇ ਕੰਮ 'ਤੇ ਲੱਗ ਗਿਆ, ਪਰ ਪਹਿਲਾਂ ਵਾਂਗ ਉਹਦਾ ਦਿਲ ਹੁਣ ਕਿਸੇ ਕੰਮ 'ਚ ਨਹੀਂ ਸੀ ਲੱਗਦਾ। ਦਿਨ ਬਹੁਤ ਨੇੜੇ ਹਨ, ਇਹ ਗੱਲ ਘੜੀ ਮੁੜੀ ਉਹਦੇ ਦਿਲ ਵਿੱਚ ਖਟਕਦੀ ਰਹਿੰਦੀ ਸੀ। ਉਹਨੇ ਬਥੇਰੀ ਵਾਹ ਲਾਈ ਕਿ ਕਿਸੇ ਤਰ੍ਹਾਂ ਇਹ ਗੱਲ ਮੇਰੇ ਦਿਲੋਂ ਭੁੱਲ ਜਾਏ, ਪਰ ਇਹ ਅਜਿਹੀ ਗੱਲ ਸੀ ਜਿਹੜੀ ਉਹਨੂੰ ਭੁੱਲ ਨਾ ਸਕੀ। ਇਨ੍ਹੀਂ ਦਿਨੀ ਦੀਪਮਾਲਾ ਦਾ ਪੁਰਬ ਵੀ ਆ ਗਿਆ। ਅੰਮ੍ਰਿਤਸਰ 'ਚ ਬੜੀਆਂ ਰੌਣਕਾਂ ਲੱਗੀਆਂ। ਇੱਕ ਦਿਨ ਇੱਕ ਮਹਾਤਮਾ ਆਏ ਜਿਹੜੇ ਸਦਾ ਹੀ ਨਾਮ ਰਸ 'ਚ ਮਗਨ ਰਹਿੰਦੇ ਸੀ। ਜਦ ਭਾਨ ਸਿੰਘ ਨੂੰ ਇਹਨਾਂ ਮਹਾਂਪੁਰਸ਼ਾਂ ਦੀ ਖਬਰ ਲੱਗੀ ਤਾਂ ਉਹ ਇਹ ਸੋਚ ਕੇ ਕਿ ਮਹਾਤਮਾ ਜੀ ਕੋਈ ਰੇਖ 'ਚ ਮੇਖ ਮਾਰ ਦੇਣ, ਉਹਨਾਂ ਦੇ ਪਾਸ ਗਿਆ। ਜਦ ਉਹ ਗਿਆ ਤਾਂ ਮਹਾਤਮਾ ਅੱਗੇ ਭਜਨ 'ਚ ਲੀਨ ਸੀ। ਇਹ ਵੇਖ ਕੇ ਭਾਨ ਸਿੰਘ ਇੱਕ ਪਾਸੇ ਬੈਠ ਗਿਆ। ਸਮਾਧੀ ਖੁੱਲ੍ਹਣ 'ਤੇ ਮਹਾਤਮਾ ਜੀ ਨੇ ਪੁੱਛਿਆ, ਕੌਣ? ਭਾਨ ਸਿੰਘ ਨੇ ਮੱਥਾ ਟੇਕ ਕੇ ਹੱਥ ਜੋੜ ਕੇ ਕਿਹਾ, ਮਹਾਰਾਜ, ਮੇਰੇ ਪਾਸੋਂ ਇੱਕ ਹੱਤਿਆ ਹੋ ਗਈ। ਇੱਕ ਗਿਆਨੀ ਜੀ ਦੇ ਹੁਕਮ ਅਨੁਸਾਰ ਮੈਂ ਬਥੇਰਾ ਪੁੰਨ ਦਾਨ ਕੀਤਾ, ਪਰ ਮੇਰੇ ਮਨ ਨੂੰ ਸ਼ਾਂਤੀ ਨਹੀਂ ਹੋਈ, ਨਾ ਹੀ ਦਿਲ ਦਾ ਭਰਮ ਗਿਆ। ਮਹਾਤਮਾ ਕਹਿਣ ਲੱਗੇ, ਅਰੇ ਭਾਈ, ਇਸ ਮੇਰ ਅੱਛਾ ਤੋ ਤਭੀ ਹੋਗੀ ਜਬ ਤੁਮ ਆਪਣੇ ਇਹ ਮਹਾਂਕੁਕਰਮ ਉਪਯੁਕਤ ਦੰਡ ਉਪਭੋਗ ਕਰ ਲੋਗੇ। ਮੰਦਰ ਬਣਾਉਣੇ ਔਰ ਪੁੰਨ ਕਰਨੇ ਸੇ ਪਾਪ ਨਾਸ ਨਹੀਂ ਹੋਤੇ। ਈਸ਼ਵਰ ਰਿਸ਼ਵਤਖੋਰ ਨਹੀਂ ਹੈ, ਜੋ ਤੁਹਾਰਾ ਐਸਾ ਕਰਨੇ ਸੇ ਤੁਹਾਰਾ ਦੰਡ ਸ਼ਮਾ ਕਰ ਦੇਗਾ। ਭਾਨ ਸਿੰਘ ਕਹਿਣ ਲੱਗਿਆ, ਮਹਾਰਾਜ, ਤਾਂ ਫਿਰ ਕੀ ਦਾਨ ਪੁੰਨ ਆਦਿ ਸਭ ਵਿਅਰਥ ਹੈ? ਨਹੀਂ, ਨਾ ਐਸਾ ਹੈ ਔਰ ਨਾ ਕਭੀ ਹੋ ਸਕਤਾ ਹੈ। ਕਿਸੀ ਕਾ ਪਰਿਸ਼ਰਮ ਕਭੀ ਵਿਅਰਥ ਨਹੀਂ ਜਾਤਾ। ਹਾਂ, ਐਸਾ ਅਵਸ਼ਯ ਹੈ ਕਿ ਕਭੀ ਕਭੀ ਪਰਿਸ਼ਰਮ ਕਾ ਫਲ ਤੁਰੰਤ ਹੀ ਪ੍ਰਾਪਤ ਹੋਤਾ ਹੈ ਔਰ ਕਭੀ ਵੀ ਲੰਬ ਮੇਂ। ਇਸੀ ਪ੍ਰਕਾਰ ਜਿਸਕੇ ਪਾਸ ਧਨ ਹੈ ਉਸਕਾ ਕਰਤੱਵਯ ਹੈ ਕਿ ਉਸਸੇ ਔਰੋਂ ਕੀ ਰੱਖਿਆ ਕਰੇ, ਯਹੀ ਉਸਕੀ ਸ਼ੋਭਾ ਹੈ। ਉਪਾਸਨਾ, ਪ੍ਰਾਰਥਨਾ ਔਰ ਬਾਰ ਬਾਰ ਕੀਤੇ ਪਾਪਾਂ ਦਾ ਚਿੰਤਨ ਕਰਨਾ ਹਿਰਦੇ ਪਰ ਇਹ ਚਿਲਾਤਾ ਹੈ ਕਿ ਆਗੇ ਸੇ ਫਿਰ ਪਾਪ ਨਾ ਹੋ। ਆਗੇ ਕੇ ਬਚਾਵ ਕੇ ਲੀਏ ਜਿਨ ਕ੍ਰਿਤਿਓਂ ਕੀ ਆਵਸ਼ਕਤਾ ਹੈ ਨਾ, ਇਸਕੇ ਲੀਏ ਵੋ ਨਾਸ ਹੋ ਜਾਏ। ਜੋ ਪਾਪ ਹੋ ਗਏ ਹੈ ਵੋ ਸ਼ੈ ਨਹੀਂ ਹੋ ਸਕਦੇ। ਜੈਸੇ ਮਦਪਾਨ ਕਰਕੇ ਉਸਕਾ ਪ੍ਰਾਸ਼ਚਿਤ ਕਰਨਾ ਆਗੇ ਕੋ ਲਾਭਦਾਇਕ ਹੋ ਸਕਦਾ ਹੈ, ਉਸ ਪ੍ਰਾਸ਼ਚਿਤ ਉਸ ਸਮੇਂ ਨਸ਼ਾ ਦੂਰ ਨਹੀਂ ਹੋ ਸਕਦਾ। ਜੋ ਪਾਪ ਕੀਆ ਗਿਆ ਉਸਕਾ ਪ੍ਰਾਸ਼ਚਿਤ ਉਸਕੋ ਉਸਕੇ ਕਰਤਾ ਕੋ ਅਵਸ਼ਯ ਹੀ ਭੋਗਣਾ ਪੜੇਗਾ। ਉਸਕੇ ਪਸ਼ਚਾਤਾਪ ਵੋ ਜੋ ਧਰਮ ਕਰੇਗਾ ਉਸਕਾ ਸੁਖ ਵੀ ਵੋ ਦੰਡ ਸਹਿਨ ਕਰਨੇ ਕੇ ਪਸ਼ਚਾਤ ਭੰਗ ਕਰੇਗਾ। ਔਰ ਕਭੀ ਕਭੀ ਐਸਾ ਵੀ ਹੋਤਾ ਹੈ ਕਿ ਵੋ ਪਹਿਲੇ ਆਪਣੇ ਕੀਏ ਕਰਮੋ ਕਾ ਲਾਭ ਉਠਾ ਲੇਤਾ ਹੈ, ਉਸਕੇ ਉਪਰੰਤ ਆਪਣੇ ਦੁਸ਼ਟ ਕਰਮੋ ਕਾ ਦੰਡ ਸਹਿਨ ਕਰਤਾ ਹੈ। ਇਸਕੇ ਪ੍ਰਤੱਖ ਉਦਾਹਰਣ ਇਸ ਸੰਸਾਰ ਹੀ ਕੇ ਪ੍ਰਤੇਕ ਮੇਂ ਤੁਮੇਂ ਦਿਖਾਈ ਦੇਂਗੇ, ਯਦੀ ਤੁਮ ਉਨਕੋ ਦੇਖੋਗੇ ਔਰ ਉਸ ਪਰ ਵਿਚਾਰ ਕਰੋਗੇ।
ਭਾਨ ਸਿੰਘ ਨੇ ਪ੍ਰਸ਼ਨ ਕੀਤਾ, ਫਿਰ ਮਹਾਰਾਜ ਅਜਿਹਾ ਵੀ ਕੋਈ ਉਪਾਅ ਹੈ ਜਿਸ ਕਰਕੇ ਸ਼ਾਂਤੀ ਪ੍ਰਾਪਤ ਹੋਵੇ? ਮਹਾਤਮਾ ਨੇ ਕਿਹਾ ਕਿ ਪ੍ਰਤਸ਼ ਫਲ ਕਾ ਤੋ ਕੁਛ ਦਰਸ਼ਨ ਤਭੀ ਹੋਤਾ ਹੈ ਔਰ ਨਿਸਤਾਰਤ ਹੋਕਰ ਪਰਮਾਰਥ ਸਾਧਨ ਕੀਆ ਜਾਤਾ ਹੈ ਜਬ ਮਮਤਾ ਕਾ ਨਾਮ ਤੱਕ ਮਿਟਾ ਦਿਆ ਜਾਤਾ ਹੈ। ਅਬ ਤੱਕ ਤੁਮਨੇ ਧਰਮ ਮੇਂ ਜੋ ਕੁਛ ਵਿਅਮ ਕੀਆ ਹੈ ਵੋ ਤੁਮਾਰੇ ਧਨ ਸੀ ਸੰਤੋਸ਼ ਸੇਵਾ ਹਿੱਸਾ ਵੀ ਨਹੀਂ ਹੈ। ਇਸਕੇ ਅਤਿਰਿਕਤ ਉਸ ਅਹੰਕਾਰ ਯਸ ਇਤਿਆਦਿ ਕੀ ਅੰਸ਼ ਵੀ ਯਭੇਸ਼ ਰੂਪ ਮੇਂ ਸੰਮਲਿਨ ਔਰ ਜਬ ਉਸ ਭਯਮ ਮੇਂ ਤੁਮਾਰਾ ਸਵਾਰਥ ਹੀ ਥਾ ਤੋ ਫਿਰ ਵੋ ਦਾਨ ਕੈਸੇ ਹੁਆ? ਤਾਂ ਕੀ ਮਹਾਰਾਜ, ਬਸ ਆਪਣਾ ਧਨ ਸਭ ਕੌੜੀ ਕੌੜੀ ਭਿਕਸ਼ਕੋਂ ਕੋ ਬਾਂਟ ਦੋ, ਪਰਿਸ਼ਰਮ ਕਰਕੇ ਭੋਜਨ ਕਰੋ, ਬੜੱਪਨ ਕਾ ਧਿਆਨ ਛੋੜ ਦੋ, ਸਤਿਯ ਵਰਤ ਕਰਨਾ ਧਾਰਨ ਕਰਕੇ ਆਪਣਾ ਆਵਸ਼ਕ ਜੀਵਨ ਬਤੀਤ ਕਰੋ, ਯਦ ਈਸ਼ਵਰ ਕੀ ਕਿਰਪਾ ਹੋਈ ਫਿਰ ਤੁਮੇ ਸ਼ਾਂਤੀ ਮਿਲੇਗੀ। ਭਾਨ ਸਿੰਘ ਨੇ ਕਿਹਾ, ਤਾਂ ਕਿ ਮੈਂ ਆਪਣੇ ਸੰਤਾਨ ਜੀ ਦਾ ਸੰਬੰਧ ਇਸ ਪਾਪ ਨਾਲ ਨਹੀਂ ਨੂੰ ਸਦਾ ਲਈ ਕੰਗਾਲ ਕਰ ਦਿਆਂ? ਮਹਾਤਮਾ ਨੇ ਕਿਹਾ ਕਿ ਸੰਸਾਰਕ ਸੁੱਖੋਂ ਸੇ ਮੂੰਹ ਕੋ ਕਿ ਬਹਿ ਕਾ ਨਾਮ ਦੁੱਖ ਹੈ, ਇਸ ਦੁੱਖ ਸੇ ਬਚਨੇ ਕਾ ਉਪਾਅ ਯਹੀ ਹੈ ਕਿ ਇਨਸੇ ਦੂਰ ਰਹੋ ਔਰ ਇਨਮੇਂ ਲਿਪਤ ਨਾ ਹੋ। ਮਹਾਤਮਾ ਦੇ ਇਸ ਉਪਦੇਸ਼ ਨੂੰ ਸੁਣ ਕੇ ਭਾਨ ਸਿੰਘ ਡੱਕੋ ਡੋਲਿਆਂ 'ਚ ਪੈ ਗਿਆ। ਮਹਾਤਮਾ ਨੇ ਫਿਰ ਕਿਹਾ, ਅੱਛਾ ਅਬ ਤੁਮ ਜਾਓ, ਮੈਨੇ ਜੋ ਕੁਛ ਕਹਿਣਾ ਥਾ ਕਹਿ ਦਿਆ। ਇਹ ਕਹਿ ਕੇ ਮਹਾਤਮਾ ਆਪਣੀ ਕੋਠੜੀ 'ਚ ਜਾ ਕੇ ਨਾਮ ਅਭਿਆਸ 'ਚ ਜੁੜ ਗਏ। ਇੱਧਰ ਭਾਨ ਸਿੰਘ ਵੀ ਚੁੱਪ ਚੁਪਾਤਾ ਉੱਥੋਂ ਉੱਠਿਆ, ਬਾਹਰ ਆ ਕੇ ਫਿਟਨ 'ਚ ਬੈਠ ਗਿਆ, ਫਿਟਨ ਘਰ ਵੱਲ ਤੁਰ ਪਈ। ਅੰਗ 14। ਮਹਾਤਮਾ ਦੇ ਵੈਰਾਗ ਭਰੇ ਉਪਦੇਸ਼ ਨੇ ਭਾਨ ਸਿੰਘ ਦੀ ਖੋਪਰੀ 'ਚ ਇੱਕ ਅਨੋਖੀ ਹਲਚਲ ਪੈਦਾ ਕਰ ਦਿੱਤੀ। ਉਹਦੀ ਬੁੱਧ ਚਕਰਾ ਗਈ ਕਿ ਕੀ ਕਰੇ ਅਤੇ ਕੀ ਨਾ ਕਰੇ। ਜਿਸ ਤਰ੍ਹਾਂ ਜ਼ੋਰ ਨਾਲ ਹਵਾ ਚੱਲਣ ਦੇ ਕਾਰਨ ਪੂਰਨ ਸ਼ਾਂਤ ਅਤੇ ਅਡੋਲ ਤਲਾਵਾਂ ਵਿੱਚ ਵੀ ਇੱਕ ਤੋਂ ਇੱਕ ਵੱਧ ਹੁਲਾਰੇ ਆਉਣ ਲੱਗ ਪੈਂਦੇ ਹੈ, ਉਹਨਾਂ ਦਾ ਟਿਕਿਆ ਹੋਇਆ ਪਾਣੀ ਸਾਰਾ ਉਥਲ ਪੁਥਲ ਹੋ ਉੱਠਦਾ ਹੈ, ਇਸੇ ਤਰ੍ਹਾਂ ਇਸ ਵੇਲੇ ਭਾਨ ਸਿੰਘ ਦੇ ਸਾਰੇ ਸਰੀਰ 'ਚ ਹਫੜਾ ਦਫੜੀ ਮੱਚ ਗਈ। ਸੋਚ ਵਿਚਾਰ ਦੇ ਕਈ ਹੁਲਾਰੇ ਉੱਠਦੇ, ਕਈ ਡਿੱਗਦੇ, ਇਸੇ ਕਰਕੇ ਉਹਨੇ ਕੋਚਵਾਨ ਨੂੰ ਗੱਡੀ ਹੌਲੀ ਹੌਲੀ ਤੋਰਨ ਲਈ ਕਿਹਾ। ਜਦ ਗੱਡੀ ਹਾਲ ਬਾਜ਼ਾਰ 'ਚ ਜਾ ਰਹੀ ਸੀ ਤਾਂ ਉਹਨੇ ਡਿੱਠਾ ਕਿ ਅਧਖੜ ਇਸਤਰੀ ਨੂੰ, ਜਿਹਦੀ ਉਮਰ 25 ਵਰ੍ਹਿਆਂ ਤੋਂ ਵੱਧ ਨਹੀਂ ਹੋਣੀ, ਸਰੀਰ ਇੰਨਾ ਸੁੱਕ ਗਿਆ ਕੇਵਲ ਹੱਡੀਆਂ ਦੀ ਮੁੱਠੀ ਰਹਿ ਗਈ ਹੈ, ਅਤੇ ਜਿਹਦੀ ਗੋਦ 'ਚ ਇੱਕ ਨਿੱਕਾ ਜਿਹਾ ਬਾਲਕ ਹੈ, ਪੁਲਿਸੀਆਂ ਦਾ ਇੱਕ ਜਥਾ ਘੇਰੀ ਲਈ ਜਾਂਦਾ। ਇੱਕ ਮੋਈ ਮਾਰੀ ਇਸਤਰੀ ਨੂੰ ਕਈ ਪੁਲਿਸੀਆਂ ਦੁਆਰੇ ਘਿਰੀ ਜਾਂਦੀ ਵੇਖ ਭਾਨ ਸਿੰਘ ਬਹੁਤ ਹੀ ਅਸਚਰਜ ਹੋਇਆ। ਉਹਨੇ ਗੱਡੀ ਰੁਕਵਾ ਲਈ। ਜਦ ਉਹ ਜਥਾ ਨੇੜੇ ਆਇਆ ਤਾਂ ਉਹਨੇ ਪੁੱਛਿਆ, ਕਿਉਂ ਕੀ ਮਾਮਲਾ ਹੈ? ਉਹ ਜਥੇ ਦੇ ਜਮਾਂਦਾਰ ਨੇ ਕਿਹਾ, ਜੀ ਇਹਨੇ ਇੱਕ ਹਲਵਾਈ ਦੀ ਦੁਕਾਨ ਤੋਂ ਪੂਰੀਆਂ ਚੁਰਾਈਆਂ। ਭਾਨ ਸਿੰਘ ਨੇ ਉਸ ਇਸਤਰੀ ਨੂੰ ਪੁੱਛਿਆ, ਕਿਉਂ ਭਲੀਏ ਲੋਕੇ, ਤੈਨੂੰ ਚੋਰੀ ਕਰਦਿਆਂ ਡਰ ਨਹੀਂ ਲੱਗਾ? ਉਹ ਇਸਤਰੀ ਚਿੜੀ ਹੋਈ ਤਾਂ ਸੀ, ਕ੍ਰੋਧ ਭਰੀਆਂ ਅੱਖਾਂ ਨਾਲ ਉਹਨੇ ਭਾਨ ਸਿੰਘ ਨੂੰ ਘੂਰ ਕੇ ਕਿਹਾ, ਮੌਜ ਨਾਲ ਗੱਡੀ 'ਤੇ ਬੈਠਾ ਨਾ, ਇਸ ਕਰਕੇ ਤੂੰ ਇਸ ਤਰ੍ਹਾਂ ਕਹਿ ਰਿਹਾ? ਮੇਰੇ ਵਰਗਾ ਹੀ ਤੇਰਾ ਵੀ ਹਾਲ ਹੁੰਦਾ ਤਾਂ ਮੇਰੇ ਦੁੱਖ ਨੂੰ ਸਮਝਦਾ? ਮੈਂ ਇੱਕ ਗਰੀਬ ਅਰਾਈ ਦੀ ਇਸਤਰੀ ਹਾਂ, ਪੂਰੇ 6 ਮਹੀਨੇ ਹੋਏ ਹੈ ਮੇਰਾ ਪਤੀ ਮੇਰੇ ਪਾਸੋਂ ਖੋਹ ਲਿਆ। ਉਹਦਾ ਅਪਰਾਧ ਇੰਨਾ ਹੀ ਸੀ ਕਿ ਕਾਲ ਪੈ ਜਾਣ ਕਰਕੇ ਉਹ ਸਰਕਾਰੀ ਮਾਮਲਾ ਨਾ ਦੇ ਸਕਿਆ। ਜੇ ਕਦੇ ਰਾਜ ਕਰਮਚਾਰੀ ਆਪਣੀ ਗਰੀਬ ਪ੍ਰਜਾ ਦਾ ਕੁਛ ਵੀ ਧਿਆਨ ਕਰਦੇ ਹੁੰਦੇ ਤਾਂ ਉਹ ਅਵਸ਼ ਹੀ ਸਾਡੇ 'ਤੇ ਦਇਆ ਕਰਦੇ। ਸੰਭਵ ਸੀ ਦੂਜੇ ਸਾਲ ਉਹਨਾਂ ਦਾ ਮਾਮਲਾ ਵੀ ਤਰ ਜਾਂਦਾ, ਪਰ ਉਹਨਾਂ ਨੂੰ ਇਹ ਗੱਲ ਨਾ ਪਾਈ। ਉਹਨਾਂ ਨੇ ਮੇਰੇ ਇੱਕੋ ਇੱਕ ਆਸਰੇ ਪਤੀ ਨੂੰ ਫੜ ਕੇ ਜੇਲ੍ਹ 'ਚ ਸੁੱਟ ਦਿੱਤਾ। ਪਤੀ ਦੇ ਕੈਦ ਹੋ ਜਾਣ ਪਿੱਛੋਂ ਮੈਂ ਆਪਣਾ ਸਭ ਕੁਝ ਵੇਚ ਕੇ ਜਿੰਨੇ ਦਿਨ ਹੋ ਸਕਿਆ ਆਪਣਾ ਅਤੇ ਇਸ ਬੱਚੇ ਦਾ ਢਿੱਡ ਭਰਿਆ, ਪਰ ਜਦ ਮੇਰੇ ਪਾਸ ਕੁਛ ਨਹੀਂ ਰਹਿ ਗਿਆ ਤਾਂ ਇਹ ਸਾਸ 'ਤੇ ਅੰਮ੍ਰਿਤਸਰ 'ਚ ਆਈ ਕਿ ਕਿਤੇ ਨੌਕਰੀ ਕਰਕੇ ਆਪਣਾ ਅਤੇ ਬੱਚੇ ਦਾ ਡੰਗ ਟਪਾਵਾਂਗੀ, ਪਰ ਇਹ ਵੀ ਨਾ ਹੋ ਸਕਿਆ, ਕਿਤੇ ਨੌਕਰੀ ਨਹੀਂ ਲੱਭੀ। ਆ ਚੌਥਾ ਡੰਗ ਹੈ, ਅਸੀਂ ਦੋਹਾਂ ਨੇ ਦੇ ਅੰਦਰ ਅਨਾਜ ਦਾ ਭੋਰਾ ਨਹੀਂ ਗਿਆ। ਜਿਸ ਕਿਸੇ ਨੂੰ ਨੌਕਰੀ ਲਈ ਕਹਿੰਦੀ ਹਾਂ ਅੱਗੋਂ ਕਹਿੰਦੀ ਹੈ, ਬਾਬੇ ਸਾਹਿਬ ਜਾ ਬੈਠ, ਗੁਰੂ ਦੇ ਲੰਗਰੋਂ ਰੋਟੀ ਲੈ ਕੇ ਖਾ, ਪਰ ਮੇਰਾ ਖਬਰੇ ਕਿਹੋ ਜਿਹਾ ਦਿਲ ਹੈ, ਕਿਸੇ ਅੱਗੇ ਹੱਥ ਅੱਡਣ ਦਾ ਖਿਆਲ ਕਰਦਿਆਂ ਮੇਰੇ ਅੰਦਰ ਬਾਹਰ ਅੱਗ ਲੱਗ ਜਾਂਦੀ ਹੈ। ਇਸ ਫਿਕਰ 'ਚ ਕਿਤੇ ਮਾਸੂਮ ਬੱਚਾ ਮਾਰੀ ਨਾ ਜਾਏ। ਛਾਤੀ 'ਤੇ ਪੱਥਰ ਰੱਖ ਕੇ ਅੱਜ ਵੱਡੇ ਵੇਲੇ ਬਾਬੇ ਸਾਹਿਬ ਜਾ ਪੁੱਜੀ, ਪਰ ਅਜੇ ਪਹੁੰਚੀ ਸੀ ਕਿ ਮੰਗਤੇ ਮੁਸ਼ਟੰਡੇ ਮੇਰੇ ਨਾਲ ਛੇੜਖਾਨੀ ਕਰਨ ਲੱਗੇ। ਇੰਨੇ ਨੂੰ ਇੱਕ ਭਾਈ ਰੋਟੀਆਂ ਵੰਡਦਾ ਅੱਜ ਅਜੇ ਮੈਥੋਂ ਕੁਛ ਦਰੇਡੇ ਸੀ ਕਿ ਮੰਗਤਿਆਂ ਦੀ ਧਾਰ ਨੇ ਉਹਨੂੰ ਜਾ ਕੇ ਰਿਹਾ, ਸਾਰੀਆਂ ਰੋਟੀਆਂ ਲੁੱਟ ਕੇ ਲੈ ਗਏ। ਮੈਂ ਅਜਿਹੀ ਸੀ, ਉਹੋ ਜਿਹੀ ਖਾਲੀ ਰਹਿ ਗਈ। ਅੰਤ ਜਦ ਭੁੱਖ ਨਾਲ ਇਹ ਬਾਲ ਲੁੱਛਣ ਲੱਗਾ ਤਾਂ ਨਾਲ ਹੀ ਬਾਬੇ ਸਾਹਿਬ ਦੇ ਬੂਹੇ ਅੱਗੇ ਜਿਹੜਾ ਹਲਵਾਈ ਬਹਿੰਦਾ ਇਸ ਅੱਗੇ ਮੈਂ ਗਿੜਗਿੜਾ ਕੇ ਵਾਸਤੇ ਪਾਏ ਕਿ ਮੇਰੇ ਬਾਲ ਨੂੰ ਇੱਕ ਪੂਰੀ ਦੇ, ਪਰ ਉਹਨੇ ਮੇਰੇ ਅਤੇ ਮੇਰੇ ਬੱਚੇ 'ਤੇ ਜ਼ਰਾ ਵੀ ਤਰਸ ਨਾ ਕੀਤਾ। ਲਾਚਾਰ ਬਾਲਕ ਦੇ ਤੜਫਣ ਨੂੰ ਨਾ ਸਹਾਰ ਕੇ ਮੈਂ ਉਹਦੀ ਹੱਟੀ ਤੋਂ ਇੱਕ ਪੂਰੀ ਚੁੱਕ ਲਈ। ਇਹਦਾ ਸਿੱਟਾ ਇਹ ਹੋਇਆ ਜਿਹੜਾ ਕਿ ਇਸ ਵੇਲੇ ਦਿਸ ਰਿਹਾ, ਪਰ ਕੋਈ ਡਰ ਨਹੀਂ, ਚੱਲਣ ਦਿਓ, ਮੈਂ ਕਚਹਿਰੀ 'ਚ ਜਾ ਕੇ ਚੀਕਾਂਗੀ, ਸੁੱਤੇ ਹੋਏ ਹਾਕਮ ਦੀ ਚੰਗੀ ਤਰ੍ਹਾਂ ਅੱਖਾਂ ਖੋਲ੍ਹਾਂਗੀ, ਕਹਾਂਗੀ ਜਿਸ ਪ੍ਰਜਾ ਦੇ
ਧੰਨ ਨਾਲ ਤੂੰ ਤਿੰਨ ਤਿੰਨ ਮੋਟਰਾਂ ਰੱਖੀ ਬੈਠਾ, ਜਦ ਉਹਦੇ ਦੁੱਖਾਂ ਦੀ ਹੀ ਤੈਨੂੰ ਸਾਰ ਨਹੀਂ ਤਾਂ ਤੈਨੂੰ ਸ਼ਹਿਰ ਦਾ ਹਾਕਮ ਸਦਾਉਣ ਦਾ ਕੀ ਅਧਿਕਾਰ ਹੈ? ਤੂੰ ਤਾਂ ਬਿਜਲੀ ਦੇ ਪੱਖਿਆਂ ਹੇਠ ਪਰਜਾਂ ਦੇ ਪਿਆਸੇ ਨਾਲ ਗੁਲਛਰੇ ਉਡਾ ਰਿਹਾ, ਪਰ ਜ਼ਰਾ ਅੱਖਾਂ ਖੋਲ੍ਹ ਕੇ ਵੇਖ ਤੇਰੀ ਪਰਜਾ ਕਿਸ ਤਰ੍ਹਾਂ ਤਿਲਾਂ ਵਾਂਗ ਪੀੜੀ ਜਾ ਰਹੀ ਹੈ। ਇਹ ਤੂੰ ਅੱਗੇ ਨਿਰਬਲਤਾ ਦੇ ਕਾਰਨ ਇਸ ਵਿਚਾਰੀ ਤੋਂ ਬੋਲਿਆ ਨਾ ਗਿਆ। ਉਹ ਚੁੱਪ ਹੋ ਗਈ, ਉੱਚੀ ਉੱਚੀ ਸਾਹ ਲੈਣ ਲੱਗ ਪਈ। ਇਹਨੇ ਨੂੰ ਪਿੱਛੋਂ ਇੱਕ ਸਿਪਾਹੀ ਨੇ ਧੱਕਾ ਦੇ ਕੇ ਕਿਹਾ, ਹਰਾਮਜ਼ਾਦੀਏ ਤੁਰਦੀ ਕਿਉਂ ਨਹੀਂ? ਸਾਹਿਬ ਨੂੰ ਇਹੋ ਜਿਹੀਆਂ ਗੱਲਾਂ ਕਹੇਂਗੀ, ਚੇਤੇ ਰੱਖ ਜਨਮ ਹੀ ਜਾਣਾ ਪਊ। ਵਿਚਾਰੀ 'ਚ ਸਾਹ ਸੱਤ ਅੱਗੇ ਨਹੀਂ ਸੀ। ਜਿਉਂ ਹੀ ਸਿਪਾਹੀ ਦਾ ਧੱਕਾ ਵਿਚਾਰੀ ਦੇ ਪਿੰਜਰ ਸਰੀਰ ਨੂੰ ਲੱਗਾ, ਬਾਲਕ ਉਹਦੇ ਹੱਥੋਂ ਛੁੱਟ ਕੇ ਭੁੰਜੇ ਜਾ ਡਿੱਗਾ। ਡਿੱਗਦਿਆਂ ਹੀ ਬਾਲਕ ਦੇ ਮੂੰਹੋਂ ਇੱਕ ਹੌਲੀ ਜਿਹੀ ਚੀਕ ਨਿਕਲੀ। ਇਹਦੇ ਨਾਲ ਹੀ ਉਹਦੀਆਂ ਅੱਖਾਂ ਦੀਆਂ ਪੁਤਲੀਆਂ ਚੜ੍ਹ ਗਈਆਂ, ਸਾਹ ਬੰਦ ਹੋ ਗਿਆ। ਜਿੱਥੇ ਡਿੱਗਾ ਸੀ ਉੱਥੇ ਡਿੱਗਾ ਹੀ ਰਹਿ ਗਿਆ। ਭਾਨ ਸਿੰਘ ਸ਼ਹਿਰ ਦੇ ਸਾਰੇ ਅਮੀਰਾਂ 'ਚੋਂ ਸਿਰ ਕੱਢਵਾਉਣ ਨਗਰ ਸਭਾ ਦਾ ਪ੍ਰਧਾਨ ਹੋਣ ਕਰਕੇ ਸਰਕਾਰੀ ਦਰਬਾਰੇ ਬੜੇ ਸਨਮਾਨ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਸੀ, ਪਰ ਉਹਨੂੰ ਇਹਨਾਂ ਵਿਚਾਰੇ ਭੁੱਖ ਦੇ ਹੱਥੋਂ ਮਰਦੇ ਕੰਗਾਲਾਂ ਦੇ ਦੁੱਖ ਦੀ ਕੀ ਸਾਰ ਸੀ? ਉਹਨੂੰ ਕੀ ਪਈ ਸੀ ਕਿ ਉਹ ਅਜਿਹੇ ਸਧਾਰਨ ਕੰਮਾਂ 'ਚ ਆਪਣਾ ਸਮਾਂ ਅਤੇ ਵਿਚਾਰ ਖਰਚ ਕਰੇ? ਅੰਤ ਉਹਨੇ ਕੋਚਵਾਨ ਨੂੰ ਗੱਡੀ ਤੋਰਨ ਲਈ ਕਿਹਾ। ਗੱਡੀ ਉਹਦੇ ਘਰ ਵੱਲ ਤੁਰੀ। ਰਾਹ 'ਚ ਉਹਨੂੰ ਇਸ ਕੰਗਾਲੀ ਦੀ ਅਵਸਥਾ ਉੱਤੇ ਚਿੰਤਾਵਸ਼ ਹੋਈ। ਕਹਿਣ ਲੱਗਾ, ਜੇ ਇਸ ਵਿਚਾਰੀ ਪਾਸ ਧਨ ਹੁੰਦਾ ਤਾਂ ਉਹ ਕਿਉਂ ਇਸ ਤਰ੍ਹਾਂ ਦੁੱਖ 'ਤੇ ਦੁੱਖ ਪਾਉਂਦੀ? ਕਿਉਂ ਉਹਦਾ ਪਤੀ ਜੇਲ੍ਹ ਜਾਂਦਾ? ਕਿਉਂ ਉਹਦਾ ਇੱਕ ਲੌਤਾ ਪੁੱਤਰ ਮੌਤ ਦੇ ਮੂੰਹ 'ਚ ਪੈ ਜਾਂਦਾ? ਸੰਸਾਰ 'ਚ ਕਿਹੋ ਜਿਹੇ ਲੋਕ ਹੈ? ਅਜਿਹੇ ਸਰਬਗੁਣ ਨਿਧਾਨ ਅਤੇ ਮਾਨਯੋਗ ਧਨ ਨੂੰ ਮਹਾਤਮਾ ਕਹਿੰਦਾ ਸੀ, ਲੁਟਾ ਦਿਓ। ਖੂਬ ਬਈ ਖੂਬ, ਮੈਂ ਵੀ ਕਿਹਾ ਮੂਰਖ ਹਾਂ ਜਿਹੜਾ ਅਜਿਹੇ ਲੋਕਾਂ ਨਾਲ ਗੱਲ ਕਰਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸੰਸਾਰ ਕੀ ਹੈ। ਸੰਸਾਰ 'ਚ ਰਹਿ ਕੇ ਧਨ ਦੀ ਕਿੰਨੀ ਲੋੜ ਹੈ? ਬਸ ਨਿਰਧਨਤਾ ਹੀ ਇਸ ਸੰਸਾਰ 'ਚ ਜਿਉਂਦੇ ਜੀ ਨਰਕ ਵਿਖਾਉਂਦੀ ਹੈ। ਨਿਰਧਨਤਾ ਦੇ ਕਾਰਨ ਹੀ ਮਨੁੱਖ ਜਿਉਂਦਾ ਮਰ ਜਾਂਦਾ। ਚੰਗਾ ਉਪਦੇਸ਼ ਸੀ, ਖੂਬ ਸਲਾਹ ਸੀ। ਮੈਂ ਸੰਸਾਰੀ ਹਾਂ, ਭਲਾ ਮੇਰੇ ਪਾਸੋਂ ਇਹ ਕਦ ਹੋ ਸਕੇਗਾ? ਸ਼ਾਂਤੀ ਮਿਲਣ ਦਾ ਚੰਗਾ ਰਾਹ ਦੱਸਿਆ ਸੂ, ਕਿਉਂ ਨਾ ਹੋਵੇ ਇੱਕ ਆਦਮੀ ਲਹੂ ਪਾਣੀ ਇੱਕ ਕਰਕੇ ਕਮਾਵੇ, ਦੂਜੇ ਲੋਕ ਵਿਹਲੇ ਬੈਠ ਕੇ ਮਾਲ ਪੂੜੇ ਉਡਾਉਣ? ਫਿਰ ਭਲਾ ਜੇ ਇਕੱਲਾ ਹੁੰਦਾ ਤਾਂ ਵੀ ਭਾਵੇਂ ਮਹਾਤਮਾ ਦੇ ਕਥਨ ਅਨੁਸਾਰ ਅਜਿਹਾ ਕਰ ਹੀ ਲੈਂਦਾ, ਪਰ ਮੇਰੇ ਨਾਲ ਇਸਤਰੀ ਸਾਕ ਸੰਬੰਧੀ ਜਿਹੜੇ ਹੈ ਉਹਨਾਂ ਨੂੰ ਮੈਂ ਇੱਕ ਵਾਰ ਹੀ ਕੰਗਾਲ ਬਣਾ ਦਿਆਂ, ਜਾਂ ਅਰਾਈ ਦੀ ਇਸਤਰੀ ਦੇ ਪੁੱਤਰ ਵਾਂਗ ਪੁਲਿਸ ਦੇ ਹੱਥੋਂ ਮਾਰਾਂ ਖਾਣ ਨੂੰ ਛੱਡ ਦਿਆਂ? ਓਹੋ, ਇਹ ਤਾਂ ਮੈਥੋਂ ਕਦੀ ਵੀ ਨਹੀਂ ਹੋ ਸਕਦਾ। ਚਲੋ ਜੀ, ਜੋ ਹੋਏਗੀ ਦੇਖੀ ਜਾਏਗੀ, ਜਿਹੜੀ ਬਿਪਤਾ ਮੇਰੇ 'ਤੇ ਆਏਗੀ ਸਹਿ ਲਾਂਗਾ, ਪਰ ਮਹਾਤਮਾ ਦੀ ਗੱਲ ਤਾਂ ਬਈ ਮੈਂ ਕਦੇ ਵੀ ਮੰਨਣ ਨੂੰ ਤਿਆਰ ਨਹੀਂ। ਇਸੇ ਤਰ੍ਹਾਂ ਸੋਚਦਾ ਵਿਚਾਰਦਾ ਭਾਨ ਸਿੰਘ ਘਰ ਪੁੱਜਾ। ਮੋਹ ਜਾਲ ਨੇ ਉਸ 'ਤੇ ਅਜਿਹਾ ਪਸਾਰਾ ਪਸਾਰਿਆ, ਥੋੜ੍ਹੇ ਦਿਨਾਂ ਤੱਕ ਉਹਨੂੰ ਸਭ ਕੁਝ ਭੁੱਲ ਭੁਲਾ ਗਿਆ। ਨਾ ਉਹਨੂੰ ਪਾਪ ਦੀ ਖੱਟੀ ਵਾਲੀ ਚਿੰਤਾ ਰਹੀ, ਨਾ ਹੀ ਉਹਦੇ ਡੰਡੇ ਤੋਂ ਬਚਣ ਦਾ ਚੇਤਾ ਰਿਹਾ। ਉਹ ਸਦਾ ਆਨੰਦ ਨਾਲ ਆਪਣੇ ਕੰਮਾਂ ਕਾਰਾਂ 'ਚ ਲੱਗਾ ਰਹਿੰਦਾ, ਸਦਾ ਆਪਣੇ ਸੱਜਣਾ ਮਿੱਤਰਾਂ ਦੀ ਮਜਲਸ ਨੂੰ ਸ਼ਸ਼ੋਭਤ ਕਰਦਾ। ਹੌਲੀ ਹੌਲੀ ਉਬਰਾ ਵੀ ਲੰਘ ਗਿਆ। ਜਦ ਨਵੇਂ ਵਰ੍ਹੇ ਵਿੱਚ ਪਹਿਲਾ ਦਿਨ ਆਇਆ ਅਤੇ ਭਾਨ ਸਿੰਘ ਆਪਣੀ ਬੈਠਕ 'ਚ ਗਿਆ ਤਾਂ ਮੇਜ਼ 'ਤੇ ਪਏ ਨਵੇਂ ਸਾਲ ਦੀ ਜੰਤਰੀ ਉੱਤੇ ਨਜ਼ਰ ਪਈ। ਨਾਲ ਹੀ ਉਸ ਦਿਨ ਜਦ 40 ਵਰ੍ਹੇ ਪੂਰੇ ਹੋਣੇ ਹਨ ਚੇਤੇ ਆਇਆ। ਉਹਨੇ ਜਦ ਜੰਤਰੀ ਨੂੰ ਉਲਟਾ ਪੁਲਟਾ ਕੇ ਵੇਖਿਆ, ਉਹਨੂੰ ਪਤਾ ਲੱਗਾ ਆਉਂਦੇ ਪੋਹ ਦੀ 12ਵੀਂ ਨੂੰ 40 ਵਰ੍ਹੇ ਪੂਰੇ ਹੋ ਜਾਣਗੇ। ਉਸ ਮਿਤੀ ਦੇ ਨਾਲ ਹੀ ਮੇਰਾ ਜੀਵਨ ਲੀਲਾ ਵੀ ਸਮਾਪਤ ਹੋ ਜਾਏਗੀ। ਜਿਉਂ ਜਿਉਂ ਦਿਨ ਬੀਤਦੇ ਪੋਹ ਦਾ ਮਹੀਨਾ ਨੇੜੇ ਆਉਂਦਾ ਜਾਂਦਾ ਸੀ, ਤੇ ਉੱਥੇ ਭਾਨ ਸਿੰਘ ਦਾ ਡਰ ਵੱਧਦਾ ਜਾਂਦਾ। ਪਾਪ ਦੀ ਖੱਟੀ ਵਾਲੀ ਚਿੰਤਾ ਦਿਨੋਂ ਦਿਨ ਭਿਆਨਕ ਰੂਪ ਧਾਰ ਕੇ ਉਹਦੇ ਸਾਹਮਣੇ ਆਉਣ ਲੱਗੀ। ਹਰ ਵੇਲੇ ਉਹਨੂੰ ਇਹ ਧੁਨ ਰਹਿਣ ਲੱਗੀ ਕਿ ਬਸ ਹੁਣ ਮੇਰੀ ਮੌਤ ਆਈ ਕਿ ਆਈ, ਪਰ ਖਬਰੇ ਕਿਸ ਦੁੱਖ ਅਤੇ ਪੀੜਾ ਹੱਥੋਂ ਮੇਰਾ ਅੰਤ ਹੋਵੇ। ਕਦੇ ਤਾਂ ਉਹ ਸੋਚਦਾ ਕਿ ਮੇਰੇ ਅੰਤਲੇ ਦਿਨਾਂ 'ਚ ਮੈਨੂੰ ਕੋਈ ਭਿਆਨਕ ਰੋਗ ਆ ਲੱਗੇਗਾ, ਕਦੇ ਸੋਚਦਾ ਨਹੀਂ ਜਿਸ ਤਰ੍ਹਾਂ ਮੈਂ ਦੋ ਵਿਦੇਸ਼ੀਆਂ ਨੂੰ ਮੌਤ ਦੇ ਘਾਟ ਉਤਾਰਿਆ, ਉਸੇ ਤਰ੍ਹਾਂ ਡਾਂਗਾਂ ਨਾਲ ਮੇਰੀ ਖੋਪਰੀ ਚੂਰ ਹੋ ਜਾਏਗੀ। ਕਦੇ ਸੋਚਦਾ ਅੱਗ ਲੱਗ ਜਾਏਗੀ, ਮੈਂ ਵਿੱਚੇ ਹੀ ਸੜ ਕੇ ਮਰ ਜਾਵਾਂਗਾ। ਕਦੇ ਕਹਿੰਦਾ ਘਰ ਦੀ ਛੱਤ ਡਿੱਗ ਪਏਗੀ, ਮੈਂ ਹੇਠਾਂ ਦੱਬ ਕੇ ਮਰ ਜਾਵਾਂਗਾ। ਫਿਰ ਵਿਚਾਰਦਾ ਕਿ ਸਾਰੇ ਸੰਸਾਰ ਦੀਆਂ ਬਲਾਵਾਂ ਮੇਰੇ ਲਈ ਬਣਾਈਆਂ ਗਈਆਂ, ਕੀ ਮੈਨੂੰ ਉਹਨਾਂ 'ਚ ਕਿਸੇ ਇੱਕ ਦਾ ਸ਼ਿਕਾਰ ਬਣਨਾ ਪਏਗਾ। ਹੌਲੀ ਹੌਲੀ ਉਹ ਇੰਨਾ ਭੈਭੀਤ ਹੋਇਆ ਕਿ ਉਹਨੇ ਮਕਾਨ 'ਚ ਰਹਿਣਾ ਛੱਡ ਦਿੱਤਾ। ਸ਼ਹਿਰੋਂ ਬਾਹਰ ਰਾਮ ਤਲਾਈ ਦੇ ਪਾਸ ਇੱਕ ਛੋਟੇ ਜਿਹੇ ਮਕਾਨ 'ਚ ਰਹਿਣਾ ਆਰੰਭ ਕਰਤਾ। ਇੱਕ ਦਿਨ ਜਦ ਉਹਦਾ ਪੁੱਤਰ ਉਹਨੂੰ ਮਿਲਣ ਲਈ ਆਇਆ ਤਾਂ ਭਾਨ ਸਿੰਘ ਨੇ ਕਿਹਾ, ਪਿਆਰੇ ਜਗਜੀਤ ਸਿੰਘ, ਚੰਗਾ ਹੋਇਆ ਜੋ ਤੂੰ ਆ ਗਿਆ, ਤੇਰੇ ਆਉਣ ਦੀ ਇਸ ਵੇਲੇ ਡਾਢੀ ਲੋੜ ਸੀ। ਅੱਜ ਮੈਂ ਤੇਰੇ ਪਾਸੋਂ ਕੁਝ ਪੁੱਛਣਾ ਚਾਹੁੰਦਾ। ਜਗਜੀਤ ਸਿੰਘ ਨੇ ਕਿਹਾ, ਦੱਸੋ ਪਿਤਾ ਜੀ ਕੀ ਆ ਗਿਆ? ਭਾਨ ਸਿੰਘ ਕਹਿੰਦਾ, ਤੈਨੂੰ ਮੈਂ ਪੜ੍ਹਾ ਲਾ ਖਾ ਕੇ ਇੰਨਾ ਵੱਡਾ ਕਿਉਂ ਕੀਤਾ? ਇਸ ਲਈ ਕਿ ਮੈਂ ਸਦਾ ਤੁਹਾਡੇ ਚਰਨਾਂ ਦੀ ਆਰਾਧਨਾ ਕਰਾਂ, ਤੁਹਾਡੀ ਆਗਿਆ 'ਚ ਰਹਾਂ। ਠੀਕ, ਇਹ ਤਾਂ ਮੈਨੂੰ ਪਤਾ ਹੈ ਕਿ ਪਿਤਾ ਪੁੱਤਰ 'ਚ ਕਿਸੇ ਪ੍ਰਕਾਰ ਦਾ ਭੇਦ ਜਾਂ ਲਕਾਰ ਨਹੀਂ ਰਹਿਣਾ। ਭਾਨ ਸਿੰਘ ਨੇ ਕਿਹਾ, ਅਵਸ਼,
ਲੁਕਾ ਰੱਖਣ ਵਿੱਚ ਤਾਂ ਬੜੀ ਭੁੱਲ ਹੈ, ਭਾਨ ਸਿੰਘ ਨੇ ਕਿਹਾ, ਪਰ ਮੈਂ ਤਾਂ ਤੇਰੇ ਪਾਸੋਂ ਭੇਦ ਲੁਕਾ ਰੱਖਿਆ। ਜਗਜੀਤ ਸਿੰਘ ਕਹਿੰਦਾ ਨਹੀਂ ਜੀ। ਭਾਨ ਸਿੰਘ ਕਹਿੰਦਾ ਨਹੀਂ, ਤੈਨੂੰ ਪਤਾ ਨਹੀਂ, ਇੱਕ ਗੱਲ ਮੈਂ ਤੇਥੋਂ ਲੁਕਾਈ ਹੋਈ ਹੈ। ਉਹ ਗੱਲ ਹੈ ਵੀ ਤੇਰੇ ਜੰਮਣ ਤੋਂ ਬਹੁਤ ਚਿਰ ਪਹਿਲਾਂ ਦੀ, ਉਹਨੂੰ ਮੈਂ ਜਾਣ ਕੇ ਨਹੀਂ ਲੁਕਾਇਆ, ਸਗੋਂ ਗੱਲ ਹੀ ਇਹੋ ਜਿਹੀ ਹੈ ਕਿ ਜਿਹਦੇ ਚੇਤੇ ਆਉਂਦੇ ਮੇਰੇ ਲੂਹ ਕੰਡੇ ਖੜ੍ਹੇ ਹੋ ਜਾਂਦੇ ਆ। ਜਗਜੀਤ ਕਹਿੰਦਾ ਪਿਤਾ ਜੀ, ਸੰਸਾਰ 'ਚ ਅਜਿਹੇ ਲੋਕ ਬਹੁਤ ਘੱਟ ਹੁੰਦੇ ਆ ਜਿਨ੍ਹਾਂ ਦੀ ਆਤਮਾ ਉੱਤੇ ਕੋਈ ਨਾ ਕੋਈ ਭਾਰ ਨਾ ਹੋਵੇ। ਤੁਹਾਡੀ ਚਿੰਤਾ 'ਚ ਮਗਨ ਚਿਹਰੇ ਨੂੰ ਮੈਂ ਚਿਰਾਂ ਤੋਂ ਵੇਖ ਰਿਹਾ, ਭਾਵੇਂ ਤੁਸੀਂ ਮੈਨੂੰ ਕੁਛ ਨਹੀਂ ਦੱਸਿਆ, ਪਰ ਮੈਂ ਇੰਨਾ ਜ਼ਰੂਰ ਸਮਝ ਗਿਆ ਕਿ ਇਸ ਵਿੱਚ ਕੋਈ ਗੁਪਤ ਭੇਦ ਵਸ਼ ਲੁਕਿਆ ਹੋਇਆ ਜਿਹਦੇ ਕਾਰਨ ਤੁਸੀਂ ਘੜੀ ਮੁੜੀ ਦੁਖੀ ਹੁੰਦੇ ਰਹਿੰਦੇ ਹੋ। ਭਾਨ ਸਿੰਘ ਨੇ ਕਿਹਾ ਕਿ ਹਾਂ ਕਾਕਾ, ਗੱਲ ਹੀ ਕੁਛ ਇਹੋ ਜਿਹੀ ਹੈ, ਪਰ ਮੂੰਹ 'ਤੇ ਵਡਿਆਈ ਨਾ ਕਰੀ, ਤੂੰ ਕਦੀ ਮੈਨੂੰ ਕਿਸੇ ਉੱਤੇ ਜ਼ੁਲਮ ਜਾਂ ਵਧੀਕੀ ਕਰਦਿਆਂ ਡਿੱਠਾ ਹੈ? ਨਹੀਂ ਪਿਤਾ ਜੀ, ਇਸ ਸੰਸਾਰ 'ਚ ਸਾਰਿਆਂ ਨੂੰ ਪ੍ਰਸੰਨ ਰੱਖਣਾ ਤਾਂ ਅਸੰਭਵ ਹੈ, ਕੋਈ ਕਰੇ ਤਾਂ ਕੀ ਕਰੇ, ਇੱਥੋਂ ਦੀ ਹਵਾ ਹੀ ਪੁੱਠੀ ਵਗਦੀ ਹੈ। ਵਿਚਾਰ ਦੇ ਸੱਚੇ ਨੂੰ ਲੋਕ ਰੁੱਖਾ, ਅਸੀਲ ਸੁਭਾਅ ਵਾਲੇ ਨੂੰ ਮੂਰਖ, ਦਾਤੇ ਨੂੰ ਉਜਾੜੂ, ਸਧਾਰਨ ਰਹਿਣ ਵਾਲੇ ਨੂੰ ਸੋਮ ਅਤੇ ਬਹੁਤਾ ਬੋਲਣ ਵਾਲੇ ਨੂੰ ਬਕਵਾਸੀ, ਥੋੜ੍ਹਾ ਬੋਲਣ ਵਾਲੇ ਨੂੰ ਘੁੱਗੂ ਕਹਿੰਦੇ ਹੈ। ਫਿਰ ਭਲਾ ਸੰਸਾਰੀਆਂ ਦੇ ਅਪਮਾਨ ਤੋਂ ਕੌਣ ਛੁਟਕਾਰਾ ਪਾ ਸਕਦਾ ਹੈ? ਪੁੱਤਰ, ਜਦ ਤੋਂ ਮੈਂ ਤੇਰੀ ਮਾਂ ਦੇ ਕਹੇ ਅਨੁਸਾਰ ਵਪਾਰ ਆਰੰਭ ਕੀਤਾ, ਤਦ ਤੋਂ ਮੈਂ ਕਿਸੇ ਦੀ ਇੱਕ ਕੌਡੀ ਨਹੀਂ ਦਬਾਈ, ਨਾ ਹੀ ਅਧਰਮ ਕਰਕੇ ਕਿਸੇ ਨੂੰ ਲੁੱਟਿਆ। ਪਰ ਇੱਕ ਸਮੇਂ ਜਦ ਮੈਂ ਬਿਲਕੁਲ ਕੰਗਾਲ ਸੀ, ਦਾਣੇ ਦਾਣੇ ਦਾ ਮੁਹਤਾਜ ਸੀ, ਉਸ ਸਮੇਂ ਜਿਉਣਾ ਮੌੜ ਨਵੇਂ ਇੱਕ ਡਾਕੂ ਦੇ ਆਖੇ ਲੱਗ ਕੇ ਮੈਂ ਇੱਕ ਬੜਾ ਬੰਜਰ ਪਾਪ ਕੀਤਾ। ਜਗਜੀਤ, ਪਿਤਾ ਜੀ, ਅਜਿਹਾ ਹੋ ਹੀ ਜਾਂਦਾ ਹੈ, ਪਰ ਜੇ ਹੋ ਗਿਆ ਤਾਂ ਉਸ ਲਈ ਸ਼ੋਕ ਕਰਨਾ ਬਿਰਥਾ। ਭਾਨ ਸਿੰਘ ਨੇ ਕਿਹਾ, ਹਾਂ ਬਿਰਥਾ ਹੈ ਪੁੱਤਰ, ਇਸੇ ਲਈ ਤਾਂ ਮੈਂ ਦਿਨ ਰਾਤ ਚਿੰਤਾ ਦੇ ਖੂਹ 'ਚ ਡੁੱਬਾ ਰਹਿੰਦਾ, ਜਿਹੜਾ ਮੈਨੂੰ ਇਸ ਦੁੱਖ ਤੋਂ ਛੁਡਾਵੇ ਉਹਨੂੰ ਮੈਂ ਸਭ ਕੁਛ ਦੇਣ ਨੂੰ ਤਿਆਰ ਹਾਂ, ਪ੍ਰਾਣ ਤੱਕ ਦੇਣ 'ਚ ਸੰਕੋਚ ਨਹੀਂ, ਜੇ ਕੋਈ ਮੇਰੇ ਦਿਲ 'ਚੋਂ ਪਾਪ ਦੀ ਖੱਟੀ ਵਾਲਾ ਡਰ ਦੂਰ ਕਰ ਦੇ। ਜਗਜੀਤ ਕਹਿੰਦਾ, ਤਾਂ ਕਿ ਤੁਹਾਡੇ ਪਾਸੋਂ ਕੋਈ ਖੂਨ ਹੋਇਆ? ਇਹ ਸੁਣਦਿਆਂ ਹੀ ਭਾਨ ਸਿੰਘ ਕੰਬ ਉੱਠਿਆ, ਡਰ ਕੇ ਉਹਨੇ ਦੋਹਾਂ ਹੱਥਾਂ ਨਾਲ ਮੂੰਹ ਨੂੰ ਢੱਕ ਲਿਆ, ਫਿਰ ਕੰਬਦੀ ਆਵਾਜ਼ ਨਾਲ ਬੋਲਿਆ, ਪੁੱਤਰ ਮੇਰੇ ਪਾਸੋਂ ਕੁਛ ਨਾ ਪੁੱਛ, ਮੈਂ ਇਸ ਯੋਗ ਨਹੀਂ ਕਿ ਤੇਰੇ ਸਾਹਮਣੇ ਗੱਲਾਂ ਕਰਾਂ। ਨਹੀਂ ਪਿਤਾ ਜੀ, ਇੰਨੇ ਦੁਖੀ ਨਾ ਹੋਵੋ, ਗੱਲ ਖੋਲ੍ਹ ਕੇ ਦੱਸੋ, ਸੰਸਾਰ 'ਚ ਅਜਿਹਾ ਕਿਹੜਾ ਕੰਮ ਹੈ ਜੋ ਨਹੀਂ ਹੋ ਸਕਦਾ? ਭਾਨ ਸਿੰਘ ਅੱਖਾਂ ਪੂੰਝ ਕੇ ਬੋਲਿਆ, ਤੇਰੇ ਸਵਰਗਵਾਸੀ ਮਾਂ ਦੇ ਕਹੇ ਅਨੁਸਾਰ ਮੈਂ ਉਸ ਥਾਂ 'ਤੇ ਵੀ ਗਿਆ ਸੀ ਜਿਸ ਥਾਂ ਮੇਰੇ ਹੱਥੋਂ ਖੂਨ ਹੋਏ ਸੀ। ਆਪਣੇ ਕੀਤੇ ਪਾਪ ਲਈ ਅਕਾਲ ਪੁਰਖ ਪਾਸੋਂ ਖਿਮਾ ਮੰਗਾਂ, ਪਰ ਪ੍ਰਾਰਥਨਾ ਕਰਨ ਤੋਂ ਪਿੱਛੋਂ ਮੈਨੂੰ ਪਤਾ ਲੱਗਿਆ ਕੋਈ ਮੈਨੂੰ ਆਖ ਰਿਹਾ ਕਿ ਤੈਨੂੰ ਅੱਜ ਤੋਂ 40 ਵਰ੍ਹੇ ਪਿੱਛੋਂ ਇਸ ਪਾਪ ਦਾ ਦੰਡ ਮਿਲੇਗਾ। ਇਸ ਪੋਹ ਦੀ 12ਵੀਂ ਨੂੰ ਉਹ ਦਿਨ ਪੂਰਾ ਹੋ ਜਾਏਗਾ। ਮੇਰੇ ਪ੍ਰਾਣ ਇਸ ਵੇਲੇ ਤੜਫ ਰਹੇ ਹਨ ਕਿ ਪਤਾ ਨਹੀਂ ਮੈਨੂੰ ਕਿਹੜੇ ਰੂਪ 'ਚ ਇਸ ਹੱਤਿਆ ਦਾ ਫਲ ਭੋਗਣਾ ਪਏਗਾ। ਪਿਤਾ ਜੀ, ਇਹ ਕੋਈ ਮੰਨਣਯੋਗ ਗੱਲ ਨਹੀਂ, ਐਵੇਂ ਤੁਹਾਡੇ ਮਨ ਦਾ ਭਰਮ ਹੈ, ਤੁਸੀਂ ਐਵੇਂ ਕਿਉਂ ਆਪਣੇ ਆਪ ਨੂੰ ਦੁਖੀ ਕਰ ਰਹੇ ਹੋ? ਸੱਚ ਜਾਣੋ, ਇਹ ਕੁਝ ਵੀ ਨਹੀਂ ਸੀ, ਨਾ ਹੀ ਤੁਹਾਡੇ ਪਾਸੋਂ ਕਿਸੇ ਨੇ ਬਦਲਾ ਲੈਣਾ ਹੈ, ਪਰ ਲੱਗਦਾ ਹੈ ਕਿ ਤੁਸੀਂ ਬੜੇ ਡਰ ਗਏ ਹੋ, ਤਾਂ ਤੁਹਾਡੇ ਸਿਰ ਵਿੱਚ ਹਰ ਵੇਲੇ ਇਹੋ ਜਿਹੀਆਂ ਗੱਲਾਂ ਚੱਕਰ ਲਾਉਂਦੀਆਂ। ਭਾਨ ਸਿੰਘ ਕਹਿਣ ਲੱਗਾ, ਜਿਉਣਾ ਮੌੜ ਨੇ ਵੀ ਇਹੋ ਜਿਹੀਆਂ ਗੱਲਾਂ ਹੀ ਕਹੀਆਂ ਸੀ, ਕਦੇ ਮੈਂ ਵੀ ਅਜਿਹਾ ਹੀ ਸੋਚਦਾ, ਪਰ ਕਿਉਂ ਪੁੱਤਰ, ਕੀ ਮੈਨੂੰ ਇਸ ਕੁਕਰਮ ਦਾ ਕੁਝ ਵੀ ਫਲ ਨਾ ਮਿਲੇਗਾ? ਜਗਜੀਤ, ਮਿਲੇਗਾ ਕਿਉਂ ਨਹੀਂ, ਅਵਸ਼ ਮਿਲੇਗਾ, ਪਰ ਉਸ ਵਾਹਿਗੁਰੂ ਵੱਲੋਂ ਜੋ ਕੁਝ ਵੀ ਫਲ ਮਿਲਣਾ ਉਹ ਕਰਮਾਂ ਦੁਆਰਾ ਹੀ ਮਿਲੇਗਾ, ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ। ਭਾਨ ਸਿੰਘ ਕਹਿੰਦਾ, ਤਾਂ ਕਿਸ ਤਰ੍ਹਾਂ ਮਿਲੇਗਾ? ਜਗਜੀਤ, ਇਸ ਗੱਲ ਦਾ ਉੱਤਰ ਮੈਂ ਇਸ ਤਰ੍ਹਾਂ ਦਿੰਦਾ ਕਿ ਵੇਖੋ, ਤੁਹਾਡੇ ਸਾਹਮਣੇ ਇੱਕ ਦੀਵਾ ਬਲ ਰਿਹਾ, ਜਦ ਇਸ ਵਿੱਚੋਂ ਸਾਰਾ ਤੇਲ ਮੁੱਕ ਜਾਏਗਾ ਅਥਵਾ ਬੱਤੀ ਸੜ ਜਾਏਗੀ ਤਾਂ ਇਹਦਾ ਚਾਨਣ ਵੀ ਜਾਂਦਾ ਰਹੇਗਾ। ਬਿਨਾਂ ਤੇਲ ਜਾਂ ਬੱਤੀ ਤੋਂ ਤੁਸੀਂ ਕਦੇ ਦੀਵਾ ਚਾਨਣ ਦਿੰਦਾ ਨਹੀਂ ਵੇਖਿਆ ਹੋਣਾ। ਇਸ ਤਰ੍ਹਾਂ ਜਦ ਮਨੁੱਖ ਦਾ ਸਰੀਰ ਹੀ ਨਾ ਰਹੇਗਾ ਤਾਂ ਫਿਰ ਫਲ ਜਾਂ ਡੰਡ ਕਿਹਨੂੰ ਮਿਲਣਾ ਹੋਇਆ? ਭਾਨ ਸਿੰਘ ਨੇ ਕਿਹਾ, ਪੁੱਤਰ ਤੂੰ ਠੀਕ ਹੈ, ਸਰੀਰ ਰਹਿਣ ਤੋੜੀ ਸਭ ਕੁਝ ਭੋਗਣਾ ਪੈਂਦਾ, ਤਾਂ ਤਾਂ ਮਰਨ ਦਾ ਭੈ ਕਰਨਾ ਬਿਰਥਾ, ਪਤਾ ਨਹੀਂ ਕਿਉਂ ਹਰ ਵੇਲੇ ਮੈਨੂੰ ਡਰ ਸਤਾਉਂਦਾ ਹੀ ਰਹਿੰਦਾ। ਜਗਜੀਤ ਸਿੰਘ ਨੇ ਕਿਹਾ ਕਿ ਪਿਤਾ ਜੀ, ਇਹਦਾ ਕਾਰਨ ਤੁਹਾਡੇ ਮਨ ਦੀ ਕਮਜ਼ੋਰੀ ਹੈ, ਦਿਨ ਰਾਤ ਇਸੇ ਸੰਬੰਧੀ ਗੱਲਾਂ ਸੋਚਣ ਕਰਕੇ ਤੁਹਾਡਾ ਮਨ ਦਿਨੋਂ ਦਿਨ ਕਮਜ਼ੋਰ ਹੁੰਦਾ ਜਾਂਦਾ, ਜਿਸ ਤਰ੍ਹਾਂ ਇੱਕ ਵੱਟਾ ਤਕੜੇ ਆਦਮੀ ਨੂੰ ਮਾਰਿਆ ਜਾਏ ਤਾਂ ਉਹੀ ਵੱਟਾ ਇੱਕ ਮਾੜੇ ਮਨੁੱਖ ਨੂੰ ਵੱਜੇ ਤਾਂ ਤਕੜੇ ਮਨੁੱਖ ਨੂੰ ਉਹਦੀ ਪੀੜ ਘੱਟ ਹੋਏਗੀ, ਮਾੜੇ ਦਾ ਉਸ ਨਾਲ ਕੰਘਾ ਹੋ ਜਾਏਗਾ। ਇਸੇ ਤਰ੍ਹਾਂ ਮਨ ਕਮਜ਼ੋਰ ਹੋ ਜਾਣ ਕਰਕੇ ਇੱਕ ਸਧਾਰਨ ਪਾਪ ਦੇ ਕਾਰਨ ਤੁਸੀਂ ਹਰ ਵੇਲੇ ਸੱਟ ਪਟਾਉਂਦੇ ਰਹਿੰਦੇ ਹੋ। ਬਸ ਹੁਣ ਤੁਸੀਂ ਇਸ ਵਿਚਾਰ ਨੂੰ ਛੱਡ ਦਿਓ, ਕਦੇ ਇਸ ਗੱਲ ਨੂੰ ਚੇਤੇ ਹੀ ਨਾ ਕਰੋ, ਆਪੇ ਸਭ ਕੁਝ ਠੀਕ ਹੋ ਜਾਏਗਾ, ਚਲੋ ਘਰ ਚਲੋ, ਇੱਥੇ ਇਕੱਲਿਆਂ ਪਏ ਰਹਿਣ ਕਰਕੇ ਸਗੋਂ ਵਧੇਰੇ ਦੁਖੀ ਹੋਊਗੇ। ਇਹ ਕਹਿ ਕੇ ਜਗਜੀਤ ਸਿੰਘ ਆਪਣੇ ਪਿਤਾ ਨੂੰ ਨਾਲ ਲੈ ਕੇ ਘਰ ਪੁੱਜਾ, ਪਰ ਇੰਨਾ ਕੁਝ ਹੋਣ ਕਰਕੇ ਵੀ ਅਸੀਂ ਨਹੀਂ ਕਹਿ ਸਕਦੇ ਕਿ ਭਾਨ ਸਿੰਘ ਦੇ ਦਿਲ ਵਿੱਚੋਂ ਪਾਪ ਦੀ ਖੱਟੀ ਵਾਲੀ ਪੀੜ ਗਈ ਜਾਂ ਨਹੀਂ।
ਧੰਨਵਾਦ। ਅੰਗ 15 ਜਦ ਤੋਂ ਜਗਜੀਤ ਸਿੰਘ ਆਪਣੇ ਪਿਤਾ ਭਾਨ ਸਿੰਘ ਨੂੰ ਰਾਮ ਤਲਾਈ ਵਾਲੇ ਇਕਾਂਤ ਮਕਾਨ ਤੋਂ ਆਪਣੇ ਸ਼ੀਸ਼ ਮਹਿਲਾਂ 'ਚ ਲੈ ਗਿਆ ਸੀ ਤਦ ਤੋਂ ਉਹਦਾ ਬੜਾ ਧਿਆਨ ਰੱਖਣ ਲੱਗਾ, ਪਰ ਫਿਰ ਵੀ ਭਾਨ ਸਿੰਘ ਪੋਹ ਦੀ 12ਵੀਂ ਨੂੰ ਮਨੋਂ ਨਾ ਭੁੱਲ ਸਕਿਆ। ਹਰ ਵੇਲੇ ਉਹਨੂੰ ਇਹੋ ਚਿੰਤਾ ਲੱਗੀ ਰਹਿੰਦੀ। ਉਹ ਦਿਨਾਂ ਨੂੰ ਬੜੇ ਤੌਖਲੇ ਨਾਲ ਗਿਣਦਾ ਸੀ। ਅੰਤ 11ਵੀਂ ਵੀ ਲੰਘ ਗਈ। ਜਿਸ ਦਿਨ ਦੀ ਭਾਨ ਸਿੰਘ ਨੂੰ ਉਡੀਕ ਲੱਗੀ ਸੀ ਉਹ 12ਵੀਂ ਵੀ ਆ ਪਹੁੰਚੀ। 12ਵੀਂ ਵੀ ਲੰਘ ਗਈ। ਸੂਰਜ ਭਗਵਾਨ ਵੀ ਨਿਯਮ ਅਨੁਸਾਰ ਚੜ੍ਹਦੇ ਵੱਲੋਂ ਪ੍ਰਕਾਸ਼ਮਾਨ ਹੋਇਆ। ਭਾਨ ਸਿੰਘ ਨੂੰ ਅੱਜ ਸਾਰੀ ਰਾਤ ਕਈ ਪ੍ਰਕਾਰ ਦੀਆਂ ਸੋਚਾਂ ਅਤੇ ਚਿੰਤਾ 'ਚ ਨੀਂਦਰ ਨਹੀਂ ਆਈ। ਇਸ ਕਰਕੇ ਉਹ ਅੱਜ ਅੰਮ੍ਰਿਤ ਵੇਲੇ ਹੀ ਮੰਜੇ ਤੋਂ ਉੱਠਿਆ, ਬਾਗ ਜਾ ਕੇ ਟਹਿਲਣ ਲੱਗਾ। ਬਾਗ ਰੰਗ ਰੰਗ ਦੇ ਫੁੱਲਾਂ ਨਾਲ ਲੱਦਿਆ ਹੋਇਆ ਸੀ। ਸੁਗੰਧ ਦੀਆਂ ਲਪਟਾਂ ਆ ਕੇ ਮੁਰਝਾਏ ਦਿਲਾਂ ਨੂੰ ਅਨੱਖਾ ਪ੍ਰਭਾਵ ਪਾ ਕੇ ਖੜਾ ਦਿੰਦੀਆਂ, ਪਰ ਭਾਨ ਸਿੰਘ ਨੂੰ ਤਾਂ ਇਹਨਾਂ ਦੀ ਸੁਗੰਧੀ ਦਾ ਧਿਆਨ ਸੀ ਅਤੇ ਨਾ ਉਹ ਅੱਖਾਂ ਚੁੱਕੇ ਇਸ ਦਿਲ ਖਿੱਚਵੀਂ ਸ਼ੋਭਾ ਨੂੰ ਵੇਖ ਹੀ ਰਿਹਾ ਸੀ। ਉਹ ਬੇਦਿਲਾ ਜਿਹਾ ਹੋ ਕੇ ਕਦੇ ਕਿਸੇ ਕਿਆਰੀ 'ਚ, ਕਦੇ ਕਿਸੇ 'ਚ ਭਾਉਂਦਾ ਫਿਰਦਾ। ਕਦੇ ਉਹ ਸੂਰਜ ਵੱਲ ਵੇਖ ਕੇ ਕਹਿੰਦਾ ਇਹ ਫਿਰ ਵੀ ਚੜ੍ਹੇਗਾ, ਪਰ ਪਤਾ ਨਹੀਂ ਮੈਂ ਕਦੇ ਫਿਰ ਇਸ ਨੂੰ ਵੇਖਾਂਗਾ ਕਿ ਨਹੀਂ। ਬਾਗ 'ਚ ਸਦਾ ਹੀ ਇਸ ਤਰ੍ਹਾਂ ਦੇ ਰੰਗ ਬਿਰੰਗੇ ਫੁੱਲ ਖਿੜਦੇ ਰਹਿਣਗੇ। ਚਿੜੀਆਂ ਅਤੇ ਤੋਤੇ ਅੱਜ ਕੱਲ੍ਹ ਵਾਂਗ ਹੀ ਆਪਣੀਆਂ ਸੁੰਦਰ ਬੋਲੀਆਂ ਬੋਲਦੇ ਰਹਿਣਗੇ, ਪਰ ਅੱਜ ਤੋਂ ਪਿੱਛੋਂ ਮੇਰੇ ਲਈ ਹਨੇਰਾ ਹੋ ਜਾਏਗਾ। ਅੱਜ ਦਾ ਦਿਨ ਬੀਤਣ ਦੇ ਨਾਲ ਹੀ ਮੇਰੇ ਸਰੀਰ ਦਾ ਵੀ ਅੰਤ ਹੋ ਜਾਏਗਾ। ਜੇ ਕੁਝ ਹਾਏ ਹਾਏ ਕਰਕੇ ਮੈਂ ਇਕੱਠਾ ਕੀਤਾ ਹੈ ਉਹ ਸਭ ਕੁਝ ਇੱਥੇ ਪਿਆ ਰਹਿ ਜਾਏਗਾ। ਕਦੇ ਉਹ ਆਪਣੇ 5 ਛੱਤੇ ਮਕਾਨ ਵੱਲ ਵੇਖਦਾ ਜਿਹਨੂੰ ਮੈਂ ਬੜੀਆਂ ਔਖੜਾਂ ਅਤੇ ਸੱਧਰਾਂ ਨਾਲ ਆਪਣਾ ਸੋਨਾ ਗਾਲ ਕੇ ਬਣਾਇਆ। ਅੱਜ ਦੀ ਰਾਤ ਬੀਤਦਿਆਂ ਇਸ 'ਤੇ ਕਿਸੇ ਹੋਰ ਦਾ ਝੰਡਾ ਝੂਲਣ ਲੱਗ ਪਏਗਾ। ਸਭ ਕੁਝ ਬੇਗਾਨਾ ਹੋਇਆ ਚਾਹੁੰਦਾ ਹੈ। ਅੱਜ ਦੀ ਰਾਤ ਹੀ ਸਭ ਦੀ ਕਾਇਆ ਪਲਟ ਦੇਵੇਗੀ। ਮਤਲਬ ਕੀ ਕਿ ਮੋਹ ਦੀ ਹਾਏ ਹਾਏ ਨਾਲੋਂ ਬੇਬਲ ਅਤੇ ਵਿਆਕੁਲ ਹੋਇਆ ਬਾਗ ਦੀਆਂ ਕਿਆਰੀਆਂ 'ਚ ਭਾਉਂਦਾ ਫਿਰਦਾ ਆਪਣੀ ਬੈਠਕ ਵੱਲ ਆਇਆ ਅਤੇ ਉਸ ਪਾਸੇ ਜਿੱਥੇ ਮਨੁੱਖ ਦੇ ਆਕਾਰ ਜਿੱਡਾ ਸ਼ੀਸ਼ਾ ਲੱਗਾ ਹੋਇਆ ਸੀ ਉਸ ਅੱਗੇ ਆ ਕੇ ਖੜ ਗਿਆ। ਥੋੜ੍ਹਾ ਚਿਰ ਚੁੱਪ ਚਾਪ ਖੜਾ ਹੋ ਕੇ ਉਹਨੇ ਸ਼ੀਸ਼ੇ 'ਚ ਆਪਣਾ ਮੂੰਹ ਵੇਖਿਆ। ਫਿਰ ਉਹਨੇ ਮਨ 'ਚ ਪ੍ਰਸ਼ਨ ਕੀਤਾ, ਮੈਂ ਕੌਣ ਹਾਂ, ਇੱਥੇ ਕਿਉਂ ਹਾਂ, ਫਿਰ ਕਿੱਥੇ ਜਾਵਾਂਗਾ। ਇਹ ਪ੍ਰਸ਼ਨ ਕਰਕੇ ਉਹਨੂੰ ਸੁਲਝਾਉਣ ਦਾ ਬਹੁਤ ਸਾਰਾ ਯਤਨ ਕੀਤਾ, ਪਰ ਉਹਦੀ ਸਮਝ 'ਚ ਇਹਦਾ ਕੋਈ ਵੀ ਉੱਤਰ ਨਾ ਆਇਆ। ਹਾਰ ਕੇ ਉਹ ਚੁੱਪ ਚਾਪ ਇੱਕ ਆਰਾਮ ਕੁਰਸੀ 'ਤੇ ਲੇਟ ਗਿਆ। ਲੇਟਣ ਨਾਲ ਹੀ ਫਿਰ ਉਹਦੇ ਸਿਰ 'ਚ ਉਹ ਫਤੂਰ ਉੱਠਣ ਲੱਗ ਪਿਆ। ਭਾਵੇਂ ਅਜੇ ਤੱਕ ਉਹ ਬਿਲਕੁਲ ਚੰਗਾ ਭਲਾ ਸੀ, ਕਈ ਰੋਗ ਦੁੱਖ ਨਾਮ ਮਾਤਰ ਵੀ ਉਹਨੂੰ ਨਹੀਂ ਸੀ, ਫਿਰ ਵੀ ਉਹ ਇਹ ਸੋਚਦਾ ਸੀ ਕਿ ਮੌਤ ਨੂੰ ਕਦੇ ਕਿਸੇ ਡਿੱਠਾ, ਨਾ ਹੀ ਉਹਨੂੰ ਕੋਈ ਸੁਰਖਾਬ ਦੇ ਖੰਭ ਲੱਗੇ ਆ। ਇਹ ਮੌਤ ਇਹੋ ਜਿਹੀ ਕੀ ਚੀਜ਼ ਹੈ ਜੋ ਆਦਮੀ ਨੂੰ ਵੇਖਦਿਆਂ ਵੇਖਦਿਆਂ ਹੜੱਪ ਕਰ ਜਾਂਦੀ ਹੈ। ਇਹੋ ਜਿਹੀਆਂ ਸੋਚਾਂ ਵਿਚਾਰਾਂ 'ਚ ਭਾਨ ਸਿੰਘ ਕਿੰਨਾ ਹੀ ਚਿਰ ਗੋਤੇ ਖਾਂਦਾ ਰਿਹਾ। ਇਹਨੂੰ ਇੱਕ ਪਾਸੇ ਤਾਂ ਮੌਤ ਦਾ ਡਰ ਲੂ ਰਿਹਾ ਸੀ, ਦੂਜੇ ਪਾਸੇ ਮਾਇਆ ਦਾ ਮੋਹ ਆਪਣੇ ਜਾਲ 'ਚ ਬੰਨ ਰਿਹਾ ਸੀ। ਇਹਨਾਂ ਦੋਹਾਂ ਦੀ ਖਿੱਚਾ ਖਿੱਚੀ 'ਚ ਉਹ ਡਾਢਾ ਡਾਵਾਂਡੋਲ ਹੋ ਰਿਹਾ ਸੀ। ਇਹਨੇ ਨੂੰ ਜਗਜੀਤ ਸਿੰਘ ਉੱਥੇ ਆ ਪਹੁੰਚਿਆ। ਪਿਤਾ ਜੀ, ਅੱਜ ਤੁਸੀਂ ਸਵੇਰੇ ਕੁਛ ਉਦਾਸ ਦਿਸਦੇ ਹੋ, ਇਸ ਤਰ੍ਹਾਂ ਉਦਾਸ ਹੋਣ ਦੀ ਕੀ ਲੋੜ ਹੈ? ਤੁਸੀਂ ਵੇਖੋਗੇ, ਮੈਂ ਵੀ ਵੇਖਾਂਗਾ। ਉਸ ਦਿਨ ਪੁਲ ਦੇ ਥੱਲੇ ਜੋ ਕੁਝ ਸੁਣਿਆ ਸੀ ਉਹ ਨਿਰਾ ਭਰਮ ਹੀ ਸੀ। ਉੱਠੋ ਚਲੋ, ਪ੍ਰਸ਼ਾਦੇ ਛਕਣ ਦਾ ਵੇਲਾ ਹੋ ਗਿਆ। ਭਾਨ ਸਿੰਘ ਨੇ ਕਿਹਾ, ਪੁੱਤਰ ਤੂੰ ਸੱਚ ਕਹਿੰਦਾ, ਮੈਂ ਵੀ ਇਹੋ ਯਤਨ ਕਰਦਾ ਕਿ ਝੂਠ ਹੀ ਹੋਵੇ। ਇੰਨੇ 'ਚ ਉਹਦੀ ਇਸਤਰੀ ਵੀ ਆ ਗਈ। ਦੋਹਾਂ ਦੇ ਸਮਝਾਉਣ ਕਰਕੇ ਭਾਨ ਸਿੰਘ ਨੂੰ ਕੁਝ ਢਾਰਸ ਬੱਝੀ। ਉਹਨੇ ਰੋਟੀ ਖਾਧੀ, ਫਿਰ ਸਾਰੇ ਆਪੋ ਆਪਣੇ ਸੌਣ ਕਮਰਿਆਂ 'ਚ ਚਲੇ ਗਏ। ਭਾਨ ਸਿੰਘ ਜਾ ਕੇ ਆਰਾਮ ਨਾਲ ਪਲੰਘ 'ਤੇ ਸੌਂ ਗਿਆ। ਉਹ ਬਿਸਤਰੇ 'ਤੇ ਲੇਟਿਆ, ਇੱਕ ਨੌਕਰ ਆ ਕੇ ਮੁੱਠੀਆਂ ਭਰਨ ਲੱਗ ਪਿਆ। ਲੰਮੇ ਪਿਆ ਉਹਨੂੰ ਨੀਂਦਰ ਤਾਂ ਨਹੀਂ ਆਈ, ਪਰ ਝਪਕੀ ਜਿਹੀ ਆ ਗਈ। ਪਰ ਫਿਰ ਵੀ ਉਹਦੇ ਦਿਲ ਨੂੰ ਚੈਨ ਨਹੀਂ ਸੀ। ਉਹਨੂੰ ਇੱਕ ਸੁਪਨਾ ਆਉਣ ਲੱਗਾ। ਸੁਪਨੇ ਵਿੱਚ ਕੀ ਦੇਖਦਾ ਕਿ ਉਹਦੀ ਪਹਿਲੀ ਇਸਤਰੀ ਕੁੰਦਨ ਕੌਰ ਉਹਦੇ ਪੈਰਾਂ ਪਾਸ ਆ ਕੇ ਬੈਠ ਗਈ ਹੈ। ਰੋ ਰੋ ਕੇ ਉਹਨੂੰ ਕਹਿ ਰਹੀ ਹੈ, ਪਿਆਰੇ ਪਤੀ ਜੀ, ਤੁਸੀਂ ਮੋਹ ਦੇ ਮਾਇਆ 'ਚ ਪਾ ਕੇ ਬੜਾ ਅਨਰਥ ਕੀਤਾ। ਤੁਹਾਨੂੰ ਮੈਂ ਸਦਾ ਹੀ ਧਰਮ ਨੇਮ ਅਤੇ ਵਾਹਿਗੁਰੂ ਦੀ ਪ੍ਰੇਮ ਭਗਤੀ 'ਚ ਲੱਗੇ ਰਹਿਣ ਲਈ ਬੇਨਤੀਆਂ ਕਰਦੀ ਰਹੀ। ਤੁਸੀਂ ਵੀ ਅਨੇਕਾਂ ਵਾਰੀ ਹਾਂ ਹਾਂ ਕੀਤੀ, ਪਰ ਦਿਨ ਚੜ੍ਹਦਿਆਂ ਸਭ ਕੁਝ ਭੁਲਾ ਛੱਡਦੇ ਸੀ। ਵੇਖੋ, ਜਿਸ ਮਾਇਆ ਲਈ ਤੁਸੀਂ ਸਭ ਕੁਝ ਕੀਤਾ, ਧਰਮ ਨੇਮ ਸਭ ਕੁਝ ਵਿਸਾਰਤਾ, ਉਹ ਅੱਜ ਤੁਹਾਡੇ ਕਿਸ ਕੰਮ ਆ ਰਹੀ ਹੈ? ਤੁਸੀਂ ਹਾਏ ਹਾਏ ਕਰ ਰਹੇ ਹੋ, ਛਟਪਟਾ ਰਹੇ ਹੋ। ਮਾਇਆ ਜਿਹਨੂੰ ਸੰਭਾਲਦਿਆਂ ਤੁਹਾਨੂੰ ਆਪਣੇ ਸਰੀਰ ਦੀ ਵੀ ਸੁੱਧ ਨਹੀਂ ਸੀ ਰਹਿੰਦੀ, ਉਹ ਅੱਜ ਐਵੇਂ ਪਈ ਹੋਈ ਹੈ। ਤੁਸੀਂ ਇੰਨੇ ਦੁਖੀ ਕਿਉਂ ਹੁੰਦੇ ਹੋ? ਤੁਹਾਡੇ ਪ੍ਰਾਣ ਇਸ ਤਰ੍ਹਾਂ ਅੱਜ ਕਿਉਂ ਮੱਛੀ ਵਾਂਗ ਤੜਫਦੇ ਆ? ਮੇਰੇ ਪਿਆਰੇ ਪਤੀ, ਤੁਹਾਨੂੰ ਇਸ ਤਰ੍ਹਾਂ ਤਲੀਂਦਾ ਵੇਖ ਕੇ ਮੈਂ ਵੀ ਡਾਢੀ ਦੁਖੀ ਹੋ ਰਹੀ ਹਾਂ। ਇਸ ਤੋਂ ਪਿੱਛੋਂ ਉਹਨੇ ਡਿੱਠਾ ਕੋਈ ਆਦਮੀ ਆ ਕੇ ਉਹਨੂੰ ਧਿੰਗੋ ਜੋਰੀ ਫੜ ਕੇ ਬਾਹਰ ਲੈ ਗਏ। ਇਸ ਵੇਲੇ ਉਹ ਵਪਾਰੀ ਜਿਹੜਾ ਉਸ ਰਾਤ ਉਹਦੇ ਹੱਥੋਂ ਮਾਰਿਆ ਗਿਆ ਸੀ ਦਿਖਾਈ ਦਿੱਤਾ। ਉਹਦੇ ਸਾਹਮਣੇ ਆਇਆ, ਕਹਿਣ ਲੱਗਾ, ਦੂਜੇ ਦਾ ਧਨ ਲੁੱਟ ਕੇ ਤੂੰ ਸੁਖੀ ਹੋਣਾ ਚਾਹੁੰਦਾ, ਪਰ ਤੇਰੇ ਇਸ ਜਨਮ 'ਚ ਕਦੀ ਨਹੀਂ ਹੋਏਗਾ। ਪਰਾਏ ਧਨ ਨੂੰ ਚੁਰਾਉਣ ਦੇ ਕਿਸੇ
ਵਿਦੋਸ਼ੇ ਦਾ ਖੂਨ ਕਰਕੇ ਮਨੁੱਖ ਦਾ ਜਿਹੋ ਜਿਹਾ ਹਾਲ ਹੁੰਦਾ ਹੈ ਉਹਨੂੰ ਤੂੰ ਇਸ ਵੇਲੇ ਚੰਗੀ ਤਰ੍ਹਾਂ ਸਮਝ ਰਿਹਾ। ਯਾਦ ਰੱਖ, ਅਜੇ ਤਾਂ ਤੈਨੂੰ ਰੁਪਏ 'ਚੋਂ ਪੈਸਾ ਵੀ ਪਾਪ ਦੀ ਖੱਟੀ ਦਾ ਫਲ ਨਹੀਂ ਮਿਲਿਆ। ਇੰਨਾ ਕਹਿ ਕੇ ਉਹ ਚਲਾ ਗਿਆ। ਹੁਣ ਭਾਨ ਸਿੰਘ ਨੂੰ ਪ੍ਰਤੀਤ ਹੋਣ ਲੱਗਾ ਜਿਵੇਂ ਉਹ ਗੱਡੀ 'ਤੇ ਚੜਿਆ ਭੱਜਿਆ ਜਾ ਰਿਹਾ ਅਤੇ ਪੁਲਿਸ ਵਾਲੇ ਖੂਨੀ ਹੈ, ਫੜ ਫੜੋ ਕਹਿੰਦੇ ਉਹਦੇ ਮਗਰ ਭੱਜੇ ਆ ਰਹੇ ਆ, ਮੁੱਕਦੀ ਗੱਲ। ਉਹ ਇਸ ਤਰ੍ਹਾਂ ਕਈ ਡਰਾਉਣੇ ਦ੍ਰਿਸ਼ ਸੁੱਤਾ ਸੁੱਤਾ ਹੀ ਵੇਖ ਰਿਹਾ ਸੀ। ਇੰਨੇ ਨੂੰ ਉਹਦਾ ਇੱਕ ਨੌਕਰ ਕਮਰੇ 'ਚ ਆਇਆ, ਪੈਂਦ ਵੱਲ ਬੈਠ ਕੇ ਮਾਲਕ ਨੂੰ ਜਗਾਉਣ ਲਈ ਉਹਦੇ ਪੈਰ ਦੱਬਣ ਲੱਗਾ। ਪੈਰ ਨੂੰ ਛੋਹਦਿਆਂ ਭਾਨ ਸਿੰਘ ਦਾ ਸਾਰਾ ਸਰੀਰ ਥਰ ਥਰਾ ਉੱਠਿਆ। ਉਹਨੂੰ ਇੰਝ ਭਾਸਣ ਲੱਗਾ ਕੋਈ ਉਹਦੇ ਪੈਰਾਂ ਤੋਂ ਫੜ ਕੇ ਖੂਹ 'ਚ ਸੁੱਟਣ ਲਈ ਖਿੱਚ ਰਿਹਾ। ਨਾਲ ਹੀ ਉਦੋਂ ਉਹਦੇ ਮੂੰਹੋਂ ਇੱਕ ਚੀਕ ਨਿਕਲ ਗਈ ਜਿਸ ਨਾਲ ਉਹਦੀਆਂ ਅੱਖਾਂ ਖੁੱਲ੍ਹ ਗਈਆਂ। ਜਾਗ ਉੱਠਿਆ, ਪਰ ਡਰ ਜਾਣ ਕਰਕੇ ਉਹਦੇ ਸਰੀਰ 'ਚ ਇੰਨੀ ਤਾਕਤ ਵੀ ਨਹੀਂ ਸੀ ਕਿ ਉਹ ਉੱਠ ਕੇ ਬੈਠ ਜਾਂਦਾ। ਉਹਨੇ ਨੌਕਰ ਵੱਲ ਦੇਖ ਕੇ ਵੀ ਆਪਣਾ ਮੂੰਹ ਰਜਾਈ 'ਚ ਢੱਕ ਲਿਆ। ਨੌਕਰ ਨੇ ਹੱਥ ਜੋੜ ਕੇ ਕਿਹਾ, ਸਰਦਾਰ ਸਾਹਿਬ ਜੀ ਉੱਠੋ, ਸਮਾਂ ਹੋ ਗਿਆ, ਨਿੱਕੇ ਸਰਦਾਰ ਹੋਰੀ ਕਿਤੇ ਜਾਣ ਲਈ ਸਰਕਾਰ ਨੂੰ ਉਡੀਕ ਰਹੇ ਆ। ਨੌਕਰ ਦੀ ਗੱਲ ਸੁਣ ਕੇ ਭਾਨ ਸਿੰਘ ਨੂੰ ਕੁਛ ਹੌਸਲਾ ਹੋ ਗਿਆ। ਉਹਨੇ ਨੌਕਰ ਨੂੰ ਪੁੱਛਿਆ, ਅੱਛਾ ਗਰਮ ਪਾਣੀ ਤਿਆਰ ਹੈ? ਹਜ਼ੂਰ ਤਿਆਰ ਹੈ। ਭਾਨ ਸਿੰਘ ਨੇ ਉੱਠ ਕੇ ਇਸ਼ਨਾਨ ਕੀਤਾ ਜਿਸ ਨਾਲ ਉਹਦਾ ਮਨ ਕੁਛ ਟਿਕਾਣੇ ਹੋਇਆ। ਫਿਰ ਕੱਪੜੇ ਵਟਾ ਕੇ ਉਹ ਘਰ 'ਚ ਆਇਆ ਜਿੱਥੇ ਉਹਦੀ ਇਸਤਰੀ ਅਤੇ ਪੁੱਤਰ ਬੈਠੇ ਸੀ। ਆਪਣੇ ਪਿਤਾ ਨੂੰ ਦੇਖਦਿਆਂ ਜਗਜੀਤ ਸਿੰਘ ਨੇ ਕਿਹਾ, ਪਿਤਾ ਜੀ ਅੱਜ ਤਾਂ ਤੁਸੀਂ ਬੜੇ ਚਿਰ ਤੋੜੀ ਸੁੱਤੇ ਰਹੇ, ਵੇਲਾ ਹੋ ਗਿਆ, ਚਲੋ ਬਾਹਰ ਚੱਲੀਏ। ਤੁਹਾਨੂੰ ਪਤਾ ਹੋਏਗਾ ਅੱਜ ਸਰਦਾਰ ਗੁਰਦਿਆਲ ਸਿੰਘ ਦੇ ਘਰ ਪ੍ਰਸ਼ਾਦੇ ਛਕਣ ਜਾਣਾ। ਤੁਸੀਂ ਉਹਦੇ ਪੁੱਤਰ ਨਾਲ ਇਕਰਾਰ ਵੀ ਕੀਤਾ ਸੀ ਕਿ ਠੀਕ 7 ਵਜੇ ਪਹੁੰਚ ਜਾਵਾਂਗੇ ਅਤੇ ਉਹਨਾਂ ਦੇ ਪ੍ਰਾਹੁਣਿਆਂ ਨਾਲ ਰਲ ਕੇ ਪ੍ਰਸ਼ਾਦੇ ਛਕਾਂਗੇ, ਵੇਖੋ 7 ਵੱਜਣ ਵਾਲੇ ਆ। ਭਾਨ ਸਿੰਘ ਨੇ ਕਿਹਾ, ਜਗਜੀਤ ਤੂੰ ਚਲਾ ਜਾ, ਮੇਰੇ ਨਾਲ ਨਾ ਜਾਣ ਕਰਕੇ ਕੋਈ ਡਰ ਨਹੀਂ, ਤੂੰ ਸਰਦਾਰ ਹੋਰਾਂ ਨੂੰ ਮੇਰੇ ਵੱਲੋਂ ਕਹਿ ਦੇਈਂ ਕਿ ਮੇਰਾ ਜੀ ਠੀਕ ਨਹੀਂ। ਉਹਦੀ ਇਸਤਰੀ ਨੇ ਕਿਹਾ, ਸਵਾਮੀ ਜੀ ਮੇਰੇ ਖਿਆਲ 'ਚ ਤੁਹਾਨੂੰ ਉੱਥੇ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਫਿਰਨ ਤੁਰਨ 'ਤੇ ਕਈ ਨਵੇਂ ਨਵੇਂ ਸੱਜਣਾ ਮਿੱਤਰਾਂ ਨੂੰ ਮਿਲਣ ਕਰਕੇ ਸਗੋਂ ਤੁਹਾਡਾ ਜੀ ਠੀਕ ਹੋ ਜਾਏਗਾ। ਅੰਤ ਦਿਲ ਨਾ ਹੋਣ 'ਤੇ ਵੀ ਇਸਤਰੀ ਦੇ ਪੁੱਤਰ 'ਤੇ ਘੜੀ ਮੁੜੀ ਕਹਿਣ 'ਤੇ ਭਾਨ ਸਿੰਘ ਦੇ ਕੱਪੜੇ ਵਟਾਏ। ਫਿਰ ਦੋਵੇਂ ਪਿਓ ਪੁੱਤਰ ਮੋਟਰ 'ਤੇ ਬੈਠ ਕੇ ਸਰਦਾਰ ਗੁਰਦਿਆਲ ਸਿੰਘ ਦੇ ਘਰ ਵੱਲ ਤੁਰ ਪਏ। ਅੰਗ 16। ਸਰਦਾਰ ਗੁਰਦਿਆਲ ਸਿੰਘ ਹੋਰੀ ਬੜੇ ਹਸਮੁੱਖ ਅਤੇ ਮਿਲਣਸਾਰ ਮਨੁੱਖ ਸਨ। ਅੰਮ੍ਰਿਤਸਰ 'ਚ ਜਿਸ ਤਰ੍ਹਾਂ ਉਹ ਧਨੀ ਮਨੁੱਖਾਂ ਦੀ ਸ਼੍ਰੇਣੀ 'ਚ ਗਿਣੇ ਜਾਂਦੇ ਸਨ, ਇਸੇ ਤਰ੍ਹਾਂ ਉਹਨਾਂ ਦੀ ਸੀਲ ਸੁਭਾਅ ਦੀ ਵੀ ਘਰ ਘਰ ਚਰਚਾ ਸੀ। ਉਹਨਾਂ ਪਾਸ ਭਾਵੇਂ ਕੋਈ ਗਰੀਬ ਜਾਂ ਅਮੀਰ ਜਾਵੇ, ਸਭ ਨਾਲ ਪ੍ਰੇਮ ਭਰਿਆ ਵਰਤਾਓ ਕਰਦੇ ਸਨ। ਉਹਨਾਂ ਨੂੰ ਆਪਣੇ ਮਿੱਤਰਾਂ ਨੂੰ ਮਿਲ ਕੇ ਅਤੇ ਉਹਨਾਂ ਦੀ ਟਹਿਲ ਸੇਵਾ ਕਰਕੇ ਬੜੀ ਖੁਸ਼ੀ ਹੁੰਦੀ ਸੀ। ਪਰ ਘਰੋਗੀ ਕੰਮਾਂ ਧੰਦਿਆਂ ਦਾ ਉਹਨਾਂ ਦੇ ਉੱਤੇ ਇੰਨਾ ਭਾਰ ਰਹਿੰਦਾ ਸੀ ਕਿ ਉਹ ਆਪਣੀ ਸੱਦਰ ਪੂਰੀ ਨਹੀਂ ਸੀ ਕਰ ਸਕਦੇ। ਫਿਰ ਵੀ ਉਹ ਕਈ ਵਰੇ ਇੱਕ ਵਰੇ 'ਚ 2-3 ਵਾਰੀ ਆਪਣੇ ਮਿੱਤਰਾਂ ਨੂੰ ਘਰ ਸੱਦ ਕੇ ਬੜੇ ਚਾਅ ਅਤੇ ਪਿਆਰ ਨਾਲ ਉਹਨਾਂ ਦੀ ਪ੍ਰੀਤੀ ਭੋਜਨ ਕਰਦੇ ਹੁੰਦੇ ਸਨ। ਇਸ ਉਤਸਵ ਵਿੱਚ ਉਹਨਾਂ ਨੂੰ ਬੜਾ ਆਨੰਦ ਪ੍ਰਾਪਤ ਹੁੰਦਾ ਸੀ। ਅਜਿਹੇ ਸਮੇਂ ਬੜੇ ਪ੍ਰੇਮ ਨਾਲ ਉਹ ਆਪਣੇ ਹੱਥੀਂ ਪੂਰੀਆਂ ਆਦਿ ਲੈ ਕੇ ਆਪਣੇ ਮਿੱਤਰਾਂ ਦੇ ਥਾਲਾਂ ਵਿੱਚ ਧਿੰਗੋ ਜੋਰੀ ਸੁੱਟਿਆ ਕਰਦੇ ਸਨ। ਜਿਸ ਵੇਲੇ ਉਹਨਾਂ ਦੇ ਮਿੱਤਰ ਆਉਂਦੇ ਸਨ, ਉਹ ਆਪ ਸਭਨਾਂ ਦੀ ਅਗਵਾਈ ਲਈ ਜਾਂਦੇ ਸਨ। ਮੁੱਕਦੀ ਗੱਲ ਕਿ ਸਰਦਾਰ ਗੁਰਦਿਆਲ ਸਿੰਘ ਹੋਰਾਂ ਦੇ ਉਤਸਵ ਦੀ ਸ਼ੋਭਾ ਕਥਨ ਤੋਂ ਬਾਹਰ ਸੀ। 7:15 ਦੇ ਲਗਭਗ ਭਾਨ ਸਿੰਘ ਦੀ ਮੋਟਰ ਸਰਦਾਰ ਗੁਰਦਿਆਲ ਸਿੰਘ ਦੇ ਬਾਗ ਜਾ ਪਹੁੰਚੀ। ਮੋਟਰ ਦਾ ਫਾਟਕ 'ਤੇ ਪੁੱਜਣਾ ਸੀ ਕਿ ਸਰਦਾਰ ਗੁਰਦਿਆਲ ਸਿੰਘ ਝਟਪਟ ਦੌੜ ਕੇ ਆਇਆ ਅਤੇ ਛੇਤੀ ਨਾਲ ਮੋਟਰ ਦੀ ਤਾਕੀ ਖੋਲ੍ਹ ਦਿੱਤੀ। ਫਿਰ ਹੱਥ ਦਾ ਸਹਾਰਾ ਦੇ ਕੇ ਭਾਨ ਸਿੰਘ ਅਤੇ ਉਹਦੇ ਪੁੱਤਰ ਜਗਜੀਤ ਸਿੰਘ ਨੂੰ ਥੱਲੇ ਉਤਾਰਿਆ। ਉਹਨਾਂ ਜਦ ਅੱਖ ਚੁੱਕ ਕੇ ਵੇਖਿਆ ਤਾਂ ਦੂਰ ਦੂਰ ਤੱਕ ਮੋਟਰਾਂ, ਬੰਦ ਗੱਡੀਆਂ ਅਤੇ ਟਾਂਗਿਆਂ ਦੀ ਭੀੜ ਲੱਗੀ ਹੋਈ ਵੇਖੀ। ਫਿਰ ਸਰਦਾਰ ਗੁਰਦਿਆਲ ਸਿੰਘ ਉਹਨਾਂ ਦੋਹਾਂ ਨੂੰ ਬਾਗ 'ਚ ਲੈ ਗਿਆ। ਬਾਗ ਦੇ ਵਿੱਚ ਘਰ ਬਣੀ ਹੋਈ ਬਾਰਾਂਦਰੀ ਜਿਸ 'ਚ ਪ੍ਰੀਤੀ ਭੋਜਨ ਦਾ ਪ੍ਰਬੰਧ ਸੀ, ਇੰਨੀ ਸਜੀ ਹੋਈ ਸੀ ਕਿ ਉੱਥੇ ਅਜਿਹੇ ਉਤਸਵ ਲਈ ਕਿਸੇ ਹੋਰ ਤੰਬੂ ਕਨਾਤ ਦੀ ਲੋੜ ਨਹੀਂ ਸੀ। ਉਸ ਬਰਾਂਦਰੀ ਦੀ ਸਜਾਵਟ ਅਤੇ ਬਣਾਉਣ ਦੀ ਉਪਮਾ ਵਿੱਚ ਬਹੁਤ ਕਾਗਜ਼ ਕਾਲੇ ਨਾ ਕਰਦੇ ਹੋਏ ਅਸੀਂ ਕੇਵਲ ਇੰਨਾ ਹੀ ਕਹਿ ਸਕਦੇ ਹਾਂ ਕਿ ਉਹ ਬਾਰਾਂਦਰੀ ਇੰਦਰਪਰੀ ਬਣੀ ਹੋਈ ਸੀ। ਇਸੇ ਬਰਾਦਰੀ ਦੇ ਲਾਗੇ ਹੀ ਸਰਦਾਰ ਨੇ ਆਪਣੇ ਇਹਨਾਂ ਦੋਹਾਂ ਪ੍ਰਾਹੁਣਿਆਂ ਨੂੰ ਇੱਕ ਸੁੰਦਰ ਅਤੇ ਸਜੇ ਸਜਾਏ ਕਮਰੇ 'ਚ ਨਿਵਾਸ ਕਰਾਇਆ ਅਤੇ ਆਪ ਇੱਕ ਪ੍ਰਾਹੁਣੇ ਦੇ ਸਤਿਕਾਰ ਲਈ ਫਾਟਕ ਵੱਲ ਚਲਾ ਗਿਆ। ਭਾਨ ਸਿੰਘ ਵੀ ਤਾਂ ਕੋਈ ਸਧਾਰਨ ਆਦਮੀ ਤਾਂ ਨਹੀਂ ਸੀ। ਉਹਦੇ ਆਉਣ ਦੀ ਖਬਰ ਸੁਣ ਕੇ ਉਹਦੇ ਕਈ ਮਿੱਤਰ ਇੱਕ ਇੱਕ ਕਰਕੇ ਉਹਨੂੰ ਮਿਲਣ ਆਏ। ਹੌਲੀ ਹੌਲੀ ਉਹਦੇ ਚੌਹੀ ਪਾਸੀ ਮਿਲਣ ਵਾਲਿਆਂ ਦੀ ਕਾਫੀ ਭੀੜ ਹੋ ਗਈ। ਇਹ ਦੱਸਣ ਦੀ ਤਾਂ ਲੋੜ ਹੀ ਨਹੀਂ ਕਿ ਸਾਰੇ ਲੋਕ ਜਾਣਦੇ ਸਨ ਕਿ ਜਿੱਥੇ 10-20 ਮਨੁੱਖ ਇਕੱਠੇ ਹੋ ਜਾਣ ਉੱਥੇ ਕਈ ਪ੍ਰਕਾਰ ਦੀਆਂ ਗੱਲਾਂ ਛਿੜ ਪੈਂਦੀਆਂ ਹਨ। ਇਸੇ ਤਰ੍ਹਾਂ
उस कमरे विच भी कई प्रकार दीयां गल्लां होण लग पईयां। पर भान सिंह किसी वक्री सोच टुब्बियां ला रहा सी। उन्हूं कोई पता नहीं सी कि उहदे सामने की गल्लां हो रही। जब कदे कोई उस पासों कुछ पुछदा तो केवल हाँ जां ना करके चुप हो जांदा। उहदी इह चुप वेख के कई आदमी बड़े अश्चर्ज होण लगे। लोग आपो विच काना फूसी करन लगे, यार वेखण च तां इह बड़ा अमीर है ते इहनूं परवाह वी किसे गल दी नहीं, पर फिर इस तरह चिंता च क्यों डुब्बा होया। पर लोग इह नहीं जाणदे कि दिल की पीड़ अजिही है कि सब कुछ होण करके भी इह दूर नहीं हो सकदी। इसे तरह हुंदिया हुंदिया अंत लोगों पासों भान सिंह की चुप ना सहारी गई तो वह लगे उस नाल छेड़छाड़ करन। पर उन्हां दी कोई चेष्टा भी सफल ना होई तो उसे तरह सिर गोडियां च लई बैठा रहा। अंत रोटी खाण का समा हो गया, इसलिए सारे उठ के बारंदरी वल चले गए। इहो प्यो पुत्र उस कमरे विच इकल्ले रह गए। जब सरदार गुरदयाल सिंह ने प्रशादा छकन लई भान सिंह नूं कहा तां जगजीत सिंह ने कह दिता कि पिता जी नूं सिर पीड़ हुंदी है, इस करके भावें उन्हां लई इत्थे आउणा औखा सी पर अपने घर का काम समझ के औख सौख करके आ गए हैं, सो तुसीं इत्थे ही इहनां लई थोड़े जिहे फल भेजदे ने। अंत उत्थे ही उस लई फल लिआंदे गए ते जगजीत सिंह ने भी अपनी रोटी उत्थे ही मंगा ली। भान सिंह ने तां कोई चीज़ ना खाधी पर जगजीत सिंह खाण लगा। जिस वेले जगजीत सिंह रोटी खा रहा सी उस वेले जोर नाल बदल गजिया ते नाल ही बिजली भी कड़कदी ते चमकदी हुई बदलां नूं चीर के इधर उधर दौड़न लगी। जिन्हां बदलां ने सवेर तों ही आकाश नूं ढकिया होया सी उह हुण जोर जोर नाल वसण लगे। इधर ज्यों ही बिजली की कड़क हुई भान सिंह का सारा शरीर थर थरा उठा तो अपनी थां तों मूँह दे भार डिगण ही लगा सी कि जगजीत सिंह ने उठ के उन्हूं थम लिया। जब नौकर जूठे भांडे चुके लै गए तो उत्थे थोड़े चिर लई एकांत होई तो जगजीत सिंह ने कहा, पिता जी तुसी इस तरह क्यों घबराउंदे हो? भान सिंह ने कहा, मैनू इंज मालूम होया जेकर बिजली मेरे उत्ते ही पै रही है। जरा अपने आप नूं संभालो, डरन दा कोई कारण नहीं है। जिस तरह करोगे तो लोकी मुखौलां करनगे, अगे ही लोकी तुहानूं चुप वेख के कई बेतुकियां बकी जांदे हन, जगजीत सिंह ने कहा। फिर पुत्र सब तो चंगा काम यह है कि इत्थों चले जाइए। नहीं नहीं, ਇਹ ਗੱਲ ਤਾਂ ਸੱਭਿਅਤਾ ਤੋਂ ਵਿਰੁੱਧ ਹੋਏਗੀ, ਨਾਲੇ ਸਾਡੇ ਇਸ ਤਰ੍ਹਾਂ ਕਰਨ ਨਾਲ ਸਰਦਾਰ ਗੁਰਦਿਆਲ ਸਿੰਘ ਦਾ ਦਿਲ ਵੀ ਦੁਖੀ ਹੋਏਗਾ। ਇਹ ਤੋਂ ਛੁੱਟ ਮੀਂਹ ਵੀ ਤਾਂ ਬੜੀ ਜ਼ੋਰ ਨਾਲ ਵਸ ਰਿਹਾ, ਚਲੋ ਰਾਗ ਸਭਾ 'ਚ ਚੱਲੀਏ। ਇਹ ਕਹਿ ਕੇ ਜਗਜੀਤ ਸਿੰਘ ਨੇ ਬਦੋ ਬਦੀ ਆਪਣੇ ਪਿਤਾ ਨੂੰ ਹੱਥੋਂ ਫੜ ਕੇ ਉੱਥੋਂ ਉਠਾਇਆ ਅਤੇ ਦੋਵੇਂ ਪਿਓ ਪੁੱਤਰ ਰਾਗ ਸਭਾ 'ਚ ਜਾ ਬੈਠੇ। ਅੱਗੇ ਰਾਗ ਸਭਾ 'ਚ ਸਰੋਤਿਆਂ ਦੀ ਚੋਖੀ ਭੀੜ ਲੱਗੀ ਹੋਈ ਸੀ। ਜਦ ਇਹ ਦੋਵੇਂ ਪਿਓ ਪੁੱਤਰ ਉੱਥੇ ਪੁੱਜੇ ਤਾਂ ਲੋਕਾਂ ਨੇ ਜ਼ਰਾ ਜ਼ਰਾ ਖਿਸਕ ਕੇ ਇਹਨਾਂ ਨੂੰ ਪਾਸ ਬਿਠਾ ਲਿਆ। ਉਸ ਸਮੇਂ ਰਾਗ ਦਾ ਠੱਟ ਵੱਜਿਆ ਹੋਇਆ ਸੀ। ਇੱਕ ਪਾਸੇ ਮੀਂਹ ਅਤੇ ਬੱਦਲਾਂ ਦੀ ਗੜਗੜਾਹਟ ਅਤੇ ਦੂਜੇ ਪਾਸੇ ਤਬਲਾ ਅਤੇ ਵਾਜਾ ਅਤੇ ਸਤਾਰ ਆਦਿ ਸਾਜ਼ਾਂ ਨਾਲ ਰਾਗਾਂ ਦੀਆਂ ਤਾਨਾਂ ਕੁਝ ਅਜਿਹਾ ਆਨੰਦ ਦ੍ਰਿਸ਼ ਦਿਖਾ ਰਹੀਆਂ ਸਨ ਕਿ ਸੁਣਨ ਵਾਲੇ ਲੋਟ ਪੋਟ ਹੋ ਰਹੇ ਸਨ। ਰਾਗ ਸਭਾ 'ਚ ਬੈਠਿਆਂ ਬੈਠਿਆਂ ਦੁਪਹਿਰ ਹੋ ਗਈ। ਹੌਲੀ ਹੌਲੀ ਸਰੋਤਿਆਂ ਦੇ ਦਿਲ ਉਕਤਾ ਗਏ ਅਤੇ ਘੜੀ ਘੜੀ ਸਰਦਾਰ ਹੋਰਾਂ ਪਾਸੋਂ ਜਾਣ ਦੀ ਆਗਿਆ ਮੰਗਣ ਲੱਗੇ। ਅੰਤ ਰਾਗ ਸਭਾ ਸਮਾਪਤ ਹੋਈ ਅਤੇ ਲੋਕ ਆਪੋ ਆਪਣੇ ਘਰੇ ਜਾਣ ਲੱਗੇ। ਜਗਜੀਤ ਸਿੰਘ ਨੇ ਵੀ ਆਪਣੇ ਪਿਤਾ ਸਣੇ ਸਰਦਾਰ ਪਾਸੋਂ ਵਿਦਾ ਹੋ ਕੇ ਘਰ ਜਾਣ ਦੀ ਰਾਹ ਫੜੀ। ਜਿਸ ਵੇਲੇ ਪਿਓ ਪੁੱਤਰ ਘਰ ਦੇ ਫਾਟਕ 'ਤੇ ਪਹੁੰਚ ਕੇ ਮੋਟਰ ਤੋਂ ਉਤਰੇ ਤਾਂ ਜਗਜੀਤ ਸਿੰਘ ਨੇ ਕਿਹਾ, ਪਿਤਾ ਜੀ ਵੇਖਿਆ ਜੇ, ਜਿਸ ਪੋਹ 12ਵੀਂ ਦੀ ਤੁਹਾਨੂੰ ਦਿਨ ਰਾਤ ਚਿੰਤਾ ਲੱਗੀ ਰਹਿੰਦੀ ਸੀ ਉਹ ਵੀ ਲੰਘ ਗਈ। ਭਾਨ ਸਿੰਘ ਨੇ ਕਿਹਾ, ਠੀਕ ਹੈ ਪੁੱਤਰ, ਅੱਜ ਤੋੜੀ ਇਹਦੇ ਹਰ ਪੱਖੋਂ ਮੈਂ ਬੜਾ ਦੁੱਖ ਪਾਇਆ, ਸੱਚਮੁੱਚ ਮੇਰੀ ਚਿੰਤਾ ਐਵੇਂ ਭੁਲੇਖਾ ਹੀ ਸੀ। ਕਈਆਂ ਦੀ ਆਦਤ ਹੁੰਦੀ ਹੈ ਜਦ ਤੀਕ ਸਰੀਰ ਨਾਲ ਵਾਪਰ ਨਾ ਲਈ ਤਦ ਤੀਕ ਉਹ ਕਿਸੇ ਗੱਲ ਦਾ ਭਰੋਸਾ ਨਹੀਂ ਕਰਦੇ, ਮਾਲੂਮ ਹੁੰਦਾ ਤੁਸੀਂ ਵੀ ਉਹਨਾਂ ਵਿੱਚੋਂ। ਜਗਜੀਤ ਨੇ ਕਿਹਾ, ਸੁੱਖ ਜੇ ਹੋਈ ਸੋ ਹੋਈ, ਪਰ ਅੱਗੇ ਨੂੰ ਸਦਾ ਲਈ ਆਪਣੇ ਦਿਲ 'ਚੋਂ ਹੀ ਫੋਕਾ ਖਿਆਲ ਕੱਢ ਛੱਡੋ। ਤੁਸੀਂ ਜਾਣਦੇ ਹੋ ਕਿ ਸੰਸਾਰ ਦੀ ਇਹੋ ਰੀਤ ਹੈ ਕਿ ਦੂਜੇ ਨੂੰ ਦੁੱਖ ਦਿੱਤੇ ਬਿਨਾਂ ਕਦੇ ਧਨ ਨਹੀਂ ਪ੍ਰਾਪਤ ਹੋ ਸਕਦਾ, ਸੋ ਇਸੇ ਤਰ੍ਹਾਂ ਤੁਸੀਂ ਵੀ ਆਪਣੀ ਬਹਾਦਰੀ ਨਾਲ ਧਨ ਖੱਟ ਲਿਆ ਤਾਂ ਇਸ 'ਚ ਹਨੇਰ ਕਿੱਧਰੋਂ ਆ ਗਿਆ। ਅੰਤ ਆਪਣੇ ਪੁੱਤਰ ਦੀਆਂ ਗੱਲਾਂ ਸੁਣ ਕੇ ਭਾਨ ਸਿੰਘ ਨੂੰ ਕੁਝ ਸੰਤੋਖ ਹੋਇਆ। ਜਿਸ ਰਾਤ ਦਾ ਉਹਨੂੰ ਡਰ ਸੀ ਉਹ ਲੰਘ ਗਈ।
ਜਿਸ ਕਰਕੇ ਉਹਦੇ ਦਿਲ 'ਚੋਂ ਮਰਨ ਦਾ ਡਰ ਸੀ, ਜਿਸ ਨਾਲ ਦਿਨ ਰਾਤ ਤੜਫਦਾ ਰਹਿੰਦਾ ਸੀ, ਉਹ ਜਾਂਦਾ ਰਿਹਾ। ਇਸ ਲਈ ਉਹਦਾ ਮਨ ਕੁਝ ਪ੍ਰਸੰਨ ਅਤੇ ਨਿਸ਼ਚਿੰਤ ਰਹਿਣ ਲੱਗਾ, ਪਰ ਫਿਰ ਵੀ ਪਾਪ ਦੀ ਖੱਟੀ ਨੇ ਉਹਨੂੰ ਸੁੱਖ ਵਿੱਚ ਨਾ ਰਹਿਣ ਦਿੱਤਾ। ਇਸ ਤੋਂ ਪਿੱਛੋਂ ਕਈ ਦਿਨ ਸੁੱਖ ਸਾਂਦ ਨਾਲ ਲੰਘ ਗਏ। ਭਾਨ ਸਿੰਘ ਨਵੇਂ ਸਿਰਿਓਂ ਬੜੇ ਚਾਅ ਅਤੇ ਉਤਸ਼ਾਹ ਨਾਲ ਆਪਣੇ ਕੰਮ ਕਾਰ 'ਚ ਲੱਗਾ। ਜਿਸ ਤਰ੍ਹਾਂ ਉਹ ਪਹਿਲਾਂ ਵਪਾਰ 'ਚ ਮਗਨ ਰਹਿੰਦਾ ਸੀ, ਉਸੇ ਤਰ੍ਹਾਂ ਹੁਣ ਫਿਰ ਰਹਿਣ ਲੱਗਾ। ਇੱਕ ਦਿਨ ਉਹਦੀ ਮਰਜ਼ੀ ਹੋਈ ਕਿ ਇੱਧਰ ਕਈ ਦਿਨਾਂ ਤੋਂ ਮੈਂ ਕੰਮ ਕਾਰ ਛੱਡੀ ਰੱਖਿਆ, ਸੋ ਹਿਸਾਬ ਕਰਕੇ ਵੇਖੀਏ ਤਾਂ ਸਹੀ ਕਿ ਕੀ ਕੁਝ ਨਫ਼ਾ ਜਾਂ ਘਾਟਾ ਹੋਇਆ। ਜਦ ਉਹਨੇ ਖਜ਼ਾਨੇ ਦਾ ਕੁੱਲ ਹਿਸਾਬ ਡਿੱਠਾ ਤਾਂ ਸਿਰ ਫੜ ਕੇ ਬੈਠ ਗਿਆ। ਉਹਨੂੰ ਇਹ ਵੇਖ ਕੇ ਸੱਤੀ ਕੱਪੜੀ ਅੱਗ ਲੱਗ ਉੱਠੀ। ਜਦ ਉਹਨੂੰ ਪਤਾ ਲੱਗਾ ਕਿ ਜਦ ਤੋਂ ਉਹਦੇ ਪੁੱਤਰ ਨੇ ਕੰਮ ਦੀ ਵਾਗਡੋਰ ਸਾਂਭੀ ਹੈ, ਤਦ ਤੋਂ ਲੈ ਕੇ ਅੱਜ ਤੱਕ 1 ਲੱਖ ਦੇ ਲਗਭਗ ਘਾਟਾ ਪੈ ਗਿਆ। ਘਾਟ ਜਾਂ ਨੁਕਸਾਨ ਦੀ ਗੱਲ ਇੱਕ ਲੋਭੀ ਆਦਮੀ ਲਈ ਜ਼ਹਿਰ ਨਾਲੋਂ ਘੱਟ ਨਹੀਂ ਹੁੰਦੀ। ਇਸ ਗੱਲ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਘਾਟੇ ਦਾ ਪਤਾ ਲੱਗਦਿਆਂ ਹੀ ਭਾਨ ਸਿੰਘ ਦਾ ਉਹ ਦਿਮਾਗ ਜੋ ਮੌਤ ਦੇ ਡਰ ਕਰਕੇ ਕਈ ਚਿਰਾਂ ਤੋਂ ਉਦਾਸ ਬਣ ਗਿਆ ਸੀ, ਉੱਬਲ ਉੱਠਿਆ। ਹੈ ਘਾਟਾ ਕਿਸ ਤਰ੍ਹਾਂ ਪੈ ਗਿਆ? ਉਹੀ ਵਪਾਰ, ਉਹੀ ਨੌਕਰ ਚਾਕਰ, ਉਹੀ ਸਭ ਕੁਝ, ਫਿਰ 1 ਲੱਖ ਕਿੱਥੇ ਗਿਆ? ਇਸ 'ਚ ਕੋਈ ਭੇਦ ਤਾਂ ਨਹੀਂ ਹੈ? ਇਹੋ ਜਿਹੀਆਂ ਸੈਂਕੜੇ ਗੱਲਾਂ ਭਾਨ ਸਿੰਘ ਦੇ ਦਿਮਾਗ 'ਚ ਦੌੜਨ ਲੱਗੀਆਂ। ਪਰ ਉਹ ਕਰਦਾ ਕੀ? ਉਹਦੇ ਪੁੱਤਰ ਜਗਜੀਤ ਸਿੰਘ ਦੇ ਚਾਲ ਚੱਲਣ 'ਚ ਕੋਈ ਦੋਸ਼ ਨਹੀਂ, ਜਿਸ ਤੋਂ ਉਸ ਉੱਤੇ ਸ਼ੱਕ ਕਰੇ। ਅੰਤ ਚੱਖਦਾ ਭੱਖਦਾ ਉਹ ਦਫ਼ਤਰ 'ਚ ਉੱਠ ਕੇ ਬੈਠਕ 'ਚ ਆਇਆ ਅਤੇ ਪ੍ਰਸ਼ਾਦੇ ਛੱਕ ਕੇ ਪਲੰਗ 'ਤੇ ਲੇਟ ਗਿਆ। ਜਦੋਂ ਕਿਸੇ ਦਾ ਰੰਗ ਰੋਗ ਪੁਰਾਣਾ ਹੋ ਜਾਂਦਾ ਹੈ ਤਾਂ ਉਸ ਉੱਤੇ ਘੱਟ ਧਿਆਨ ਦਿੰਦੇ ਹੈ। ਭਾਨ ਸਿੰਘ ਕਿਉਂਕਿ ਸਦਾ ਹੀ ਚਿੰਤਾ 'ਚ ਡੁੱਬਿਆ ਰਹਿੰਦਾ ਸੀ, ਇਸ ਕਰਕੇ ਅੱਜ ਦੀ ਇਸ ਨਵੀਂ ਚਿੰਤਾ ਦੇ ਕਾਰਨ ਕਿਸੇ ਨੇ ਨਾ ਪੁੱਛਿਆ ਅਤੇ ਨਾ ਹੀ ਉਹਨੇ ਕਿਸੇ ਨੂੰ ਦੱਸਿਆ। ਉਹਨੇ ਰੋਟੀ ਖਾ ਕੇ ਲੰਮੇ ਪੈ ਜਾਣ ਪਿੱਛੋਂ ਉਹਦੀ ਇਸਤਰੀ ਅਤੇ ਪੁੱਤਰ ਨੇ ਵੀ ਰੋਟੀ ਖਾਧੀ। ਭਾਨ ਸਿੰਘ ਦੇ ਸੌਣ ਵਾਲੇ ਕਮਰੇ ਦੇ ਨਾਲ ਹੀ ਉਹਦੀ ਇਸਤਰੀ ਦੇ ਸੌਣ ਦਾ ਕਮਰਾ ਸੀ। ਮਾਂ ਪੁੱਤਰ ਦੋਵੇਂ ਰੋਟੀ ਖਾ ਕੇ ਇਕੱਠੇ ਰਸੋਈ 'ਚੋਂ ਨਿਕਲੇ, ਪਰ ਸੰਜੋਗ ਕਹੋ ਜਾਂ ਕੁਛ ਸੰਜੋਗ, ਜਗਜੀਤ ਸਿੰਘ ਆਪਣੇ ਸੌਣ ਵਾਲੇ ਕਮਰੇ 'ਚ ਜਾਣ ਦੀ ਥਾਂ ਆਪਣੀ ਮਾਂ ਦੇ ਕਮਰੇ 'ਚ ਜਾ ਕੇ ਉਸ ਰਾਤ ਦੀਆਂ ਗੱਲਾਂ, ਜਿਸ ਦਿਨ ਸਰਦਾਰ ਗੁਰਦਿਆਲ ਸਿੰਘ ਜੀ ਦੇ ਘਰ ਪ੍ਰੀਤੀ ਭੋਜਨ 'ਚ ਗਏ ਸਨ, ਕਰਨ ਲੱਗ ਪਿਆ। ਭਾਨ ਸਿੰਘ ਦੀ ਇਸਤਰੀ ਨੇ ਸੌਣ ਵਾਲੇ ਕਮਰੇ 'ਚ ਆ ਕੇ ਆਪਣੇ ਪੁੱਤਰ ਨੂੰ ਬੜੀ ਆਦਰ ਨਾਲ ਬਿਠਾਇਆ ਅਤੇ ਉਸ ਰਾਤ ਦੀ ਗੱਲ ਯਾਦ ਜਦ ਮੁੱਕੀ ਤਾਂ ਉਹਨੇ ਸਹਿਜ ਸੁਭਾਅ ਪੁੱਛਿਆ, ਜਗਜੀਤ ਤੂੰ ਜਿਹੜਾ ਪਿੱਛੇ ਜੇ ਰੇਲ ਦੇ ਮਹਿਕਮੇ 'ਚ ਠੇਕਾ ਲਿਆ, ਉਹਦਾ ਕਈ ਦਿਨਾਂ ਤੋਂ ਕੋਈ ਸਮਾਚਾਰ ਨਹੀਂ ਸੁਣਿਆ, ਉਹਦਾ ਕੀ ਹਾਲ ਹੈ? ਜਗਜੀਤ ਸਿੰਘ ਕਹਿਣ ਲੱਗਾ, ਕੀ ਦੱਸਾਂ ਮਾਂ ਜੀ, ਜਿੰਨਾ ਰੁਪਇਆ ਉਸ ਲਈ ਪਿਤਾ ਹੋਰਾਂ ਪ੍ਰਵਾਨ ਕੀਤਾ ਸੀ ਉਹ ਤਾਂ ਖਰਚ ਹੋ ਗਿਆ, ਹੁਣ 1 ਲੱਖ ਰੁਪਏ ਦੀ ਹੋਰ ਲੋੜ ਹੈ ਅਤੇ ਜੇ ਉਸ ਕੰਮ 'ਚ 1 ਰੁਪਏ ਹੋਰ ਖਰਚੇ ਜਾਣ ਤਾਂ ਬੜੀ ਚੰਗੀ ਤਰ੍ਹਾਂ ਕੰਮ ਚੱਲ ਪਏਗਾ। ਭਾਨ ਸਿੰਘ ਰੋਟੀ ਖਾ ਕੇ ਸੌਣ ਨੂੰ ਆਪਣੇ ਪਲੰਗ 'ਤੇ ਸੌਂ ਗਿਆ, ਪਰ ਉਸ 1 ਲੱਖ ਦੇ ਘਾਟੇ ਨੇ ਉਹਨੂੰ ਸੁੱਖ ਦੀ ਨੀਂਦ ਸੌਣ ਨਹੀਂ ਦਿੱਤਾ। ਉਹ ਆਪਣੀ ਵਿਛਾਈ 'ਤੇ ਲੇਟਿਆ ਉਸਲ ਵੱਟੇ ਲੈ ਰਿਹਾ ਸੀ ਕਿ ਉਹਨੂੰ ਜਗਜੀਤ ਸਿੰਘ ਦੀ 1 ਲੱਖ ਰੁਪਏ ਦੀ ਹੋਰ ਲੋੜ ਹੈ ਵਾਲੀ ਗੱਲ ਸੁਣਾਈ ਦਿੱਤੀ। ਸੁਣਦਿਆਂ ਹੀ ਮਾਨੋ ਉਹਦੇ ਸਿਰ 'ਤੇ ਛੱਤ ਡਿੱਗ ਪਈ। ਉਹ ਹੌਲੀ ਹੌਲੀ ਬੁੱਲਾਂ 'ਚ ਬੁੜਬੁੜਾਉਣ ਲੱਗਾ, ਓਹੋ ਹੁਣ ਮੈਨੂੰ ਪਤਾ ਲੱਗਾ, ਜਿਸ ਪੁੱਤਰ ਨੂੰ ਮੈਂ ਅੱਜ ਤੱਕ ਧਰਮ ਮੂਰਤ ਸਮਝਦਾ ਸੀ ਉਹ ਤਾਂ ਪਾਪ ਦਾ ਅਵਤਾਰ ਹੈ। ਹਾਏ ਹਾਏ, ਠੀਕ ਹੁਣ ਪਤਾ ਲੱਗਾ ਕਿ ਇਹ ਜਗਜੀਤ ਮੇਰੀ ਸੇਵਾ, ਮੇਰੇ ਨਾਲ ਪਿਆਰ ਇਸ ਲਈ ਨਹੀਂ ਕਰਦਾ ਕਿ ਉਹ ਮੇਰਾ ਪੁੱਤਰ ਹੈ ਅਤੇ ਮੈਂ ਉਹਦਾ ਪਿਓ ਹਾਂ, ਸਗੋਂ ਇਸ ਕਰਕੇ ਕਿ ਮੇਰੇ ਪਾਸ ਬਹੁਤ ਧਨ ਹੈ। ਉਹ ਇਹ ਤਾਂ ਚੋਰੀ ਚੋਰੀ ਰੇਲਵੇ ਦੇ ਠੇਕੇ ਲੈ ਕੇ ਹੀ ਮੇਰਾ ਸਾਰਾ ਰੁਪਇਆ ਚੌੜ ਚਪੱਟ ਕਰ ਰਿਹਾ। ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਮਾਂ ਪੁੱਤਰ ਰਲ ਕੇ ਅੰਦਰੋਂ ਅੰਦਰੇ ਵੱਖਰੀਆਂ ਹੀ ਕੰਪਨੀਆਂ ਅਤੇ ਠੇਕੇਦਾਰੀਆਂ ਚਲਾ ਰਹੇ ਨੇ। ਮੇਰੀ ਇਸਤਰੀ ਜੋ ਇੰਨੀ ਫਫੇ ਕੁੱਟਣੀ ਹੈ, ਡੈਣ ਹੈ, ਚੰਡਾਲਣੀ, ਹਾਏ ਮੇਰੇ ਤੋਂ ਚੋਰੀ? ਅਜੇ ਬੁੜਬੁੜਾਈ ਰਿਹਾ ਸੀ ਕਿ ਉੱਧਰੋਂ ਫਿਰ ਆਵਾਜ਼ ਆਈ, ਕੀ ਦੱਸਾਂ ਮਾਂ ਜੀ, 1-2 ਵਾਰੀ ਪਿਤਾ ਹੋਰਾਂ ਪਾਸ ਵੀ ਇਸ ਦਾ ਵਰਣਨ ਕਰ ਚੁੱਕਾ, ਪਰ ਉਹਨਾਂ ਵੀ ਕੋਈ ਧਿਆਨ ਨਹੀਂ ਦਿੱਤਾ, ਮੇਰੀ ਗੱਲ ਨੂੰ ਸੁਣੀ ਅਣਸੁਣੀ ਕਰ ਛੱਡਿਆ ਨੇ। ਭਾਨ ਸਿੰਘ ਨੇ ਦਿਲ 'ਚ ਕਿਹਾ, ਅਣਸੁਣੀ ਕਰ ਛੱਡਿਆ ਹੈ, ਧਿਆਨ ਵੀ ਨਹੀਂ ਦਿੱਤਾ ਬੱਚੂ, ਤਾਂਹੀਓ ਤੂੰ ਤਾਂ 1 ਲੱਖ ਰੁਪਏ ਦਾ ਹੋਰ ਫੇਰ ਵੀ ਕਰ ਲਿਆ, ਹੇਰ ਫੇਰ ਵੀ ਕਰ ਲਿਆ ਨਾ, ਪਰ ਹੁਣ ਕੀ ਕਰਦਾ ਇਹ ਤਾਂ ਵੇਖਦਾ। ਭਾਨ ਸਿੰਘ ਇੱਧਰੋਂ ਇਹ ਬੁੜਬੁੜਾ ਰਿਹਾ ਸੀ ਕਿ ਉੱਧਰ ਜਗਜੀਤ ਸਿੰਘ ਆਪਣੀ ਮਾਂ ਨੂੰ ਗੱਲਾਂ ਸੁਣਾਉਂਦਾ ਹੀ ਗਿਆ। ਉਹਨੇ ਕਿਹਾ, ਮਾਂ ਜੀ ਸਮਝ ਨਹੀਂ ਆਉਂਦੀ ਕਿ ਸੰਸਾਰ 'ਚ ਕਿਸ ਨੂੰ ਆਪਣਾ ਕਿਹਾ ਜਾਏ। ਪਹਿਲਾਂ ਵੇਖੋ, 1 ਚਿੱਠੀ ਖੀਸੇ 'ਚੋਂ ਕੱਢ ਕੇ ਅਤੇ ਉਹਨੂੰ ਪੜ੍ਹ ਕੇ, ਇਹ ਮੇਰੇ ਭਾਈਵਾਲ ਦੀ ਚਿੱਠੀ, ਕਹਿਣ 'ਤੇ ਤਾਂ ਉਹ ਮੇਰੀ ਦੋਸਤੀ ਦਾ ਦਮ ਭਰਦਾ,
पर उहदे इन्हां शब्दां तों पता लगदा है कि उह परले दर्जे दा नीच ते बेईमान है। जिहड़ा मैनूं अपने पूजनीक पिता दे संबंध विच इह बकवास लिखदा है, उह लिखदा है कि रुपए पिछे कम खराब ना होण दिओ, जे तुहाडा पिता रुपए ना देवे बेशक दूजा हथ करनों भी फर्क ना करो। इतिहास दसदा है कि गद्दी लैण लई कई पुत्रां ने अपने पिता नूं जहर खवा दित्ती। अपनी धुन च बुड़बुड़ाउंदा होया भान सिंह जगजीत सिंह दी होर कोई गल ना समझ सकिया, पर केवल अंतली गल प्यो नूं जहर खवा दित्ती। इही आवाज़ उहदे कन्नां तीक चंगी तरह पहुँच गई। उह जोर नाल रौला पाउण लग पिया ते कहण लगा, हाँ हाँ जहर दे दिओ, जहर दे दिओ, प्यो नूं दे दे जहर, मैनूं मार सुट्टो। ਇਹ ਕਹਿੰਦਾ ਭਾਨ ਸਿੰਘ ਆਪਣੇ ਪਲੰਗ ਤੋਂ ਉੱਠ ਖਲੋਤਾ। ਉੱਧਰ ਦੋਵੇਂ ਮਾਂ ਪੁੱਤਰ ਜੋ ਨਾਲ ਦੇ ਕਮਰੇ 'ਚ ਬੈਠੇ ਗੱਲਾਂ ਕਰ ਰਹੇ ਸਨ, ਉਹਦੇ ਰੌਲੇ ਦੀ ਆਵਾਜ਼ ਸੁਣ ਕੇ ਭੱਜੇ ਆਏ। ਉਹਨਾਂ ਨੂੰ ਸਾਹਮਣੇ ਵੇਖ ਕੇ ਭਾਨ ਸਿੰਘ ਹੋਰ ਵੀ ਅੱਗ ਬਬੂਲਾ ਹੋ ਉੱਠਿਆ। ਕਹਿਣ ਲੱਗਾ, ਬਸ ਬਸ ਤੁਸੀਂ ਦੋਵੇਂ ਮੇਰੇ ਕਮਰੇ 'ਚੋਂ ਬਾਹਰ ਹੋ ਜਾਓ, ਮੈਨੂੰ ਜ਼ਹਿਰ ਦੇਣ ਲਈ ਤਿਆਰੀਆਂ ਹੋ ਰਹੀਆਂ ਨੇ। ਮੈਂ ਜਾਗਦਾ ਪਿਆ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਨੇ, ਬਸ ਹੁਣ ਤੁਹਾਡੀ ਉਸਤਾਦੀ ਨਹੀਂ ਚੱਲ ਸਕਦੀ। ਨਿਕਲੋ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਓ। ਭਾਨ ਸਿੰਘ ਦੀਆਂ ਗੱਲਾਂ ਸੁਣ ਕੇ ਦੋਵੇਂ ਮਾਂ ਪੁੱਤਰ ਸੁੰਨ ਹੋ ਗਏ। ਉਹਨਾਂ ਦੀ ਸਮਝ 'ਚ ਇਹਦੀ ਇੱਕ ਗੱਲ ਵੀ ਨਾ ਆਈ। ਦੋਵੇਂ ਜਿਉਂ ਜਿਉਂ ਉਹਦੇ ਨੇੜੇ ਹੁੰਦੇ ਤਿਉਂ ਤਿਉਂ ਉਹ ਪਿੱਛੇ ਹਟਦਾ। ਉਹ ਵਿਚਾਰੇ ਜਿਉਂ ਉਹਨੂੰ ਸਮਝਾਉਣ ਦਾ ਯਤਨ ਕਰਦੇ ਤਿਉਂ ਤਿਉਂ ਕੱਪੜਿਆਂ ਤੋਂ ਬਾਹਰ ਹੁੰਦਾ ਸੀ। ਅੰਤ ਉਹਨੂੰ ਪਿੱਛੇ ਹਟਦਿਆਂ ਵੇਖ ਉਹਦੀ ਇਸਤਰੀ ਨੇ ਚਾਹਿਆ ਕਿ ਉਹਦੇ ਪੈਰਾਂ ਨਾਲ ਚੰਬੜ ਜਾਵਾਂ, ਅਤੇ ਜੋ ਜੋ ਉਹਦੇ ਦਿਲ 'ਚ ਝੂਠੇ ਭਰਮ ਪੈਦਾ ਹੋ ਰਹੇ ਨੇ ਉਹਨਾਂ ਨੂੰ ਦੂਰ ਕਰਕੇ ਉਹਨੂੰ ਅਸਲ ਗੱਲ ਦਾ ਭਾਵ ਪ੍ਰਗਟ ਕਰਦਿਆਂ। ਪਰ ਉਹਦਾ ਇਹ ਭਾਵ ਇਸ ਭਾਵ ਨਾਲ ਅੱਗੇ ਵਧਣਾ ਸੀ ਕਿ ਭਾਨ ਸਿੰਘ ਦੇ ਨਾਲ ਪਿੱਛੇ ਨੂੰ ਹਟਿਆ, ਜਿਸ ਕਰਕੇ ਉਹਦੇ ਪੈਰ ਦੀ ਠੋਕਰ ਨਾਲ ਤਰਪਾਈ ਜਿਸ ਉੱਤੇ ਪਿਆ ਲਾਲਟਨ ਬਲ ਰਿਹਾ ਸੀ ਮੁੱਧੀ ਹੋ ਗਈ ਅਤੇ ਲਾਲਟਨ ਦੂਰ ਜਾ ਡਿੱਗੀ। ਚਿਮਨੀ ਚੂਰ ਚੂਰ ਹੋ ਗਈ ਅਤੇ ਤੇਲ ਨਾਲ ਭਿੱਜ ਕੇ ਗਲੀਚਾ ਅਤੇ ਹੋਰ ਕੱਪੜੇ ਲੱਟ ਲੱਟ ਬਲ ਉੱਠੇ। ਭਾਨ ਸਿੰਘ ਇਸ ਹਫੜਾ ਦਫੜੀ 'ਚ ਠੇਡਾ ਖਾ ਕੇ ਸਿਰ ਪਰਨੇ ਮੰਜੇ ਪਾਸ ਜਾ ਡਿੱਗਾ। ਉੱਧਰ ਜਗਜੀਤ ਸਿੰਘ ਅਤੇ ਉਹਦੀ ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਅੱਗ ਲੱਗਣ ਨਾਲ ਇੱਕ ਵਾਰ ਸਾਰਾ ਘਰ ਭੜਕ ਉੱਠਿਆ ਅਤੇ ਅਲੰਬੇ ਦੂਰ ਦੂਰ ਤੱਕ ਜਾਣ ਲੱਗੇ। ਜਗਜੀਤ ਸਿੰਘ ਪਿਤਾ ਨੂੰ ਸੰਭਾਲਣ 'ਚ ਲੱਗਾ ਅਤੇ ਉਹਦੀ ਮਾਂ ਨੇ ਰੌਲਾ ਰੱਪਾ ਪਾਉਣ ਨਾਲ ਨੇੜੇ ਤੇੜੇ ਦੇ ਨੌਕਰ ਚਾਕਰ ਸਾਰਾ ਆਂਢ ਗੁਆਂਢ ਇਕੱਠਾ ਹੋ ਗਿਆ। ਪਰ ਲੋਕਾਂ ਦੇ ਆਉਣ ਤੋਂ ਪਹਿਲਾਂ ਹੀ ਅੱਗ ਆਪਣੇ ਪੂਰੇ ਜ਼ੋਰਾਂ 'ਤੇ ਹੋ ਚੁੱਕੀ ਸੀ। ਹੁੰਦੇ ਹੁੰਦੇ ਸਾਰਾ ਗਲੀ ਮਹੱਲਾ ਇੱਕਦਮ ਇਕੱਠਾ ਹੋ ਗਿਆ। ਵਿੱਤ ਅਨੁਸਾਰ ਅੱਗ ਬੁਝਾਉਣ ਦੇ ਯਤਨ ਹੋਣ ਲੱਗੇ। ਇਹਨੇ ਨੂੰ ਫਾਇਰ ਬਰੀਗੇਡ ਵੀ ਆ ਪੁੱਜੀ, ਜਿਸ ਨੂੰ ਟੈਲੀਫੋਨ ਦੁਆਰਾ ਖਬਰ ਕੀਤੀ ਗਈ ਸੀ। ਵੇਖਦਿਆਂ ਵੇਖਦਿਆਂ ਭਾਨ ਸਿੰਘ ਦੇ 5 ਛੱਤੇ ਮਕਾਨ ਨੂੰ ਚੌਂ ਪਾਸਿਆਂ ਤੋਂ ਅੱਗ ਨੇ ਘੇਰ ਲਿਆ ਅਤੇ ਫਾਇਰ ਬਰੀਗੇਡ ਦੀਆਂ ਨਾਲਾਂ ਦੇ ਫੁਆਰੇ ਕਾੜ ਕਾੜ ਅੱਗ ਉੱਤੇ ਪੈਣ ਲੱਗੇ। ਇੱਧਰ ਭਾਨ ਸਿੰਘ ਨੂੰ ਜਗਜੀਤ ਸਿੰਘ ਨੇ ਬੇਹੋਸ਼ੀ ਦੀ ਅਵਸਥਾ 'ਚ ਮਕਾਨ 'ਚੋਂ ਬਾਹਰ ਕੱਢਿਆ ਅਤੇ ਬਾਹਰ ਲਿਆ ਕੇ ਮੰਜੇ 'ਤੇ ਲੰਮਾ ਪਾ ਦਿੱਤਾ। ਲੰਮੇ ਪੈਂਦੇ ਹੀ ਭਾਨ ਸਿੰਘ ਦੀ ਬੇਹੋਸ਼ੀ ਦੂਰ ਹੋਈ ਅਤੇ ਉਹ ਜਗਜੀਤ ਦੀਆਂ ਬਾਹਾਂ ਦੇ ਸਹਾਰੇ ਉੱਠ ਕੇ ਬੈਠ ਗਿਆ। ਸੁਚੇਤ ਹੋਣ ਪਰ ਉਹਨੇ ਅੱਖਾਂ ਪਾੜ ਪਾੜ ਕੇ ਜਗਜੀਤ ਵੱਲ ਅਤੇ ਫਿਰ ਲੱਟ ਲੱਟ ਬਲਦੀ ਹੋਈ ਅੱਗ ਵੱਲ ਵੇਖਿਆ। ਫਿਰ ਉਹ ਜਗਜੀਤ ਸਿੰਘ ਪਾਸੋਂ ਆਪਣੇ ਆਪ ਨੂੰ ਛੁਡਾਉਣ ਲਈ ਜ਼ੋਰ ਲਾਉਣ ਲੱਗਾ। ਆਪਣੇ ਪਿਤਾ ਨੂੰ ਇਸ ਤਰ੍ਹਾਂ ਹੱਥੀਂ ਪੈਂਦਿਆਂ ਵੇਖ ਕੇ ਜਗਜੀਤ ਦਾ ਦਿਲ ਡਾਢਾ ਘਬਰਾਇਆ। ਉਹਨੇ ਇਸ ਕਰਕੇ ਆਪਣੇ ਪਿਤਾ ਨੂੰ ਨਾ ਛੱਡਿਆ ਕਿ ਮਤਾ ਫੇਰ ਨਾ ਡਿੱਗ ਪਵੇ, ਪਰ ਉਹਦਾ ਅਜਿਹਾ ਕਰਨ 'ਤੇ ਭਾਨ ਸਿੰਘ ਦਾ ਗੁੱਸਾ ਹੋਰ ਵੀ ਤੇਜ਼ ਹੋ ਗਿਆ। ਜਦ ਇਸ ਤਰ੍ਹਾਂ ਵੀ ਉਹਦਾ ਛੁਟਕਾਰਾ ਨਾ ਹੋਇਆ ਤਾਂ ਉਹਨੇ ਜਗਜੀਤ ਦੇ ਸੱਜੇ ਹੱਥ ਉੱਤੇ ਇੱਕ ਜ਼ੋਰ ਦੀ ਦੰਦੀ ਵੱਢੀ। ਚੱਕ ਵੱਢਣ ਕਰਕੇ ਜਗਜੀਤ ਸਿੰਘ ਬੜਾ ਡਰਿਆ ਅਤੇ ਉਹਦਾ ਹੱਥ ਕੁਝ ਢਿੱਲਾ ਹੋ ਗਿਆ। ਸਮਾਂ ਪਾ ਕੇ ਭਾਨ ਸਿੰਘ ਜਗਜੀਤ ਸਿੰਘ ਪਾਸੋਂ ਨੱਠ ਕੇ ਬਾਹਰਲੇ ਪਾਸੇ ਇੱਕ ਹਨੇਰੀ ਕੋਠੜੀ 'ਚ ਜਾ ਲੁਕਿਆ ਅਤੇ ਅੰਦਰੋਂ ਉਹਦਾ ਕੁੰਡਾ ਅੜਾ ਲਿਆ। ਇਸ ਕੋਠੜੀ 'ਚ ਵੜ ਕੇ ਉਹ ਹੌਲੀ ਹੌਲੀ ਬੁੜਬੁੜਾਉਣ ਲੱਗਾ। ਓਹੋ, ਬੜੀ ਔਖਿਆਈ ਨਾਲ ਅੱਜ ਜਾਨ ਬਚੀ ਹੈ। ਮੈਨੂੰ ਜਿਉਂਦਿਆਂ ਸਾੜਨ ਲਈ ਦੋਹਾਂ ਮਾਂ ਪੁੱਤਰਾਂ ਨੇ ਰਲ ਕੇ ਅੱਗ ਲਾਈ ਹੈ ਅਤੇ ਮੈਨੂੰ ਸਾੜਨ ਲਈ ਉਹ ਧਿੰਗੋ ਜੋਰੀ ਮੈਨੂੰ ਫੜ ਕੇ ਵਿੱਚ ਸੁੱਟਣਾ ਚਾਹੁੰਦਾ ਸੀ। ਹੁਣ ਇਹਨਾਂ ਦਾ ਭਰੋਸਾ ਨਹੀਂ, ਦੋਵੇਂ ਮਾਂ ਪੁੱਤਰ ਰਲੇ ਹੋਏ ਨੇ, ਇਹ ਜ਼ਰੂਰ ਮੈਨੂੰ ਮਾਰ ਦੇਣਗੇ। ਉਸ ਬੇਦੋਸ਼ੇ ਵਪਾਰੀ ਅਤੇ ਕੋਚਵਾਨ ਨੂੰ ਮਾਰ ਕੇ ਮੈਂ ਪਾਪ ਦੀ ਖੱਟੀ ਖੱਟੀ ਸੀ, ਪਰ ਮੈਨੂੰ ਮਾਰ ਕੇ ਹੁਣ ਇਹ ਪਾਪ ਦੀ ਖੱਟੀ ਖੱਟਣਾ ਚਾਹੁੰਦੇ ਨੇ। ਅੱਜ ਤਾਂ ਜਿਉਂ ਤਿਉਂ ਕਰਕੇ ਜਾਨ ਬਚ ਗਈ, ਪਰ ਹੁਣ ਬਚਣਾ ਔਖਾ ਹੈ। ਇਹ ਦੋਵੇਂ ਮੈਨੂੰ ਜ਼ਰੂਰ ਜ਼ਹਿਰ ਦੇ ਦੇਣਗੇ, ਜੇ ਆਪ ਨਾ ਦੇ ਸਕੇ ਤਾਂ ਕਿਸੇ ਨੌਕਰ ਪਾਸੋਂ ਦਿਵਾ ਦੇਣਗੇ। ਬਸ ਹੁਣ ਇਸ ਘਰ 'ਚ ਰਹਿਣਾ ਠੀਕ ਨਹੀਂ, ਵੱਡੇ ਵੇਲੇ ਹੀ ਇੱਥੋਂ ਨਿਕਲ ਚੱਲਣਾ ਠੀਕ ਹੈ। ਮੁੱਕਦੀ ਗੱਲ ਕਿ ਇਸ ਤਰ੍ਹਾਂ ਦੀਆਂ ਸੈਂਕੜੇ ਬੇਤੁਕੀਆਂ ਉਹ ਕੋਠੜੀ 'ਚ ਬੈਠਾ ਬੋਲਦਾ ਰਿਹਾ।
ਅੱਗ ਬੁੱਝ ਜਾਣ ਤੋਂ ਕੁਝ ਚਿਰ ਪਿੱਛੋਂ ਜਗਜੀਤ ਸਿੰਘ ਕਈ ਨੌਕਰ ਲੈ ਕੇ ਪਿਤਾ ਨੂੰ ਢੂੰਡਣ ਲੱਗਾ। ਉਸ ਹਨੇਰ ਕੋਠੜੀ ਦਾ ਉਹਨੂੰ ਚਿੱਤ ਚੇਤਾ ਵੀ ਨਹੀਂ ਸੀ, ਇਸ ਕਰਕੇ ਚੌਹੀ ਪਾਸੀ ਢੂੰਡਣ 'ਤੇ ਭਾਨ ਸਿੰਘ ਦਾ ਕੁਛ ਪਤਾ ਨਾ ਲੱਗਾ। ਵਿਚਾਰੇ ਸਾਰੀ ਰਾਤ ਢੂੰਡ ਭਾਲ 'ਚ ਹੀ ਟੱਕਰਾਂ ਮਾਰਦੇ ਰਹੇ। ਜਦ ਦਿਨ ਚੜ੍ਹਿਆ ਤਾਂ ਪਤਾ ਲੱਗਾ ਭਾਨ ਸਿੰਘ ਨੰਗੇ ਪੈਰੀਂ ਇਕੱਲਾ ਚਾਟੀ ਪਿੰਡ ਦੇ ਦਰਵਾਜ਼ਿਓਂ ਬਾਹਰ ਭੱਜਿਆ ਜਾਂਦਾ। ਜਗਜੀਤ ਸਿੰਘ ਨੌਕਰਾਂ ਸਣੇ ਉੱਧਰ ਹੀ ਗਿਆ। ਜਦ ਭਾਨ ਸਿੰਘ ਨੇ ਜਗਜੀਤ ਸਿੰਘ ਨੂੰ ਦੂਰੋਂ ਆਉਂਦਿਆਂ ਵੇਖਿਆ ਤਾਂ ਉਹ ਤੇਜ਼ੀ ਨਾਲ ਦੌੜਨ ਲੱਗ ਪਿਆ। ਪਰ ਜਿਹੜਾ ਮਨੁੱਖ ਦੌੜਨਾ ਤਾਂ ਕਿਤੇ ਰਿਹਾ, ਕਦੇ ਨੰਗੇ ਪੈਰੀਂ ਵੀ ਨਹੀਂ ਤੁਰਿਆ, ਉਹ ਕਿੰਨਾ ਕੁ ਦੌੜ ਸਕਦਾ। ਅੰਤ ਬੜੇ ਔਖ ਨਾਲ ਲੋਕਾਂ ਨੇ ਉਹਨੂੰ ਜਾ ਹੀ ਫੜਿਆ, ਪਰ ਚੱਕ ਵੱਢਣ ਕਰਕੇ ਉਹ ਫੜਨ ਵਾਲਿਆਂ ਦੇ ਹੱਥੋਂ ਕਈ ਵਾਰ ਛੁੱਟ ਛੁੱਟ ਗਿਆ। ਲੋਕਾਂ ਫਿਰ ਫੜਿਆ, ਫਿਰ ਦੌੜਿਆ, ਫਿਰ ਫੜਿਆ। ਇਸੇ ਫੜਾਫੜੀ 'ਚ ਭਾਨ ਸਿੰਘ ਨੂੰ ਕਈ ਥਾਈਂ ਸੱਟਾਂ ਵੀ ਲੱਗੀਆਂ ਅਤੇ ਬੜੇ ਕਸ਼ਟਾਂ ਨਾਲ ਲੋਕਾਂ ਨੇ ਉਹਨੂੰ ਫੜ ਕੇ ਲਿਆਂਦਾ। ਸਾਰੇ ਲੋਕਾਂ ਨੂੰ ਨਿਸ਼ਚਾ ਹੋ ਗਿਆ ਕਿ ਉਹ ਪਾਗਲ ਹੋ ਗਿਆ। ਜਗਜੀਤ ਦੀ ਮਰਜ਼ੀ ਨਾ ਹੋਣ ਕਰਕੇ ਵੀ ਭਾਨ ਸਿੰਘ ਨੂੰ ਕੋਠੜੀ ਅੰਦਰ ਡੱਕਣਾ ਪਿਆ। ਬੜੇ ਬੜੇ ਵੈਦ ਡਾਕਟਰ ਸੱਦੇ ਗਏ, ਪਰ ਜਿਹੜਾ ਵੀ ਰੋਗ ਵੇਖਣ ਲਈ ਉਹਦੇ ਨੇੜੇ ਆਵੇ ਉਹੀ ਹੱਥਾਂ 'ਤੇ ਚੱਕ ਵਢਾ ਕੇ ਪਿੱਛੇ ਹਟ ਜਾਏ। ਅੰਤ ਐਵੇਂ ਅਟਕਲ ਪੱਚੂ ਦਵਾਈਆਂ ਦਿੱਤੀਆਂ ਦਿੱਤਾਈਆਂ, ਪਰ ਦਵਾਈ ਪਿਆਵੇ ਕੌਣ। ਅੰਤ ਜਗਜੀਤ ਸਿੰਘ ਨੇ ਇਹ ਕੰਮ ਆਪਣੇ ਜਿੰਮੇ ਲਿਆ। ਪਰ ਜਿਉਂ ਹੀ ਉਹ ਦਵਾਈ ਦੀ ਸ਼ੀਸ਼ੀ ਲੈ ਕੇ ਨੇੜੇ ਗਿਆ, ਉਹਨੂੰ ਦੂਰੋਂ ਹੀ ਵੇਖ ਕੇ ਭਾਨ ਸਿੰਘ ਰੌਲਾ ਪਾਉਣ ਲੱਗ ਪਿਆ। ਜ਼ਹਿਰ ਹੈ, ਜ਼ਹਿਰ ਹੈ, ਮੈਂ ਨਹੀਂ ਪੀਆਂਗਾ, ਇਹ ਕਹਿ ਕੇ ਉਹ ਜ਼ੋਰ ਨਾਲ ਝਪਟਿਆ। ਅਤੇ ਜਿੰਨੀ ਵਾਰੀ ਜਗਜੀਤ ਸਿੰਘ ਦਵਾਈ ਲੈ ਕੇ ਨੇੜੇ ਗਿਆ, ਉਨੀ ਵਾਰੀ ਉਹਨੇ ਖੋਹ ਕੇ ਵਗਾਹ ਮਾਰੀ। ਉਹਦੀ ਇਹ ਦਸ਼ਾ ਵੇਖ ਕੇ ਤੰਗ ਹੋ ਕੇ ਵੈਦ ਡਾਕਟਰ ਘਰੋਂ ਘਰੀ ਚਲੇ ਗਏ। ਉਹ ਦਿਨ ਇਸੇ ਤਰ੍ਹਾਂ ਬੀਤਿਆ। ਚਿੰਤਾ ਦੇ ਕਾਰਨ ਘਰ 'ਚ ਕਿਸੇ ਨੇ ਕੁਝ ਨਾ ਖਾਧਾ ਪੀਤਾ। ਸੰਧਿਆ ਨੂੰ ਉਹਦੇ ਪਾਸ ਰੋਟੀ, ਫਲ ਫੁੱਲ ਅਤੇ ਹੋਰ ਕਈ ਕੁਛ ਲਿਆ ਕੇ ਰੱਖੀਆਂ ਗਈਆਂ, ਪਰ ਉਹਨੇ ਕਿਸੇ ਨੂੰ ਹੱਥ ਤੱਕ ਨਾ ਹੀ ਲਾਇਆ। ਜਿਹੜਾ ਨੌਕਰ ਇਹ ਚੀਜ਼ਾਂ ਲੈ ਕੇ ਉਸ ਪਾਸ ਗਿਆ ਸੀ, ਵਿਚਾਰਾ ਸੁੱਕਾ ਬਚ ਕੇ ਨਾ ਆਇਆ। ਭਾਨ ਸਿੰਘ ਨੇ ਉਹਨੂੰ ਵੀ ਚੱਕ ਦਾ ਇਨਾਮ ਦੇ ਹੀ ਦਿੱਤਾ। ਦੂਜੇ ਦਿਨ ਵੀ ਇਹੋ ਹਾਲ ਰਿਹਾ ਅਤੇ ਤੀਜਾ ਦਿਨ ਵੀ ਇਸੇ ਤਰ੍ਹਾਂ ਲੰਘਿਆ। ਪਰ ਬਿਨਾਂ ਖਾਧੇ ਪੀਤੇ ਆਦਮੀ ਕਿੰਨਾ ਕੁ ਚਿਰ ਜਿਉਂਦਾ ਰਹਿ ਸਕਦਾ। ਵਾਧਾ ਆਈ ਕਿਸੇ ਪਰਛਾਵੇਂ ਦੀ ਤਾਂ ਕੌਣ ਕਹੇ। ਉਹ ਕੋਠੜੀ ਜਿਸ 'ਚੋਂ ਬੰਦ ਸੀ, ਉਹ ਮੰਜਾ ਜਿਸ ਉੱਤੇ ਸੁੱਤਾ ਪਿਆ ਸੀ, ਉਹ ਛੱਤ ਜਿਹਦੇ ਹੇਠਾਂ ਉਹ ਰਹਿੰਦਾ ਸੀ, ਜਿਨ੍ਹਾਂ ਦੇ ਘੇਰੇ ਅੰਦਰ ਉਹ ਨੱਠਣ ਭੱਜਣ ਤੋਂ ਰੁਕਿਆ ਹੋਇਆ ਸੀ, ਸਭਨਾਂ ਵਿੱਚ ਉਹਨੂੰ ਮਿੱਤਰ, ਧਰੋਹੀ ਅਤੇ ਵਿਸ਼ਵਾਸਘਾਤ ਦੀ ਬੋ ਆ ਰਹੀ ਸੀ। ਉਹਨੂੰ ਹਰ ਵੇਲੇ ਇਹ ਡਰ ਲੱਗਾ ਰਹਿੰਦਾ ਸੀ ਕਿ ਹੁਣ ਕੋਈ ਆਇਆ ਅਤੇ ਉਹਨੇ ਜ਼ਹਿਰ ਦੇ ਕੇ ਖਜ਼ਾਨੇ ਦੀਆਂ ਕੁੰਜੀਆਂ, ਜਿਨ੍ਹਾਂ ਨੂੰ ਕਿ ਉਹਨੇ ਬੜੀ ਸਾਵਧਾਨੀ ਨਾਲ ਆਪਣੇ ਲੱਕ ਨਾਲ ਬੰਨਿਆ ਸੀ, ਖੋਹ ਲਈਆਂ। ਅੰਤ ਇਸੇ ਕਲੇਸ਼ 'ਚ ਕੇਵਲ 7 ਦਿਨ ਜਿਉਂਦਾ ਰਹਿ ਸਕਿਆ। ਇੰਨੇ ਹੀ ਦਿਨਾਂ 'ਚ ਉਹਦੀ ਪੂਰੀ ਦੁਰਦਸ਼ਾ ਹੋ ਗਈ। ਇਹਨਾਂ 7 ਦਿਨਾਂ 'ਚ ਉਹਨੇ ਨਾ ਕੁਝ ਖਾਧਾ, ਨਾ ਪੀਤਾ ਅਤੇ ਨਾ ਹੀ ਇੱਕ ਮਿੰਟ ਲਈ ਅੱਖਾਂ ਬੰਦ ਕੀਤੀਆਂ। 8ਵੇਂ ਦਿਨ ਪ੍ਰਭਾਤ ਵੇਲੇ ਨਿਯਮ ਅਨੁਸਾਰ ਜਦੋਂ ਜਗਜੀਤ ਸਿੰਘ ਉਹਨੂੰ ਵੇਖਣ ਲਈ ਆਇਆ ਤਾਂ ਮੰਜੇ ਉੱਤੇ ਉਹਦੀ ਲੋਥ ਪਈ ਵੇਖੀ। ਸਿਰਾਣੇ ਅਤੇ ਤਕੀਏ ਭੁੰਜੇ ਡਿੱਗੇ ਪਏ ਸਨ, ਰਜਾਈ ਵੀ ਭੁੰਜੇ ਲਮਕੀ ਸੀ, ਸਿਰ ਹੇਠਾਂ ਲਮਕ ਰਿਹਾ ਸੀ। ਉਹਦੇ ਦੋਵੇਂ ਹੱਥ ਉਹਦੇ ਗਲੇ ਉੱਤੇ ਇਸ ਤਰ੍ਹਾਂ ਪਏ ਸਨ ਮਾਨੋ ਉਹ ਗਲਾ ਘੁੱਟ ਕੇ ਮੋਇਆ ਹੈ। ਧੰਨਵਾਦ। ਸਮਾਪਤ।